ਕੀ ਹਾਲ ਹੈ ਸਰ ਮੈਮ ਤੁਹਾਡਾ ਦੋਹਾਂ ਦਾ? ਠੀਕ ਹੋ? ਬਹੁਤ ਵਧੀਆ। 37 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ, ਹਾਲੇ ਤੱਕ ਤਾਂ ਵਧੀਆ ਚੱਲ ਰਿਹਾ। ਬਾਕੀ ਮੈਨੂੰ ਵੀ ਬੋਲਣ ਦਾ ਮੌਕਾ ਮਿਲ ਰਿਹਾ ਤੇ ਮੈਂ ਵੀ ਬੋਲਾਂ। ਅੱਛਾ, ਵੈਸੇ ਨਹੀਂ ਮਿਲਦਾ ਵਿਆਹ ਵਰਿਆ ਕੋਲ ਕਿੱਥੇ ਮੌਕਾ ਹੁੰਦਾ। ਅਸੀਂ ਰਾਤ ਨੂੰ 3-3 ਵਜੇ ਤੱਕ ਗਜ਼ਲਾਂ ਗਾਉਂਦੇ ਤੇ ਗੀਤ ਗਾਉਂਦੇ ਰਹਿੰਦੇ ਹੁੰਦੇ ਸੀ। ਸਾਨੂੰ ਪਤਾ ਹੀ ਨਾ ਲੱਗਾ ਉਦੋਂ 3 ਵੱਜ ਗਏ। ਮਤਲਬ ਇਸ ਤਰ੍ਹਾਂ ਦਾ ਸਾਡਾ ਲਾਈਫ ਰਿਹਾ ਕਿ ਲਾਈਫ ਨੂੰ ਅਸੀਂ ਐਵੇਂ ਨਹੀਂ ਕਿ ਇੱਕ ਦੂਜੇ ਦੀ ਕਮੀਆਂ ਨਾਲ ਜੋੜਿਆ ਹੋਵੇ, ਅਸੀਂ ਲਾਈਫ ਨੂੰ ਫੁੱਲ ਇੰਜੋਏ ਕੀਤਾ। ਆਵਾਜ਼ ਦੀ ਬਹੁਤ ਪਤਲੀ ਔਰ ਬਹੁਤ ਸੁਰੀਲੀ ਸੀਗੀ, ਬਹੁਤ ਤਿੱਖੀ ਸੀ ਜੀ। ਔਰ ਦੇਖੋ, ਬਲਾਈਂਡ ਆਦਮੀ ਦੀ ਇਹ ਪ੍ਰੋਬਲਮ ਕਹਿ ਲਓ ਜਾਂ ਜ਼ਰੂਰਤ ਕਹਿ ਲਓ ਜਾਂ ਜੋ ਵੀ ਕਹਿ ਲਓ, ਉਹਨੇ ਸਾਹਮਣੇ ਵਾਲੇ ਨੂੰ ਆਵਾਜ਼ ਤੋਂ ਹੀ ਜੱਜ ਕਰਨਾ। ਆਈ ਐਮ ਟੋਟਲੀ ਬਲਾਈਂਡ ਇਨ ਦਾ ਏਜ ਆਫ 9.5 ਈਅਰ। ਇਹੀ ਅਗਸਤ ਦਾ ਮਹੀਨਾ ਸੀ, 1968 ਦੀ ਗੱਲ ਹੈ। ਮੈਂ 1958 ਬੋਰਨ ਹਾਂ। ਅੱਜ ਵੀ ਮੈਂ ਬੈਠੀ ਹਾਂ, ਮੈਨੂੰ ਨਹੀਂ ਕਦੇ ਲੱਗਦਾ ਕਿ ਵੀ ਇਹਨਾਂ ਦੇ ਵਿੱਚ ਕੋਈ ਕਮੀ ਹੈ। ਠੀਕ ਹੈ, ਸੋਸ਼ਲੀ ਲੋਕਾਂ ਨੂੰ ਲੱਗਦਾ ਕਿ ਮੈਂ ਇਹ ਕੀਤਾ, ਬਟ ਮੈਨੂੰ ਅਗਰ ਮੈਂ ਆਪਣੇ ਲਈ ਸੋਚਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਬਹੁਤ ਵੱਡਾ ਕੀਤਾ। ਉਹ ਅਲੱਗ ਗੱਲ ਹੈ, ਜਦੋਂ ਵਿਆਹ ਹੋ ਗਿਆ ਫਿਰ ਬੰਦਾ ਡਿਪੈਂਡੈਂਟ ਹੋ ਹੀ ਜਾਂਦਾ ਜਨਾਨੀ ਦੇ ਉੱਤੇ। ਕਿਉਂ? ਕਾਰਨ ਉਹੀ ਹੁੰਦਾ ਵੀ ਜਨਾਨੀ ਨੇ ਪੋਚਾ ਮਾਰਤਾ, ਜੇ ਤੁਸੀਂ ਤੁਰ ਪਏ ਤਾਂ ਫਿਰ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਪਤਾ ਹੀ ਹੈ। ਕਰਦੇ ਕਰਾਉਂਦੇ ਇੰਨੇ ਮੈਨੂੰ ਕਿਹਾ ਜੀ ਕੋਈ ਕੁੜੀ ਹੈਗੀ ਹੈ ਇਸ ਤਰ੍ਹਾਂ, ਇੰਨੀ ਕੋਈ ਪੜ੍ਹੀ ਹੈ, 10 ਪੜ੍ਹੀ ਹੈ, ਅਤੇ ਮਤਲਬ ਦੇਖ ਲਓ ਤੁਸੀਂ। ਮੇਰੇ ਮੂੰਹੋਂ ਨਿਕਲ ਗਿਆ, ਮੈਂ ਕਿਹਾ ਤੂੰ ਕੁੜੀਆਂ ਕਾੜੀਆਂ ਨੂੰ ਛੱਡ, ਤੂੰ ਆਪਦੇ ਬਾਰੇ ਗੱਲ। ਜੋ ਤੁਹਾਨੂੰ ਉੱਪਰ ਲਿਖਿਆ ਗਿਆ ਨਾ, ਉਸ ਨੂੰ ਦੁਨੀਆ ਦਾ ਕੋਈ ਇਨਸਾਨ ਵੀ ਟਾਲ ਨਹੀਂ ਸਕਦਾ, ਬਸ਼ਰਤੇ ਕਿ ਜਿੰਨਾ ਤੁਸੀਂ ਹੱਸ ਕੇ ਉਸ ਨੂੰ ਅਕਸੈਪਟ ਕਰੋਗੇ। ਅੰਕਲ, ਤੁਸੀਂ ਸੁਣਿਆ ਹੋਣਾ, ਸਭ ਤੋਂ ਹੀ ਸੁਣਿਆ ਹੋਣਾ ਕਿ ਮਿਸਿਸ ਸੁਰਿੰਦਰ ਮੌਂਗਾ ਜੀ ਬਹੁਤ ਸੋਹਣੇ ਨੇ, ਸ਼ੀ ਇਜ਼ ਵੈਰੀ ਬਿਊਟੀਫੁਲ। ਔਰ ਤੁਸੀਂ ਇਹਨਾਂ ਨੂੰ ਆਪਣੀ ਨਜ਼ਰਾਂ ਤੋਂ ਦੇਖਿਆ ਤਾਂ ਨਹੀਂ ਹੈ, ਪਰ ਤੁਹਾਡੀਆਂ ਮਨ ਦੀਆਂ ਨਜ਼ਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਹੈ ਤੁਹਾਡੀ ਪਤਨੀ ਦੀ? ਸੁੰਦਰਤਾ ਜਿਹੜੀ ਲੋਕ ਦੇਖਦੇ ਆ ਉਹ ਬਾਹਰ ਦੀ, ਮੈਂ ਤਾਂ ਜ਼ਿੰਦਗੀ ਹੰਡਾਈ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਮਿੱਟੀ ਦੇ ਨਾਲ, ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਦਰਸ਼ਕੋ, ਮੈਨੂੰ ਪਤਾ ਹੈ ਕਿ ਤੁਹਾਨੂੰ ਹਮੇਸ਼ਾ ਹੀ ਉਡੀਕ ਰਹਿੰਦੀ ਹੈ ਕਿ ਅਸੀਂ ਕਦੋਂ ਆਪਣੇ ਚੈਨਲ ਦੇ ਉੱਪਰ ਇੱਕ ਅੱਛੀ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਈਏ, ਔਰ ਅਸੀਂ ਹਮੇਸ਼ਾ ਇਸ ਚੀਜ਼ ਦੇ ਵਿੱਚ ਵਰਕਆਊਟ ਕਰਦੇ ਰਹਿੰਦੇ ਹਾਂ। ਅਸੀਂ ਹਮੇਸ਼ਾ ਇਸ ਚੀਜ਼ ਨੂੰ ਲੈ ਕੇ ਬਹੁਤ ਸਪੇਡ ਵਰਕ ਕਰਦੇ ਹਾਂ ਕਿ ਤੁਹਾਡੇ ਲਈ ਅਸੀਂ ਵਧੀਆ ਤੋਂ ਵਧੀਆ ਸਟੋਰੀਜ਼ ਜਿਹੜੀ ਹੈਗੀ ਆ ਉਹ ਤੁਹਾਡੇ ਲਈ ਅਸੀਂ ਪੇਸ਼ ਕਰੀਏ। ਤਾਂ ਉਸਦੇ ਤਹਿਤ ਹੀ ਅੱਜ ਮੈਂ ਇੱਕ ਬਹੁਤ ਹੀ ਪਿਆਰੇ ਜੋੜੇ ਕੋਲ ਪਹੁੰਚੀ ਹਾਂ, ਬਹੁਤ ਪਿਆਰੇ ਕਪਲ ਕੋਲ ਪਹੁੰਚੀ ਹਾਂ। ਮੇਰੇ ਨਾਲ ਬਠਿੰਡਾ ਨਿਵਾਸੀ ਸ਼੍ਰੀਮਾਨ ਰਜਿੰਦਰ ਮੌਂਗਾ ਜੀ ਅਤੇ ਉਹਨਾਂ ਦੀ ਧਰਮ ਪਤਨੀ ਸੁਰਿੰਦਰ ਮੌਂਗਾ ਜੀ ਮੌਜੂਦ ਨੇ। ਬਹੁਤ ਹੀ ਪਿਆਰਾ ਕਪਲ ਹੈ, ਤੁਸੀਂ ਦੇਖ ਲਿਆ, ਬਹੁਤ ਸੋਹਣਾ ਕਪਲ ਹੈ, ਤੁਸੀਂ ਦੇਖ ਲਿਆ। ਔਰ ਇਹਨਾਂ ਦੀ ਵਿਆਹਤਾ ਜ਼ਿੰਦਗੀ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਔਰ ਤੁਸੀਂ ਸੋਚ ਰਹੇ ਹੋਵੋਗੇ ਕਿ ਵਿਆਹ ਤਾਂ ਬੜਾ ਕਾਮਨ ਹੈ, ਹਰੇਕ ਇਨਸਾਨ ਦਾ ਹੁੰਦਾ, ਤਾਂ ਇਹਨਾਂ ਦੀ ਵਿਆਹਤਾ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਕੀ ਖਾਸ ਗੱਲਬਾਤ ਹੈ? ਦੋਸਤੋ, ਖਾਸ ਗੱਲਬਾਤ ਇਹ ਹੈ ਕਿ ਤੁਸੀਂ ਰਜਿੰਦਰ ਮੌਂਗਾ ਸਾਹਿਬ ਨੂੰ ਦੇਖ ਰਹੇ ਹੋ, ਉਹ NFL ਨੈਸ਼ਨਲ ਫਰਟੀਲਾਈਜ਼ਰਸ ਲਿਮਿਟਿਡ ਤੋਂ ਰਿਟਾਇਰਡ ਨੇ। 37.5 ਸਾਲ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ। ਔਰ ਜੋ ਮੈਮ ਨੇ ਉਹ BSNL ਦੇ ਵਿੱਚ ਜੌਬ ਕਰਦੇ ਸੀ, ਦੋਨੋਂ ਗਵਰਨਮੈਂਟ ਸਰਵੈਂਟ ਸੀਗੇ। ਔਰ ਇਹਦੇ ਵਿੱਚ ਜਿਹੜਾ ਟਵਿਸਟ ਹੈ ਹੁਣ ਇਹਨਾਂ ਦੀ ਮੈਰਿਡ ਲਾਈਫ ਦੇ ਵਿੱਚ ਜਾਂ ਇਹਨਾਂ ਦੀ ਲਾਈਫ ਦੇ ਵਿੱਚ, ਉਹ ਇਹ ਹੈ ਕਿ ਜੋ ਰਾਜਿੰਦਰ ਮੌਂਗਾ ਸਾਹਿਬ ਨੇ ਉਹ ਵਿਜੂਅਲੀ ਇੰਪੇਅਰਡ ਨੇ,
ਇੱਕ ਇਹਨਾਂ ਦੇ ਨਾਲ ਇੰਸੀਡੈਂਟ ਹੋਇਆ ਜਦੋਂ ਇਹ ਬਹੁਤ ਛੋਟੇ ਹੁੰਦੇ ਸੀ, ਯੰਗ ਹੁੰਦੇ ਸੀ, ਸਕੂਲ ਗੋਇੰਗ ਸੀਗੇ, ਤਾਂ ਇਹਨਾਂ ਦੀ ਜਿਹੜੀ ਆਈ ਸਾਈਟ ਆ ਉਹ ਚਲੀ ਗਈ ਔਰ ਉਸ ਤੋਂ ਬਾਅਦ ਅੱਜ ਤੱਕ ਹੁਣ ਤੱਕ ਤਾਂ ਵਾਪਿਸ ਨਹੀਂ ਆਈ ਹੈ। ਔਰ ਇਸੇ ਸਿਚੁਏਸ਼ਨ ਦੇ ਵਿੱਚ ਇਹਨਾਂ ਦੀ ਸ਼ਾਦੀ ਹੁੰਦੀ ਹੈ ਸੁਰਿੰਦਰ ਮੌਂਗਾ ਜੀ ਦੇ ਨਾਲ। ਇਹ ਲਵ ਸਟੋਰੀ ਅਸੀਂ ਅਰੇਂਜ ਕਮ ਲਵ ਮੈਰਿਜ ਕਹਿ ਸਕਦੇ ਹਾਂ। ਔਰ ਕਿਸ ਤਰ੍ਹਾਂ ਇਹ ਮਿਲਦੇ ਨੇ ਸਾਰੀ ਗੱਲਬਾਤ ਅਸੀਂ ਇਹਨਾਂ ਦੇ ਨਾਲ ਕਰਦੇ, ਕਿਉਂਕਿ ਅੱਜ ਕੱਲ੍ਹ ਜਿਹੜੀ ਸ਼ਾਦੀ ਹੈ ਉਹ ਆਮ ਜਿਹੜੇ ਮਤਲਬ ਆਮ ਲੋਕ ਨੇ ਜਿਹੜੇ ਜਿਨ੍ਹਾਂ ਦੀ ਲਾਈਫ ਦੇ ਵਿੱਚ ਕੋਈ ਸਮੱਸਿਆ ਹੀ ਨਹੀਂ ਹੈ, ਉਹਨਾਂ ਦੀ ਜਿਹੜੀ ਸ਼ਾਦੀ ਉਹਦੇ ਵਿੱਚ ਵੀ ਲੋਕ ਬਹੁਤ ਸ਼ਿਕਾਇਤਾਂ ਜਿਹੜੀਆਂ ਉਹ ਰੱਖਦੇ ਨੇ, ਲੜਕੇ ਲੜਕੀਆਂ ਸ਼ਿਕਾਇਤਾਂ ਰੱਖਦੇ, ਪਰ ਤੁਸੀਂ ਦੇਖੋ ਕਿ ਇਹ ਜਿਹੜਾ ਕਪਲ ਹੈ ਇੱਕ ਇੰਸਪੀਰੇਸ਼ਨ ਹੈ। ਗੱਲਬਾਤ ਕਰਦੇ ਇਹਨਾਂ ਦੀ ਸਟੋਰੀ ਬਹੁਤ ਇੰਟਰਸਟਿੰਗ ਹੈ, ਵਿੱਚ ਹਾਸੇ ਮਖੌਲ ਵਾਲੀਆਂ ਗੱਲਾਂ ਵੀ ਹੋਣਗੀਆਂ ਔਰ ਕਿਸ ਤਰ੍ਹਾਂ ਇਹਨਾਂ ਦਾ ਇਹ ਵਿਆਹ ਪੂਰ ਚੜ੍ਹਦਾ ਹੈ, ਕੀ ਇਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਐਂਡ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿੱਟੀ ਚੈਨਲ ਤੇ। ਬਹੁਤ ਹੀ ਅੱਛਾ ਚੈਨਲ, ਬਹੁਤ ਅੱਛਾ ਹੈ ਜੀ, ਸਾਰੇ ਸਰੋਤਿਆਂ ਨੂੰ ਸਾਡਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਸਰ ਮੈਮ ਤੁਹਾਡਾ ਦੋਹਾਂ ਦਾ? ਠੀਕ ਹੋ? ਬਹੁਤ ਵਧੀਆ। 37 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ, ਹਾਲੇ ਤੱਕ ਤਾਂ ਵਧੀਆ ਚੱਲ ਰਿਹਾ। ਅੱਗੇ ਵੀ ਵਧੀਆ ਚੱਲੂਗਾ ਜੀ, ਅੱਗੇ ਵੀ ਬਹੁਤ ਬਹੁਤ ਖੂਬਸੂਰਤ ਚੱਲੂ। ਬਹੁਤ ਅੱਛਾ ਕਪਲ ਹੈ ਇਹ ਬਠਿੰਡੇ ਸ਼ਹਿਰ ਦਾ ਔਰ ਬਹੁਤ ਹੀ ਫੇਮਸ ਕਪਲ ਹੈ। ਹਾਲਾਂਕਿ ਰਜਿੰਦਰ ਸਰ ਬਹੁਤੇ ਸੋਸ਼ਲਾਈਟ ਨਹੀਂ ਹੈਗੇ, ਘੱਟ ਬਾਹਰ ਜਾਂਦੇ ਨੇ, ਬਟ ਇਹਨਾਂ ਦੇ ਮਿਸਿਜ਼ ਇੱਕ ਸੋਸ਼ਲ ਐਕਟਿਵਿਸਟ ਵੀ ਨੇ ਔਰ ਬਹੁਤ ਵੱਡੀ ਸੰਸਥਾ ਦੇ ਨਾਲ ਇਹ ਜੁੜੇ ਹੋਏ ਨੇ, ਜੋ ਕਿ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਵਰਲਡ ਵਾਈਡਲੀ ਉਹ ਜਿਹੜੀ ਸੰਸਥਾ ਪ੍ਰਸਿੱਧ ਹੈ ਇਨਰਵਿਲ ਕਲੱਬਸ। ਤਾਂ ਗੱਲਬਾਤ ਕਰਦੇ ਹਾਂ ਮੈਮ ਦੇ ਨਾਲ। ਮੈਮ 37 ਸਾਲ ਪਹਿਲਾਂ ਮੈਂ ਚਾਹੂੰਗੀ ਤੁਸੀਂ ਸਾਨੂੰ ਲੈ ਕੇ ਜਾਓ ਕਿ ਜਦੋਂ ਤੁਸੀਂ BSNL ਦੇ ਵਿੱਚ ਜੋਬ ਕਰਦੇ ਸੀਗੇ ਉਦੋਂ ਖੁਦ ਵੀ ਜਵਾਨ ਸੀਗੇ ਔਰ ਉਸਦੇ ਨਾਲ ਨਾਲ ਤੁਹਾਡੇ ਸਿਰ 'ਤੇ ਬਹੁਤ ਜ਼ਿੰਮੇਵਾਰੀ ਸੀ ਤੁਹਾਡੀ ਫੈਮਿਲੀ ਦੀ, ਪੇਕੇ ਪਰਿਵਾਰ ਦੀ, ਤਾਂ ਰਜਿੰਦਰ ਮੌਂਗਾ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਹੁੰਦੀ ਹੈ? ਪਹਿਲਾਂ ਤਾਂ ਮੈਂ ਤੁਹਾਡੀ ਇੱਕ ਗੱਲ ਦਾ ਛੋਟਾ ਜਿਹਾ ਜਵਾਬ ਦੇਣਾ ਚਾਹੂੰਗਾ, ਮੈਂ ਕੱਲ੍ਹ ਹੀ ਜਵਾਨ ਨਹੀਂ ਸੀ, ਅੱਜ ਵੀ ਜਵਾਨ ਹੀ ਹਾਂ। ਫੀਲ ਯੰਗ ਆਲਵੇਜ਼। ਯੈਸ, ਕਹਿੰਦੇ ਆ ਕਿ ਦੋਸਤੋ ਜਿੰਦਾ ਦਿਲੀ ਜ਼ਿੰਦਗੀ ਜਿੰਦਾ ਦਿਲੀ ਕਾ ਨਾਮ ਹੈ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ। ਤਾਂ ਸੋ ਮੈਂ ਅੱਜ ਵੀ ਆਪਣੇ ਆਪ ਨੂੰ ਯੰਗ ਹੀ ਸਮਝਦੀ ਹਾਂ ਕਿ ਇਨਸਾਨ ਕਦੇ ਸਰੀਰਕ ਤੌਰ ਤੇ ਬੁੱਢਾ ਜਾਂ ਉਹ ਨਹੀਂ ਹੁੰਦਾ, ਉਹਦੇ ਵਿਚਾਰਾਂ ਨਾਲ ਬਜ਼ੁਰਗ ਹੁੰਦਾ। ਤਾਂ ਸੋ ਆਪਣੇ ਵਿਚਾਰ ਅਗਰ ਸੁਸਾਇਟੀ ਵਾਸਤੇ ਅੱਛੇ ਰੱਖੋ, ਆਪਣੇ ਵਾਸਤੇ ਅੱਛੇ ਰੱਖੋ, ਆਪਣੇ ਆਲੇ ਦੁਆਲੇ ਵਾਸਤੇ ਪੋਜ਼ਿਟਿਵ ਰੱਖੋ, ਤਾਂ ਤੁਹਾਨੂੰ ਕਦੇ ਵੀ ਮਾਯੂਸੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਤੇ ਸੋਰੀ ਮੈਂ ਤੁਹਾਡੇ ਉਸ ਤੇ ਓਬਜੈਕਸ਼ਨ ਕੀਤਾ। ਨਹੀਂ ਨਹੀਂ ਬਿਲਕੁਲ ਮੈਮ ਓਬਜੈਕਸ਼ਨ, ਦੇਖੋ ਮੈਂ ਸੋਚਦੀ ਹਾਂ ਕਿ ਜਦੋਂ ਅਸੀਂ ਕਿਸੇ ਦੇ ਕੋਲੇ ਉਹਨਾਂ ਦੀ ਸਟੋਰੀ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਉਣ ਜਾਂਦੇ ਹਾਂ, ਤਾਂ ਜਿੰਨਾ ਸਮਾਂ ਵੀ ਅਸੀਂ ਉਹਨਾਂ ਦੇ ਕੋਲੇ ਬੈਠਦੇ ਹਾਂ, ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਤੋਂ ਕੋਈ ਅੱਛੀ ਚੀਜ਼ ਸਿੱਖ ਕੇ ਜਾਈਏ। ਸੋ ਮੈਂ ਇਹ ਚੀਜ਼ ਅੱਜ ਤੋਂ ਬਾਅਦ ਮੈਂ ਕਦੇ ਕਿਸੇ ਨੂੰ ਨਹੀਂ ਇਹ ਗੱਲ ਕਹੂੰਗੀ। ਥੈਂਕ ਯੂ, ਥੈਂਕ ਯੂ। ਇਸ ਗੱਲ ਦਾ ਮੇਰਾ ਪ੍ਰੋਮਿਸ ਅੱਜ ਮੈਂ ਸਿੱਖ ਲਿਆ ਵੀ ਅੱਜ ਤੋਂ ਬਾਅਦ ਕਿਸੇ ਨੂੰ ਨਹੀਂ ਕਹਿਣਾ ਹੈਗਾ ਵੀ ਤੁਸੀਂ ਪਹਿਲਾਂ ਜਵਾਨ ਸੀ ਤੇ ਹੁਣ ਨਹੀਂ ਹੈਗੇ। ਮੈਮ ਮੈਂ ਇਹਨਾਂ ਦੀ ਗੱਲ ਦੇ ਵਿੱਚ ਥੋੜਾ ਜਿਹਾ ਐਡ ਕਰ ਦਿਆਂ। ਹਾਂਜੀ ਹਾਂਜੀ ਸਰ, ਕਿਉਂਕਿ ਮੈਨੂੰ ਵੀ ਬੋਲਣ ਦਾ ਮੌਕਾ ਮਿਲ ਰਿਹਾ ਤੇ ਮੈਂ ਵੀ ਬੋਲਾਂ। ਅੱਛਾ, ਵੈਸੇ ਨਹੀਂ ਮਿਲਦਾ ਵਿਆਹ ਵਰਿਆ ਕੋਲ ਕਿੱਥੇ ਮੌਕਾ ਹੁੰਦਾ। ਗ੍ਰੇਟ, ਗੱਲ ਇਹ ਹੈ ਕਿ ਰੱਬ ਦੀ ਕਿਰਪਾ ਨਾਲ ਸਾਨੂੰ ਫਰੈਂਡ ਸਰਕਲ ਬਹੁਤ ਅੱਛਾ ਹੈਗਾ। ਬਚਪਨ ਤੋਂ ਜਿਹੜੇ ਫਰੈਂਡ ਸਾਡੇ ਜੁੜੇ ਹੋਏ ਹੈ ਉਹੀ ਫਰੈਂਡ ਸਾਡੇ ਅੱਜ ਵੀ ਹੈਗੇ ਹੈ। ਤੇ ਇਹ ਮਸ਼ਹੂਰ ਹੈ ਕਿ ਜਿਹੜੇ ਯਾਰ ਦੋਸਤ ਹੁੰਦੇ ਆ ਉਹ ਇਨਸਾਨ ਨੂੰ ਕਦੀ ਬੁਰਾ ਨਹੀਂ ਹੋਣ ਦਿੰਦੇ। ਸੋ ਇਸ ਕਰਕੇ ਉਹ ਸਾਡੀ ਬਹੁਤ ਵੱਡੀ ਕੈਸੇਟ ਹੈ। ਜੀ ਜੀ, ਦੂਸਰੀ ਗੱਲ ਇਹ ਹੈ
ਕਿਉਂਕਿ ਅਸੀਂ ਦੋਨੋਂ ਵੀ ਇਹੋ ਜਿਹੀ ਨੇਚਰ ਔਰ ਟੈਂਪਰਾਮੈਂਟ ਦੀ ਹਾਂ ਕਿ ਅਸੀਂ ਇੱਕ ਦੂਜੇ ਨੂੰ ਮਤਲਬ ਘੱਟ ਹੀ ਫੀਲ ਹੋਣ ਦਿੰਦੇ ਹਾਂ ਕਿ ਯਾਰ ਹੁਣ ਉਮਰ ਇੰਨੀ ਹੋਈ ਜਾਂਦੀ ਹੈ, ਉਦੋਂ ਹੀ ਛਿੜ ਕੇ ਕਹਿ ਲਈ ਯਾਰ ਉਮਰਾਂ 'ਚ ਕੀ ਪਿਆ, ਦਿਲ ਜਵਾਨ ਹੋਣਾ ਚਾਹੀਦਾ। ਕਿਆ ਬਾਤ, ਸਹੀ ਗੱਲ ਜੀ, ਫੀਲ ਯੰਗ ਆਲਵੇਸ, ਫੀਲ ਆਲਵੇਸ। ਸੋ ਮੈਂ ਮੈਮ ਕਹੂੰਗੀ ਤੁਹਾਨੂੰ ਕਿ ਤੁਸੀਂ ਸ਼ੁਰੂਆਤ ਕਰੋ। ਇਹ ਗੱਲ ਤਾਂ ਸਰ ਦੀ ਠੀਕ ਹੈ ਵੀ ਮੌਕਾ ਉਹਨਾਂ ਨੂੰ ਵੀ ਦੇਵਾਂਗੇ ਬੋਲਣ ਦਾ, ਪਰ ਪਹਿਲਾਂ ਤੁਸੀਂ ਸ਼ੁਰੂਆਤ ਕਰੋ ਕਿ ਤੁਹਾਡੀ ਮੁਲਾਕਾਤ, ਤੁਸੀਂ BSNL ਦੇ ਵਿੱਚ ਜੌਬ ਕਰਦੇ ਸੀ ਤੇ ਰਜਿੰਦਰ ਸਰ ਨਾਲ ਕਿਵੇਂ ਤੁਹਾਡੀ ਮੁਲਾਕਾਤ ਹੁੰਦੀ ਹੈ? ਪਹਿਲਾਂ ਤਾਂ ਮੈਂ ਇਹ ਚਾਹੂੰਗੀ ਕਿ ਤੁਸੀਂ ਸਾਨੂੰ ਆਪਣੀ ਫੈਮਿਲੀ ਬਾਰੇ ਦੱਸੋ ਵੀ ਤੁਸੀਂ ਕਿਸ ਪਰਿਵਾਰ ਤੋਂ ਬਿਲੋਂਗ ਕਰਦੇ ਹੋ, ਪੇਕਿਆਂ ਦਾ ਪਰਿਵਾਰ, ਕਿਹੜਾ ਸ਼ਹਿਰ ਔਰ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਆਉਂਦੇ ਹੋ? ਜੀ, ਮੇਰਾ ਜੋ ਦਾਦਕੇ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈਗੇ ਕਪੂਰਥਲਾ ਦੇ ਕੋਲ ਹੀ, ਪਿੰਡ ਹੈ ਸੁਰਖਪੁਰ ਸਗੋਜਲਾ, ਉੱਥੋਂ ਦੇ ਨੇ। ਜ਼ਮੀਨ ਜਾਇਦਾਦ ਵਾਲੇ ਪਰਿਵਾਰ ਤੋਂ ਹੈਗੇ ਸੀਗੇ। ਦਾਦਾ ਜੀ ਸਾਡੇ ਅਕਾਲੀ ਲਹਿਰ ਦੇ ਬਹੁਤ ਉੱਘੇ ਲੀਡਰ ਸਨ ਅਤੇ ਨਾਲ ਹੀ ਉਹਨਾਂ ਨੂੰ ਪਿੰਡ ਦੇ ਵਿੱਚ, ਕਿਉਂਕਿ ਪੂਜਾ ਪਾਠ ਗੁਰਦੁਆਰਾ ਸਾਹਿਬ ਬਹੁਤ ਜਾਂਦੇ ਸੀ, ਬੜੀ ਸੇਵਾ ਕਰਦੇ ਸੀ, ਅਤੇ ਭਾਈ ਜੀ ਦਾ ਖਿਤਾਬ ਮਿਲਿਆ ਹੋਇਆ ਸੀਗਾ। ਅਤੇ ਸਾਡਾ ਘਰ ਮਤਲਬ ਪੂਰੀ ਫੈਮਿਲੀ ਦੇ ਵਿੱਚ ਸਿੱਖੀਜ਼ਮ ਕਾਫੀ ਜ਼ਿਆਦਾ ਸੀਗਾ। ਮੇਰੇ ਫਾਦਰ ਬਿਜ਼ਨਸ ਕਰਦੇ ਸੀਗੇ, ਪਹਿਲਾਂ ਬਠਿੰਡਾ ਵੀ ਰਹੇ, ਉਸ ਤੋਂ ਬਾਅਦ ਪੀਲੀਆਂ ਮੰਗਾ, ਸੂਰਤਗੜ੍ਹ, ਗੰਗਾਨਗਰ, ਫਿਰ ਉਹ ਸੈਟਲਡ ਹੋ ਗਏ ਸੀਗੇ। ਆਪਣੀ ਵਰਕਸ਼ਾਪ ਲਗਾਈ ਉਹਨਾਂ ਨੇ ਹਨੂੰਮਾਨਗੜ੍ਹ। ਮੇਰਾ ਜਿਹੜਾ ਬਚਪਨ ਹੈ ਉਹ ਹਨੂੰਮਾਨਗੜ੍ਹ 'ਚ ਬੀਤਿਆ। 9th ਤੱਕ ਮੈਂ ਹਨੂੰਮਾਨਗੜ੍ਹ ਹੀ ਸੀ। 9th ਦੇ ਵੇਲੇ, 9th ਕਰਨ ਤੋਂ ਬਾਅਦ ਮੇਰਾ ਜਿਹੜਾ TC ਸੀਗਾ ਉਹ ਕਟਵਾ ਕੇ ਇੱਥੇ ਮੇਰੇ ਨਾਨਕੇ ਆ ਬਠਿੰਡਾ, ਮੇਰੇ ਨਾਨੀ ਜੀ ਆਪਣੇ ਕੋਲ ਲੈ ਆਏ ਸੀ ਡਿਊ ਟੂ ਸਮ ਫੈਮਿਲੀ ਸਰਕਮਸਟਾਂਸਿਸ। ਕੁਛ ਮੇਰੇ ਪਾਪਾ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀਗੀ, ਅਚਾਨਕ ਮੇਰੇ ਮੰਮੀ ਨੂੰ ਬਲੱਡ ਕੈਂਸਰ ਹੋਇਆ ਅਤੇ ਉਹਨਾਂ ਦੀ ਡੈਥ ਹੋ ਗਈ, ਅਤੇ ਉਸ ਤੋਂ ਬਾਅਦ ਹੀ ਮੇਰੇ ਫਾਦਰ ਇਨ ਲਾ ਵੀ ਐਕਸਪਾਇਰ, ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਗਏ ਸੀਗੇ। ਅਤੇ ਟੋਟਲੀ ਜਿਹੜਾ ਭਾਰ ਸੀਗਾ ਸਾਡੇ ਨਾਨਕਿਆਂ ਅਤੇ ਦਾਦਕਿਆਂ 'ਤੇ ਆ ਗਿਆ ਸੀ। ਮੈਂ ਔਰ ਮੇਰੀ ਸਭ ਤੋਂ ਛੋਟੀ ਸਿਸਟਰ, ਉਹ ਸੀ 1.5 ਸਾਲ ਦੀ, ਅਸੀਂ ਇੱਥੇ ਨਾਨਕਿਆਂ ਕੋਲ ਸੀ ਅਤੇ 2 ਬ੍ਰਦਰ ਅਤੇ 1 ਸਿਸਟਰ ਦਾਦਕਿਆਂ ਦੇ ਕੋਲ ਰਹੇ ਸੀਗੇ। ਉਹਨਾਂ ਨੇ ਉਹਨਾਂ ਦੀ ਪਰਵਰਿਸ਼ ਕੀਤੀ। ਥੋੜ੍ਹਾ ਸਮਾਂ ਪਿਆ, ਉਹਨਾਂ ਨੂੰ ਜਦੋਂ ਹੋਸ਼ ਆਈ, ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਵੀ ਆਪਣੇ ਨਾਨਕੇ ਰਹਿੰਦੇ ਹਾਂ, ਤਾਂ ਉਹ ਵੀ ਸਾਡੇ ਕੋਲ ਹੀ ਆ ਗਏ ਸੀ। ਮੇਰੇ ਨਾਨੀ ਜੀ ਕੋਲ ਵੀ ਸਾਰੇ 5 ਭੈਣ ਭਰਾ ਸੀ, ਇੱਥੇ ਹੀ ਪਲੇ। ਫਿਰ ਸਭ ਤੋਂ ਪਹਿਲਾਂ ਮੇਰੇ ਬ੍ਰਦਰ ਨੂੰ ਮਤਲਬ, ਕਿਉਂਕਿ ਉਹਨੇ ਮਨਾ ਕਰਤਾ ਸੀ ਕਿ ਮੈਂ ਪੜ੍ਹੂੰਗਾ ਨਹੀਂ, ਕਿਉਂਕਿ ਘਰਾਂ ਦੇ ਵਿੱਚ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ, ਉਹਨੂੰ ਕੁਛ ਗੱਲ ਹਰਟ ਹੋ ਗਈ ਫੈਮਿਲੀ ਦੀ, ਕਹਿੰਦਾ ਨਹੀਂ ਮੈਂ ਤਾਂ ਕਮਾ ਕੇ ਹੀ ਖਾਣਾ। ਤਾਂ ਫਿਰ ਉਹਨੂੰ ਮਤਲਬ ਅਸੀਂ ਮਾਮਾ ਜੀ ਨੇ ਡੋਕ ਅਤੇ ਥਰਮਲ ਦੇ ਵਿੱਚ ਹੀ ਲਗਵਾਇਆ ਸੀ, ਟਿਲ ਡੈਥ ਉਹ ਥਰਮਲ ਦੇ ਵਿੱਚ ਹੀ ਰਿਹਾ। ਅਤੇ ਮੇਰਾ, ਮੈਂ ਮਤਲਬ ਥੋੜ੍ਹਾ ਪੜ੍ਹਾਈ ਦੇ ਵਿੱਚ ਕਾਫੀ ਅੱਛੀ ਸੀਗੀ। ਮੈਂ SSD ਗਰਲਸ ਕਾਲਜ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਆਪਣਾ ਅਕੈਡਮਿਕ ਵੀ ਮੇਰਾ ਬਹੁਤ ਅੱਛਾ ਰਿਹਾ ਹੈਗਾ। ਕਾਫੀ ਮਤਲਬ ਉਹਦੇ ਵਿੱਚ ਵੀ ਮੈਂ NCC NSS ਦੀ ਕੈਡਿਟ ਸੀਗੀ, G1 G2 ਕੀਤਾ ਮੈਂ। ਮਤਲਬ ਮੇਰੀ ਜਿਵੇਂ ਬੈਕਗਰਾਊਂਡ ਥੋੜ੍ਹੀ ਜਿਹੀ ਨਾਨਕਿਆਂ ਦੀ ਆਰਮੀ ਦੀ ਸੀਗੀ, ਤਾਂ ਸੋ ਮੇਰੇ ਅੰਦਰ ਵੀ ਥੋੜ੍ਹਾ ਜਿਹਾ ਪੈਟਰੋਟਿਜ਼ਮ ਬਹੁਤ ਜ਼ਿਆਦਾ ਸੀਗਾ, ਤਾਂ ਮੈਂ ਬੈਸਟ ਸ਼ੂਟਰ ਦਾ ਅਵਾਰਡ ਵੀ ਲਿੱਤਾ ਸੀਗਾ। DAV ਕਾਲਜ ਵਿੱਚ ਕੰਪੀਟੀਸ਼ਨ ਹੋਇਆ ਸੀ, ਉੱਥੋਂ ਮੈਨੂੰ ਬੈਸਟ ਸ਼ੂਟਰ ਦਾ ਅਵਾਰਡ ਵੀ ਮਿਲਿਆ। ਲਾਈਫ ਬੜੇ ਅੱਛੇ ਨਾਲ ਜਾ ਰਹੀ ਸੀ, ਕੁਛ ਸੰਘਰਸ਼ਾਂ ਦੇ ਨਾਲ ਅਤੇ ਕੁਛ ਅਣਜਾਣੇ ਜਦੋਂ ਸਰਕਮਸਟਾਂਸਿਸ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਨਾਨੀ ਜੀ ਸਾਡੇ ਸਰਪ੍ਰਸਤ ਸੀਗੇ ਅਤੇ ਮੈਨੂੰ ਮਤਲਬ ਜਦੋਂ ਜਿਵੇਂ ਮੈਂ ਗ੍ਰੈਜੂਏਸ਼ਨ ਕੀਤੀ, ਮੈਨੂੰ ਉਸ ਤੋਂ ਪਹਿਲਾਂ ਹੀ BSNL ਉਸ ਵੇਲੇ DOT ਹੁੰਦਾ ਸੀ, ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ, ਉੱਥੇ ਐਜ਼ ਏ ਟੈਲੀਫੋਨ ਓਪਰੇਟਰ ਦੀ ਜੋਬ ਮਿਲ ਗਈ। ਮੈਂ ਗ੍ਰੈਜੂਏਸ਼ਨ ਕਰਦਿਆਂ ਹੀ ਉਸ ਨੂੰ ਜੁਆਇਨ ਕਰ ਲਿਆ ਸੀ। 1 ਮਾਰਚ 1983 ਨੂੰ ਮੇਰੀ ਜੋਬ ਜੁਆਇਨ ਹੋਈ। 3 ਮਹੀਨਿਆਂ ਦੀ ਟ੍ਰੇਨਿੰਗ ਸੀ,
1 ਜੂਨ ਨੂੰ ਮੈਂ ਇੱਥੇ ਆ ਕੇ ਐਜ਼ ਏ ਟੈਲੀਫੋਨ ਆਪਰੇਟਰ ਜੁਆਇਨ ਕਰ ਲਿਆ ਸੀ। ਜੁਆਇਨ ਕਰਦਿਆਂ ਹੀ ਜਿਵੇਂ ਮੈਨੂੰ ਮਤਲਬ ਮੈਂ ਸ਼ੁਰੂ ਤੋਂ ਹੀ ਤੁਹਾਨੂੰ ਦੱਸਿਆ ਕਿ ਮੈਂ ਐਕਟਿਵ ਸੀਗੀ, ਇੱਥੇ ਆ ਕੇ ਵੀ ਮੈਂ ਕਾਫੀ ਮਤਲਬ ਆਪਣੀ ਜਿਹੜੀ ਅਟੈਂਡੈਂਸ ਸੀ ਕਾਫੀ ਐਕਟਿਵ ਇੰਪਲਾਈਜ਼ ਦੇ ਵਿੱਚ ਹਮੇਸ਼ਾ ਦਰਜ ਕੀਤੀ, ਕਿਉਂਕਿ ਮੈਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਬੜਾ ਸ਼ੌਕ ਰਹਿੰਦਾ ਸੀ ਅਤੇ ਕੰਮ ਕਰਨ 'ਚ ਮੈਂ ਕਾਫੀ ਜੁਝਾਰੂ ਸੀ ਸ਼ੁਰੂ ਤੋਂ ਹੀ। ਇਸ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ। ਤੁਸੀਂ ਕਿਹਾ ਕਿ ਇਹਨਾਂ ਨੂੰ ਕਿਵੇਂ ਮੁਲਾਕਾਤ ਹੋਈ? ਮੁਲਾਕਾਤ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਐਜ਼ ਏ ਪ੍ਰੋਫੈਸ਼ਨਲੀ ਹੁੰਦੇ ਹਾਂ ਬਹੁਤ ਸਾਰੇ ਲੋਕਾਂ ਨਾਲ ਆਪਣੀ ਮੁਲਾਕਾਤ ਹੁੰਦੀ ਹੈ। ਕੋਈ ਵੀ ਕੰਮ ਤੁਹਾਨੂੰ ਜੀਣ ਦੀ ਇੰਸਪੀਰੇਸ਼ਨ ਨੂੰ ਲੈ ਕੇ ਅੱਗੇ ਵਧਾਉਂਦਾ, ਤੁਹਾਡੇ ਅੰਦਰ ਇੱਕ ਆਰਟ ਦੇ ਨਾਲ ਜੀਣ ਦਾ ਜਜ਼ਬਾ ਪੈਦਾ ਹੁੰਦਾ ਹੈ ਔਰ ਤੁਸੀਂ ਆਪਣੀ ਲਾਈਫ ਨੂੰ ਬੜਾ ਸਮੂਥਲੀ ਹੈਪੀਲੀ ਜੀਨੇ ਹੋ। ਅੱਛਾ ਆਂਟੀ, ਤੁਸੀਂ ਕਿਹਾ ਵੀ ਪਹਿਲਾਂ ਅੰਕਲ ਦੇ ਨਾਲ ਮਤਲਬ ਤੁਹਾਡੀ ਆਫੀਸ਼ੀਅਲੀ ਗੱਲਬਾਤ ਹੁੰਦੀ ਸੀ ਵੀ ਉਹ ਨੈਸ਼ਨਲ ਫਰਟੀਲਾਈਜ਼ਰਸ 'ਚ ਸੀਗੇ, ਤੁਸੀਂ ਕਾਲਸ ਜਿਹੜੀਆਂ ਹਨ ਉਹ ਬੁੱਕ ਕਰਵਾਉਂਦੇ ਸੀਗੇ, ਅਤੇ ਜਦੋਂ ਤੁਸੀਂ ਪਹਿਲੀ ਦਫ਼ਾ ਅੰਕਲ ਨੂੰ ਮਿਲੇ, ਪਹਿਲੀ ਦਫ਼ਾ ਤੁਸੀਂ ਇਹਨਾਂ ਨੂੰ ਦੇਖਿਆ ਤਾਂ ਤੁਹਾਡਾ ਇਹਨਾਂ ਨੂੰ ਦੇਖ ਕੇ ਕੀ ਰਿਐਕਸ਼ਨ ਸੀ ਜਾਂ ਪਹਿਲਾ ਵਿਚਾਰ ਕੀ ਸੀਗਾ? ਹਾਂ, ਇਹ ਬੜੇ ਸਮਾਰਟ ਸੀਗੇ, ਕਿਉਂਕਿ ਅਗਰ ਆਪਾਂ ਦੂਜੇ ਪਾਸੇ ਦੇਖੀਏ ਕਿ ਅਕਸਰ ਬਲਾਈਂਡ ਲੋਕ ਜਿਵੇਂ ਇਹਨਾਂ ਨੇ ਦੱਸਿਆ ਕਿ 10 ਸਾਲ ਦੀ ਉਮਰ 'ਚ ਬਲਾਈਂਡ ਹੋ ਗਏ, ਆਪਣੇ ਆਪ 'ਚ ਜਿਵੇਂ ਬੰਦਾ ਕੁਛ ਕਰ ਨਹੀਂ ਸਕਦਾ, ਦੂਜਿਆਂ ਦੀ ਹੈਲਪ ਦੇ ਨਾਲ ਲਾਈਫ ਬਿਤਾਉਂਦਾ ਹੈ, ਤਾਂ ਆਪਾਂ ਇੱਕ ਇਮੈਜਿਨ ਜਿਹਾ ਕਰ ਸਕਦੇ ਹਾਂ ਕਿ ਵੀ ਕਿਸ ਤਰ੍ਹਾਂ ਦਾ ਸ਼ਖਸ ਹੋਏਗਾ, ਬਟ ਹੀ ਇਜ਼ ਅ ਵੈਰੀ ਸਮਾਰਟ ਗਾਏ। ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਤੁਹਾਡਾ ਕੰਪੇਨੀਅਨ ਤੁਹਾਡੇ ਨਾਲ ਬੈਠਾ ਖੜਾ ਕਿਸ ਤਰ੍ਹਾਂ ਦਾ ਲੱਗਦਾ। ਫਿਰ ਉਸ ਤੋਂ ਵੀ ਵੱਡੀ ਜਿਹੜੀ ਕੋਈ ਖੂਬਸੂਰਤੀ ਕਿਸੇ ਵੀ ਇਨਸਾਨ ਦੀ ਹੁੰਦੀ ਹੈ, ਉਹ ਦਿੰਦੇ ਵਿਚਾਰ। ਇਹਨਾਂ ਦੇ ਵਿਚਾਰ, ਕਿਉਂਕਿ ਪੜ੍ਹੇ ਲਿਖੇ ਹੋਣ ਕਰਕੇ, ਇੱਕ ਅੱਛੀ ਫੈਮਿਲੀ ਦੇ ਹੋਣ ਕਰਕੇ ਵੀ ਇੰਨੇ ਅੱਛੇ ਸੀਗੇ ਕਿ ਇਹਨਾਂ ਨੇ ਕਦੇ ਵੀ, ਕਿਉਂਕਿ ਜਿਵੇਂ ਮੇਰੀ ਸ਼ਿਫਟਿੰਗ ਡਿਊਟੀ ਹੁੰਦੀ ਸੀਗੀ ਜਾਂ ਕਈ ਵਾਰੀ ਮੈਂ ਮਤਲਬ ਜਿਵੇਂ NGO 'ਚ ਜਾਂਦੀ ਸੀ, ਇਹਨਾਂ ਨੇ ਕਦੇ ਮਾਇੰਡ ਨਹੀਂ ਕੀਤਾ, ਹਮੇਸ਼ਾ ਮੈਨੂੰ ਪੁਸ਼ ਕੀਤਾ ਕਿ ਨਹੀਂ ਤੂੰ ਕਰ, ਯੂ ਕੈਨ ਡੂ ਇਟ, ਤੈਨੂੰ ਮੇਰੀ ਹੈਲਪ ਦੀ ਲੋੜ ਹੈ, ਦੱਸੋ। ਫਿਰ ਅਸੀਂ ਅਕਸਰ, ਕਿਉਂਕਿ ਮੈਂ ਵੀ ਮਿਊਜ਼ਿਕ ਦੀ ਪੈਸ਼ਨੇਟ ਸੀਗੀ, ਇਹ ਵੀ ਹੈਗੇ ਸੀਗੇ, ਅਸੀਂ ਅਕਸਰ ਆਪਣੀ ਜ਼ਿੰਦਗੀ ਦੇ ਜਿਹੜੇ ਮੁੱਢਲੇ ਦਿਨ ਜਿਵੇਂ ਆਪਾਂ ਕਹਿ ਲਈਏ, ਅਸੀਂ ਰਾਤ ਨੂੰ 3-3 ਵਜੇ ਤੱਕ ਗਜ਼ਲਾਂ ਗਾਉਂਦੇ ਅਤੇ ਗੀਤ ਗਾਉਂਦੇ ਰਹਿੰਦੇ ਹੁੰਦੇ ਸੀ, ਸਾਨੂੰ ਪਤਾ ਹੀ ਨਾ ਲੱਗਾ ਉਦੋਂ 3 ਵੱਜ ਗਏ। ਮਤਲਬ ਇਸ ਤਰ੍ਹਾਂ ਦਾ ਸਾਡਾ ਲਾਈਫ ਰਿਹਾ ਕਿ ਲਾਈਫ ਨੂੰ ਅਸੀਂ ਐਵੇਂ ਨਹੀਂ ਕਿ ਇੱਕ ਦੂਜੇ ਦੀ ਕਮੀਆਂ ਨਾਲ ਜੋੜਿਆ ਹੋਵੇ, ਅਸੀਂ ਲਾਈਫ ਨੂੰ ਫੁੱਲ ਇੰਜੋਏ ਕੀਤਾ ਹੋਇਆ। ਅੱਛਾ ਅੰਕਲ, ਹੁਣ ਆਂਟੀ ਨੇ ਤਾਂ ਦੱਸਤਾ ਕਿ ਕਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਗੱਲਬਾਤ ਹੋਈ, ਹੁਣ ਤੁਸੀਂ ਦੱਸੋ ਵੀ ਜਦੋਂ ਤੁਸੀਂ ਕਾਲਸ ਬੁੱਕ ਕਰਵਾਉਂਦੇ ਸੀਗੇ, ਆਂਟੀ ਨਾਲ ਗੱਲ ਹੁੰਦੀ ਸੀ, ਤਾਂ ਉਹ ਪਹਿਲਾਂ ਫਿਰ ਜਿਹੜੀ ਫੋਨ ਦੀ ਮੁਲਾਕਾਤ ਸੀ ਉਹ ਕਿਵੇਂ ਰਹੀ? ਬੇਟਾ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਵੈਸੇ। ਹਾਂਜੀ, ਪਰ ਭੁੱਲੇ ਤਾਂ ਨਹੀਂ ਤੁਸੀਂ ਹੋਣੇ, ਆਈ ਐਮ ਸ਼ੋਰ ਅਬਾਊਟ ਇਟ। ਨਹੀਂ, ਭੁੱਲਣਾ ਤਾਂ ਖੈਰ ਕਾਹਦੇ ਵਾਸਤੇ ਹੈਗਾ, ਜ਼ਿੰਦਗੀ ਦੀ ਬਹੁਤ ਵੱਡੀ ਐਸੈਟਸ ਹੁੰਦੀਆਂ ਨੇ ਇਹ। ਹਾਂਜੀ, ਗੱਲ ਇਹ ਕਿ ਆਂਟੀ ਦੀ ਆਵਾਜ਼ ਇੰਨੀ ਕੁ ਸਵੀਟ ਸੀ ਉਸ ਵੇਲੇ, ਅੱਜ ਵੀ ਹੈ, ਪਰ ਇਸ ਵੇਲੇ ਐਟ ਪ੍ਰੈਜੈਂਟ ਥੋੜ੍ਹਾ ਜਿਹਾ ਗਲਾ ਖਰਾਬ ਚੱਲ ਰਿਹਾ ਤਾ, ਅਤੇ ਮਤਲਬ ਆਵਾਜ਼ ਇਹਦੀ ਬਹੁਤ ਪਤਲੀ ਔਰ ਬਹੁਤ ਸੁਰੀਲੀ ਸੀਗੀ, ਬਹੁਤ ਤਿੱਖੀ ਸੀ। ਔਰ ਦੇਖੋ, ਬਲਾਈਂਡ ਆਦਮੀ ਦੀ ਇਹ ਪ੍ਰੋਬਲਮ ਕਹਿ ਲਓ ਜਾਂ ਜ਼ਰੂਰਤ ਕਹਿ ਲਓ ਜਾਂ ਜੋ ਵੀ ਕਹਿ ਲਓ, ਉਹਨੇ ਸਾਹਮਣੇ ਵਾਲੇ ਨੂੰ ਆਵਾਜ਼ ਤੋਂ ਹੀ ਜੱਜ ਕਰਨਾ ਹੁੰਦਾ, ਕਿਉਂ ਹੋਰ ਤਾਂ ਕੋਈ ਉਹਦੇ ਕੋਲ ਵੇਖ ਹੈ ਨਹੀਂ ਗਾ, ਜਾਂ ਤਾਂ ਉਹਦੀ ਗੱਲ ਤੋਂ ਜਾਂ ਉਹਦੇ ਵਿਚਾਰ, ਮਤਲਬ ਬੋਲਣ ਆਵਾਜ਼ 'ਚ ਜੱਜ ਕਰੇਗਾ ਨਾ, ਵੀ ਇੱਕ ਇੱਕ ਇਮੈਜਿਨ ਕਰ ਲੈਂਦਾ ਆਪਣੇ ਆਪ 'ਚ ਵੀ ਇਹੋ ਜਿਹਾ ਬੰਦਾ ਹੈਗਾ। ਤਾਂ ਮੈਂ ਵੀ ਟੈਲੀਫੋਨ ਆਪਰੇਟਰ ਸੀ, ਇਹ ਵੀ ਟੈਲੀਫੋਨ ਆਪਰੇਟਰ ਸੀ, ਤਾਂ ਸਾਨੂੰ ਲੋਕਾਂ ਨੂੰ ਬੰਦੇ ਦੀ ਹੈਲੋ ਤੋਂ ਹੀ ਅਸੀਂ ਲੋਕ ਜੱਜ ਕਰ ਲੈਂਦੇ ਹਾਂ ਕਿ ਬੰਦਾ ਕਿਹੋ ਜਿਹਾ ਸਾਹਮਣੇ। ਬਿਲਕੁਲ। ਅਤੇ ਖੈਰ, ਐਨੀਵੇ ਉਹ ਸੀਗੀ ਆਵਾਜ਼। ਐਕਚੁਲੀ ਜਿਹੜੀ ਗੱਲ ਮੈਂ ਇਹਨਾਂ ਨੂੰ ਕਹੀ ਸੀ ਉਹ ਐਜ਼ ਏ ਮਜ਼ਾਕ 'ਚ ਕਹੀ ਗਈ ਸੀ ਕਿ ਵੀ ਹਾਂ ਬਈ ਆਪਾਂ ਹਲੇ ਹੈਗੇ ਹਾਂ,
ਐਕਚੁਅਲੀ ਲਫ਼ਜ਼ ਤਾਂ ਮੈਂ ਇਹਨਾਂ ਨੂੰ ਇਹ ਬੋਲਿਆ ਸੀਗਾ, ਕਿਉਂਕਿ ਇਹ 2-3 ਮਹੀਨਿਆਂ ਤੋਂ ਬਾਅਦ ਇਕਦਮ ਇਹਨਾਂ ਦੀ ਆਵਾਜ਼ ਸੁਣੀ ਸੀ ਤੇ ਮੈਂ ਤਾਂ ਇਹਨਾਂ ਨੂੰ ਮਿਸ ਕਰ ਰਹੀ ਸੀ ਆਵਾਜ਼ ਨੂੰ ਫਿਰ ਇਹਨਾਂ ਦੀ ਨੈਚੁਰਲੀ ਨੈਚੁਰਲੀ ਦੇਖੋ ਬੜੀ ਸਿੱਧੀ ਜੀ ਬਾਤ ਹੈਗੀ ਆ, ਜਿਸ ਬੰਦੇ ਨੂੰ ਮਿੱਠਾ ਮਿੱਠਾ ਖਾਣ ਦੀ ਆਦਤ ਹੋਵੇ। ਮੈਨੂੰ ਲਤਾ ਮੰਗੇਸ਼ਕਰ ਜੀ ਦਾ ਇੱਕ ਗਾਣੇ ਦੀ ਲਾਈਨ ਯਾਦ ਆ ਰਹੀ ਹੈ, ਤੁਸੀਂ ਆਵਾਜ਼ ਦੀ ਗੱਲ ਕਰ ਰਹੇ ਹੋ ਨਾ ਕਿ ਮੇਰੀ ਆਵਾਜ਼ ਹੀ ਪਹਿਚਾਨ ਹੈ, ਬਿਲਕੁਲ ਯਾਦ ਰਹੀ, ਬਿਲਕੁਲ ਤਾਂ ਤੁਸੀਂ ਆਵਾਜ਼ ਇਹਨਾਂ ਦੀ ਯਾਦ ਰੱਖੀ। ਯੈਸ, ਮੈਂ ਹੀ ਨਹੀਂ, ਬਹੁਤ ਲੋਕ ਹੋਰ ਵੀ ਇਹਨਾਂ ਦੀ ਆਵਾਜ਼ ਦੇ ਕਾਇਲ ਨੇ ਤੇ ਮਤਲਬ ਰੱਬ ਨੇ ਇਹ ਗੋਡ ਗਿਫਟਡ ਟੈਲੈਂਟ ਹੈ ਇਹਨਾਂ ਕੋਲ, ਐਵੇਂ ਆਪਾਂ ਕਹਿ ਦਈਏ। ਠੀਕ ਹੈ, ਘਰ ਦੇ ਮਾਹੌਲ ਕੁਛ ਇਸ ਤਰ੍ਹਾਂ ਦੇ ਮਤਲਬ ਬੈਕਗਰਾਊਂਡ ਇਸ ਤਰ੍ਹਾਂ ਹੋ ਗਈ, ਨਹੀਂ ਤਾਂ ਹੋ ਸਕਦਾ ਕਿ ਸ਼ਾਇਦ ਅੱਜ ਥੋੜਾ ਮਤਲਬ ਇਹ ਕੁਛ ਸਾਲ। ਤੁਸੀਂ ਮੈਨੂੰ ਦੱਸ ਰਹੇ ਸੀ ਵੀ ਪਹਿਲਾਂ ਤੁਸੀਂ ਆਂਟੀ ਨੂੰ ਵੀ ਕਿਹਾ ਉਹਨਾਂ ਦੀ ਡਿਊਟੀ ਲਾਈ ਵੀ ਮੇਰੇ ਵਾਸਤੇ ਕੁੜੀ ਲੱਭੋ, ਏਦਾਂ ਵੀ ਤੁਸੀਂ ਦੱਸ। ਹਾਂਜੀ, ਉਹ ਇੰਸੀਡੈਂਟ ਇਸ ਤਰ੍ਹਾਂ ਹੋਇਆ ਸੀ, ਐਕਚੁਅਲੀ ਕੀ ਹੈ, ਸਾਡਾ ਥੋੜਾ ਜਿਹਾ ਵਧੀ ਤਾਂ ਸੀ, ਮੈਂ ਉਹਨਾਂ ਦਿਨਾਂ 'ਚ ਐਮਏ ਕਰ ਰਿਹਾ ਸੀ ਆ, ਸੈਕਿੰਡ ਐਮਏ। ਹਾਂਜੀ, ਇੱਕ ਤਾਂ ਮੈਂ ਮਤਲਬ ਐਮਏ ਪਹਿਲਾਂ ਕੀਤੀ, ਸੈਕਿੰਡ ਐਮਏ ਹੋਰ ਕੀਤੀ ਸੀ। ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਨੂੰ ਕੋਈ ਰੀਡਰ ਲੱਭ ਦਿਓ, ਵੀ ਤੁਹਾਡੇ ਕੋਈ ਇੱਧਰ ਤੁਹਾਡੇ ਕੰਟੈਕਟ ਹੋ ਗਏ, ਰੀਡਰ ਮੀਨਸ ਜਿਹੜੇ ਆ ਕੇ ਬੁੱਕਸ ਪੜ੍ਹ ਕੇ ਸੁਣਾ ਸਕਣ। ਹੁਣ ਤਾਂ ਮਤਲਬ ਇਹ ਹੋ ਗਿਆ ਨਾ, ਰਿਕਾਰਡਿੰਗ ਬਹੁਤ ਕੁਛ ਮਿਲ ਜਾਂਦਾ, ਕੰਪਿਊਟਰ ਦੀ ਹੈਲਪ ਨਾਲ ਤੁਸੀਂ ਬਹੁਤ ਕੁਛ ਕਰ ਸਕਦੇ ਹੋ। ਉਸ ਜ਼ਮਾਨੇ 'ਚ ਸਾਨੂੰ ਬਲਾਈਂਡ ਦੀ ਪ੍ਰੋਬਲਮ ਹੀ ਹੁੰਦੀ ਸੀ ਕਿ ਸਾਨੂੰ ਕੋਈ ਕਿਤਾਬਾਂ ਪੜ੍ਹ ਕੇ ਸੁਣਾਵੇ ਅਤੇ ਅਸੀਂ ਉਹਨਾਂ ਨੂੰ ਯਾਦ ਕਰਨਾ ਹੁੰਦਾ ਸੀ। ਅਤੇ ਅੱਛਾ, ਵਿਜ਼ਨ ਸਰ ਤੁਹਾਡਾ 100% ਵਿਜ਼ਨ ਨਹੀਂ ਹੈ? ਆਈ ਐਮ ਟੋਟਲੀ ਬਲਾਈਂਡ ਇਨ ਦਾ ਏਜ ਆਫ 9.5 ਈਅਰ। ਇਹੀ ਅਗਸਤ ਦਾ ਮਹੀਨਾ ਸੀ, 1968 ਦੀ ਗੱਲ ਹੈ, ਮੈਂ 1958 ਬੋਰਨ ਹਾਂ। ਓਕੇ, ਤੇ ਗੱਲ ਇਹ ਹੈਗੀ ਹੈ, ਤੇ ਖੈਰ ਪੜਨ ਪੜਨ ਚ ਸੋ ਆਲ ਆਫ ਅ ਸਡਨ ਇਟ ਹੈਪਨਡ ਸਰ। ਨਹੀਂ, ਐਕਚੁਅਲੀ ਕੀ ਹੈਗਾ, ਇੱਕ ਨਾ ਮਾਇਓਪੀਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਦੂਰ ਦੀ ਨਜ਼ਰ ਕਮਜ਼ੋਰ ਹੋਣਾ, ਇੱਕ ਹੁੰਦਾ ਹਾਈ ਮਾਇਓਪੀਆ ਮਤਲਬ ਨਜ਼ਰ ਦਾ ਜ਼ਿਆਦਾ ਕਮਜ਼ੋਰ ਹੋਣਾ। ਅੱਜ ਅੱਜ ਕੱਲ੍ਹ ਤਾਂ ਬਹੁਤ ਟ੍ਰੀਟਮੈਂਟਸ ਆ ਗਏ ਨਾ ਲੇਜ਼ਰ ਨਾਲ ਹੋਰ ਨਾਲ, ਉਸ ਜ਼ਮਾਨੇ 'ਚ ਇੰਨਾ ਚੀਜ਼ਾਂ ਦੀ ਉਹ ਨਹੀਂ ਸੀ, ਤਾਂ ਬਚਪਨ 'ਚ ਐਨਕ ਲੱਗੀ ਹੋਈ ਸੀ, ਤਾਂ ਡਾਕਟਰਸ ਨੇ ਉਸ ਜ਼ਮਾਨੇ 'ਚ ਵਿਚਾਰ ਆਮ ਹੁੰਦਾ ਸੀ ਲੋਕਾਂ ਦਾ, ਡਾਕਟਰਾਂ ਦਾ ਵੀ ਕਹਿਣਾ ਵੀ ਪੜੋ ਘੱਟ, ਅੱਖਾਂ 'ਤੇ ਸਟੇਨ ਘੱਟ ਪਾਓ, ਕਿਉਂਕਿ ਟ੍ਰੀਟਮੈਂਟ ਹੀ ਨਹੀਂ ਹੈ ਸੀ ਉਹਨਾਂ ਲੋਕਾਂ ਕੋਲ। ਹੁਣ ਜੇ ਆਪਾਂ ਕਹੀਏ ਐਂਟੀਬੋਡੀਜ਼ ਆਉਣ ਤੋਂ ਪਹਿਲਾਂ ਲੋਕ ਡਾਕਟਰਾਂ ਕੋਲ ਕੀ ਸੀ ਵਿਚਾਰਿਆਂ ਕੋਲ, ਕੁਛ ਵੀ ਨਹੀਂ ਸੀ। ਹੁਣ ਤਾਂ ਸਟੀਰੋਇਡਸ ਵੀ ਆ ਗਏ ਤੇ ਹੋਰ ਵੀ ਚੀਜ਼ਾਂ ਆ ਗਈਆਂ ਨੇ, ਬਿਲਕੁਲ ਉਹ ਮਤਲਬ ਟਾਈਮ ਨਾਲ ਚੇਂਜ ਹੁੰਦਾ ਰਿਹਾ ਜੀ। ਅੱਛਾ, ਮੈਂ ਮਤਲਬ ਮੇਰੀ ਡਿਟੈਚਮੈਂਟ ਆਫ ਰੈਟੀਨਾ, ਇੱਕ ਰੈਟੀਨਾ ਹੁੰਦਾ ਆਪਣੀ ਅੱਖ ਦੇ ਪਿਛਲੇ ਪਾਸੇ ਪੜਦਾ ਹੁੰਦਾ ਜਿੱਥੇ ਜਾ ਕੇ ਇਮੇਜ ਬਣਦਾ, ਹਾਂਜੀ, ਉਹ ਡਿਟੈਚ ਹੋ ਗਿਆ ਸੀ ਬ੍ਰੇਨ ਨਾਲ। ਉਸ ਜ਼ਮਾਨੇ 'ਚ ਉਹਦਾ ਕੋਈ ਖਾਸ ਇਲਾਜ ਹੈ ਹੀ ਨਹੀਂ ਸੀਗਾ, ਓਪਰੇਸ਼ਨ ਹੁੰਦਾ ਸੀ 100 'ਚੋਂ ਇੱਕ ਓਪਰੇਸ਼ਨ ਮਸਾਂ ਸਕਸੈਸ ਹੁੰਦਾ ਸੀ, ਉਹ ਵੀ ਖੁਸ਼ ਨਸੀਬੀ ਨਾਲ, ਡਾਕਟਰਸ ਕੋਲ ਕੁਛ ਵੀ ਨਹੀਂ ਹੁੰਦਾ ਸੀਗਾ ਜੀ। ਹੁਣ ਤਾਂ ਬਹੁਤ, ਹੁਣ ਤਾਂ ਲੇਜ਼ਰਸ ਆ ਗਏ, ਕਰਾਇਓ ਆ ਗਈਆਂ, ਹੋਰ ਬਹੁਤ ਚੀਜ਼ਾਂ ਆ ਗਈਆਂ, ਹੁਣ ਤਾਂ ਮਤਲਬ ਚੀਜ਼ਾਂ ਹੀ ਡਿਫਰੈਂਟ ਹੋ ਗਈਆਂ ਨੇ ਜੀ। ਤੇ ਉਹ ਬਸ ਮੈਂ ਬਲਾਈਂਡ ਹੋ ਗਿਆ। 3-4 ਸਾਲ ਮੇਰੇ ਮਾਂ ਬਾਪ ਨੇ ਟ੍ਰੀਟਮੈਂਟ 'ਚ ਗੁਜ਼ਾਰੇ, ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣ ਸਕੀ। ਤੇ ਫਿਰ ਮੈਂ ਆਪਣੇ ਫਾਦਰ ਨੂੰ ਕਿਹਾ ਜੀ ਮੈਂ ਤਾਂ ਪੜ੍ਹਨਾ ਹੈ। ਮੇਰੇ ਫਾਦਰ ਨੇ ਮੈਨੂੰ ਫਿਰ ਪੜ੍ਹਾਇਆ, ਬਲਾਈਂਡ ਸਕੂਲ 'ਚ ਐਡਮਿਟ ਕਰਾਇਆ ਮੇਰਾ, ਉੱਥੇ ਦਿੱਲੀ ਮੈਂ ਗਿਆ, ਉੱਥੇ ਮੇਰਾ ਮਨ ਨਹੀਂ ਲੱਗਿਆ, 3 ਸਾਲ ਮੈਂ ਮਤਲਬ ਹੋਮ ਸਿੱਖ ਕਰਦਾ ਕਰਾਂਦਾ ਵਾਪਸ ਬਠਿੰਡੇ ਆ ਗਿਆ ਸੀਗਾ ਜੀ। ਮੈਨੂੰ ਉੱਥੇ ਕਿਸੇ ਨੇ ਗਾਈਡ ਕੀਤਾ ਸੀ, ਐਕਚੁਅਲੀ ਮੇਰਾ IQ ਲੈਵਲ ਵਗੈਰਾ ਦੇਖ ਕੇ ਟੀਚਰ ਨੇ ਮੈਨੂੰ ਕਿਹਾ ਕਿ ਬੇਟਾ ਤੂੰ ਨਾ ਸਿੱਧਾ 10ਵੀਂ ਦੇ ਇਗਜ਼ਾਮ ਦੇ ਦੇ ਪ੍ਰਾਈਵੇਟ, ਤੂੰ ਕਰ ਸਕਦਾ, ਮੈਂ ਤੇਰੀ ਤਿਆਰੀ ਕਰਵਾ ਦਿੰਦਾ ਜੀ। ਮੈਨੂੰ ਉਸ ਤੱਕ ਉਹ ਤੱਕ ਨੌਲੇਜ ਨਹੀਂ ਸੀ, ਮੈਂ ਕਿਹਾ ਕੀ ਇਹੋ ਜਿਹਾ ਪੋਸੀਬਲ ਹੈ? ਕਹਿੰਦੇ ਹਾਂ ਬਿਲਕੁਲ ਹੈ। ਅੱਛਾ, ਮੈਂ ਉਦੋਂ 5ਵੀਂ 'ਚ ਸੀਗਾ, ਮਤਲਬ ਉੱਥੇ 5ਵੀਂ 'ਚ ਸੀਗਾ, ਅਤੇ ਮੈਂ ਬਠਿੰਡੇ ਆ ਗਿਆ। ਉਹ ਕਿਸਮਤ ਕਹਿ ਲਓ ਕੁਛ ਕਹਿ ਲਓ, 2 ਸਾਲਾਂ ਵਾਸਤੇ ਨਾ ਜੀ ਪੰਜਾਬ ਦੇ ਵਿੱਚ 8ਵੀਂ ਦਾ ਬੋਰਡ ਟੁੱਟ ਕੇ 9ਵੀਂ ਦਾ ਹੋ ਗਿਆ ਸੀਗਾ, ਇਹ 1975
75 76 ਦੀਆਂ ਗੱਲਾਂ ਨੇ ਜੀ। ਮੈਂ ਤਾਂ ਮੈਂ ਮਾਂ ਬਾਪ ਮਤਲਬ ਫਾਦਰ ਸਾਹਿਬ ਨੂੰ ਕਿਹਾ ਕਿ ਮੈਂ ਤਾਂ ਸਿੱਧਾ 9th ਦੇ ਇਗਜ਼ਾਮ ਦੂੰਗਾ ਜੀ ਬੋਰਡ ਦੇ। ਉਹ ਕਹਿੰਦੇ ਐਂ ਕਿਵੇਂ ਦੇ ਦੇਣਾ, ਇਹ ਤਾਂ ਗਲਤ ਹੋ ਜਾਏਗਾ। ਉਹਨਾਂ ਨੂੰ ਇਹ ਡਰ ਸੀ ਕਿ ਜੇ ਮੈਂ 9th 'ਚੋਂ ਫੇਲ ਹੋ ਗਿਆ ਤਾਂ ਮੇਰਾ ਦਿਲ ਟੁੱਟ ਜੂੰਗਾ, ਮੈਂ ਅੱਗੇ ਪੜ੍ਹਨਾ ਨਹੀਂ। ਮੈਨੂੰ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋਣਾ। ਮੈਂ ਕਿਹਾ ਨਹੀਂ ਜੀ ਮੈਂ ਕਰਨਾ ਹੀ 9th। ਕਹਿੰਦੇ ਉਹਨਾਂ ਨੇ ਮੈਨੂੰ ਸਮਝਾਇਆ ਵੀ ਇਸ ਤਰ੍ਹਾਂ ਜੇ ਕਰੇਗਾ ਤਾਂ ਉਹ ਹੋਏਗਾ। ਮੈਂ ਕਿਹਾ ਜੀ ਮੇਰਾ ਕੋਈ ਦਿਲ ਨਹੀਂ ਟੁੱਟਦਾ, ਜੇ ਮੈਂ 9th 'ਚੋਂ ਫੇਲ ਵੀ ਹੋ ਗਿਆ ਤਾਂ ਮੈਂ 8th ਤਾਂ ਪਾਸ ਹੋ ਹੀ ਗਿਆ ਨਾ ਆਟੋਮੈਟਿਕਲੀ। ਮੈਂ ਉਹਨਾਂ ਨੂੰ ਇਹ ਦਲੀਲ ਦਿੱਤੀ। ਖੈਰ ਉਹਨਾਂ ਨੇ ਆਪਣੀ ਇੱਕ ਕੰਡੀਸ਼ਨ ਰੱਖਤੀ, ਕਹਿੰਦੇ ਬੇਟਾ ਐ ਮਤਲਬ ਪਹਿਲਾਂ 6th ਦਾ ਸਾਰਾ ਕੋਰਸ ਕਰ, ਫਿਰ 7th ਦਾ ਕਰ, ਮਤਲਬ ਮੈਂ ਤੇਰੇ ਕੋਰਸ ਸਾਰਾ ਕਰਾਊਂਗਾ। ਘਰੇ ਟਿਊਸ਼ਨਾਂ ਰੱਖੀਆਂ, ਟੀਚਰਸ ਬੁਲਾ ਕੇ ਮੇਰੇ ਇਗਜ਼ਾਮ ਦਵਾਏ, ਜਿਵੇਂ 6th ਦਾ ਸਿਲੇਬਸ ਕੀਤਾ ਉਹਨਾਂ ਨੇ, 6th ਮੈਨੂੰ ਅਪਰੂਵ ਕਰਤਾ 2 ਮਹੀਨਿਆਂ 'ਚ ਹੀ। ਫਿਰ 7th ਦਾ ਕੀਤਾ, 8th, ਫਿਰ ਮੈਂ ਨਵੰਬਰ ਦੇ ਮਹੀਨੇ 'ਚ 9th ਦੇ ਮਤਲਬ ਪੜ੍ਹਾਈ ਸ਼ੁਰੂ ਕੀਤੀ। ਤਾਂ ਮੈਂ ਅੱਜ ਤਾਂ ਖੈਰ ਦੱਸਦੇ ਹੋ ਥੋੜ੍ਹੀ ਸ਼ਰਮ ਆਉਂਦੀ ਹੈ, ਐਂ ਕਹਿ ਲਓ। ਅਦਰਵਾਈਜ਼ ਉਸ ਜ਼ਮਾਨੇ 'ਚ ਮੈਂ ਹਾਈ ਸੈਕੰਡਰੀ ਵਿਦ 57% ਮਾਰਕਸ ਮੈਨੇ 9th ਬੋਰਡ ਕਲੀਅਰ ਕੀਤਾ ਸੀ, ਔਰ ਉਸ ਜ਼ਮਾਨੇ 'ਚ ਕਾਫੀ ਅੱਛੇ ਮਾਰਕਸ ਸੀਗੇ। ਬਿਲਕੁਲ। ਤੇ ਬਸ ਫਿਰ 10th ਮੈਂ ਇੱਥੇ MSD ਸਕੂਲ ਹੈਗਾ, MSD ਪਬਲਿਕ ਲਾਅ ਡਰਾਮਾ ਜਿਹਨੂੰ ਕਹਿੰਦੇ ਅੱਜ ਕੱਲ੍ਹ, ਤੇ ਉਹਦੇ 'ਚ ਮੈਨੇ 10th ਕੀਤੀ। ਫਿਰ ਮੈਂ ਇੱਥੇ ਗੌਰਮੈਂਟ ਇੰਦਰਾ ਕਾਲਜ 'ਚ ਪੜ੍ਹਿਆ ਜੀ 1976 ਤੋਂ ਲੈ ਕੇ 1980 ਤੱਕ, 81 ਤੱਕ ਰਹਿੰਦੇ। ਇਹ ਵੀ ਇੱਕ ਚੈਲੰਜ ਸੀ ਬਹੁਤ ਵੱਡਾ, ਕਿਉਂਕਿ ਵਿਜੂਅਲੀ ਇੰਪੇਅਰਡ ਹੋ ਕੇ ਪੂਰੀ ਐਜੂਕੇਸ਼ਨ, ਨਹੀਂ ਤਾਂ ਇਨਸਾਨ ਦੀ ਥੋੜੀ ਜਿਹੀ ਜਿਹਨੂੰ ਕਹਿੰਦੇ ਕਿ ਹੌਸਲਾ ਜਿਹੜਾ ਹੈਗਾ ਉਹਦਾ ਟੁੱਟ ਜਾਂਦਾ। ਨਹੀਂ ਨਹੀਂ ਮੈਨੂੰ ਮੇਰੇ ਫੈਮਿਲੀ, ਕਿਉਂਕਿ ਤੁਸੀਂ ਬਾਏ ਬਰਥ ਵਿਜੂਅਲੀ ਇੰਪੇਅਰਡ ਨਹੀਂ ਸੀ, ਬਾਅਦ ਦੇ ਵਿੱਚ ਹੋਏ ਹੋ। ਮੈਨੂੰ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਸੀ, ਮੈਨੂੰ ਮੇਰੇ ਮਤਲਬ ਕਜ਼ਨਸ ਦੀ ਔਰ ਫਰੈਂਡਸ ਦੀ ਬਹੁਤ ਸਪੋਰਟ ਰਹੀ ਹੈ। ਹਾਂਜੀ। ਤੇ ਪੜ੍ਹਾਈ ਪੜ੍ਹਾਈ ਦੇ ਵਿੱਚ ਮੇਰੀ ਬਹੁਤ ਹੈਲਪ ਹੁੰਦੀ ਰਹੀ ਹੈ। ਹਾਂਜੀ। ਔਰ ਖੈਰ ਐਨੀਵੇ ਰੱਬ ਨੇ ਦਿਮਾਗ ਵੀ ਠੀਕ ਠਾਕ ਹੀ ਦਿੱਤਾ ਸੀ ਜੀ। ਤੇ ਉਸ ਤੋਂ ਬਾਅਦ ਮੈਂ ਇੱਥੇ ਜਦੋਂ 10th ਕੀਤੀ ਉਹ ਵੀ ਹਾਈ ਸੈਕੰਡਰੀ ਕੀਤੀ ਸੀ। ਰਾਈਟ। ਫਿਰ ਮੈਨੇ ਪ੍ਰੈਪ ਹੁੰਦੀ ਸੀ ਸਾਡੇ ਜ਼ਮਾਨੇ 'ਚ, ਅੱਜ ਕੱਲ੍ਹ +2 ਹੋ ਗਿਆ, ਉਸ ਜ਼ਮਾਨੇ 'ਚ ਪ੍ਰੈਪ ਹੁੰਦੀ ਸੀ। ਹਾਂਜੀ। ਉਹਦੇ 'ਚ ਮੈਂ ਡਿਸਟ੍ਰਿਕਟ ਟੌਪ ਕੀਤਾ ਸੀ ਵਿਦ 61% ਮਾਰਕਸ। ਫਿਰ ਮੈਨੇ ਗ੍ਰੈਜੂਏਸ਼ਨ ਦੇ ਵਿੱਚ ਯੂਨੀਵਰਸਿਟੀ 'ਚ ਓਪਨ ਮੈਰਿਟ 'ਚ 10th ਰੈਂਕ ਸੀ। ਫਿਰ ਮੈਂ ਨਾਲ ਹੀ BA ਆਨਰਸ ਕੀਤੀ ਸੀ, ਉਹਦੇ 'ਚ ਮੈਂ ਯੂਨੀਵਰਸਿਟੀ ਟੋਪਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ। ਤੇ ਫਿਰ ਮੈਨੇ MA ਕੀਤੀ ਪੋਲੀਟੀਕਲ ਸਾਇੰਸ। ਫਿਰ ਮੈਨੂੰ ਜੋਬ ਮਿਲ ਗਈ, NFL ਵੱਲੋਂ ਆਫਰ ਆ ਗਈ, ਮੈਂ ਫਿਰ NFL 'ਚ ਜੁਆਇਨ ਕੀਤਾ। ਪੋਲੀਟੀਕਲ ਸਾਇੰਸ 'ਚ ਤੁਸੀਂ MA ਕੀਤੀ ਤਾਂ ਕੀਤੀ, ਮਤਲਬ ਪੋਲੀਟਿਕਸ ਦੇ ਵਿੱਚ ਤੁਹਾਡਾ ਇੰਟਰਸਟ? ਨਹੀਂ, ਮੈਂ ਐਕਚੁਅਲੀ ਮੇਰਾ ਗੋਲ ਸੀਗਾ ਪੋਲੀਟੀਕਲ ਸਾਇੰਸ ਦਾ ਲੈਕਚਰਰ ਬਣਨ ਦਾ। ਓਕੇ। ਮੇਰਾ ਮਤਲਬ ਇਹ ਡ੍ਰੀਮ ਸੀਗਾ, ਮੈਨੂੰ ਪੜ੍ਹਾਉਣ ਦਾ ਅੱਜ ਵੀ ਬਹੁਤ ਬੁਰਾ ਸ਼ੌਕ ਹੈ। ਮੇਰੇ ਕੋਲ ਕੋਈ ਆਵੇ ਸਹੀ, ਫਸ ਜਾਏ ਸੀ ਕੋਈ ਬੱਚਾ, ਮੈਂ ਫਿਰ ਜਰਾ ਚੰਗੀ ਤਰ੍ਹਾਂ ਪੜ੍ਹਾ ਦੇਣਾ ਜੀ। ਤੇ ਨਹੀਂ, ਉਸਦੀ ਮੈਂ ਬਹੁਤ ਅੱਛੀ ਗਵਾਹ ਹੈ ਕਿ ਮੇਰੀ ਸ਼ਾਦੀ ਹੋਈ ਸੀ ਸਾਡੇ ਹੀ ਫੈਮਿਲੀ ਦੇ ਵਿੱਚੋਂ। ਇਹਨਾਂ ਦੇ ਇੱਕ ਫਰੈਂਡ ਹੈ, ਉਹਦਾ ਕਜ਼ਨ, ਉਹ ਕਹਿੰਦਾ ਜੀ ਮੈਂ ਤਾਂ ਐਗਜ਼ਾਮ ਨੂੰ 6-7 ਦਿਨ ਰਹਿ ਗਏ ਤਾਂ ਮੇਰਾ ਤਾਂ ਪੋਲੀਟੀਕਲ ਸਾਇੰਸ ਦਾ ਪੇਪਰ ਡ੍ਰੌਪ ਹੋਊਗਾ, ਵੀ ਮੇਰੀ ਤਾਂ ਕੋਈ ਤਿਆਰੀ ਨਹੀਂ ਹੋਈ। ਤਾਂ ਉਹ ਸ਼ਾਮ ਨੂੰ ਲੈ ਕੇ ਇਹਨਾਂ ਦੇ ਕੋਲ ਆਏ, ਮਤਲਬ ਇਹਨਾਂ ਦਾ ਘਰ ਦਾ ਨਾਮ ਪੱਪੂ ਹੈ, ਕਹਿੰਦੇ ਪੱਪੂ ਆ ਇਹਨੂੰ ਰਾਜਨ ਨੂੰ ਜਰਾ ਪੜ੍ਹਾ। ਇਹ ਕਹਿੰਦੇ ਬਸ ਤੂੰ ਛੱਡ ਕੇ ਚਲਾ ਜਾ। ਔਰ ਇਹ ਨਾ ਰੋਜ਼ ਸ਼ਾਮ ਨੂੰ ਆਫਿਸ ਤੋਂ ਆਉਂਦੇ ਹੀ ਸਾਡਾ ਡਰਾਇੰਗ ਰੂਮ ਹੁੰਦਾ ਸੀਗਾ ਅਤੇ ਉਹਦੇ ਵਿੱਚ ਇਹਨਾਂ ਨੇ ਦਰਵਾਜ਼ਾ ਲਗਾ ਕੇ ਬੈਠ ਜਾਣਾ। ਰਾਤ ਦੇ 9-10 ਇਹਨਾਂ ਨੇ ਉਹ 6-7 ਦਿਨ ਉਸ ਲੜਕੇ ਨੂੰ ਪੜ੍ਹਾਇਆ ਅਤੇ ਆਈ ਥਿੰਕ ਉਹਦਾ 60% ਮਾਰਕਸ ਮਤਲਬ ਮੇਰੇ ਕੋਲ ਆਏ ਸੀਗੇ। ਵੀ ਇਹਨਾਂ ਦੀ ਸਟੱਡੀ ਕਰਵਾਉਣ ਦਾ ਤਰੀਕਾ ਜਿਹੜਾ ਹੈ ਨਾ, ਉਹ ਸਿਰਫ ਪੜ੍ਹਾਉਣਾ ਹੀ ਨਹੀਂ ਹੁੰਦਾ, ਅਗਲੇ ਦੇ ਦਿਮਾਗ 'ਚ ਪਾ ਦਿੰਦੇ ਆ ਇਹ ਹਰ ਇੱਕ ਸਾਕਸ਼ਾਤ, ਵੀ ਤੁਸੀਂ ਭੁੱਲ ਹੀ ਨਹੀਂ ਸਕਦੇ ਮਤਲਬ ਕਿ ਆਹ ਚੀਜ਼ ਇਸ ਤਰ੍ਹਾਂ ਨਹੀਂ ਹੈਗਾ। ਦੱਸੋ, ਸਟੱਡੀ ਪੈਟਰਨ ਤਾਂ ਇਹਨਾਂ ਦਾ ਬਹੁਤ ਬੜੀ ਹੈ, ਬਹੁਤ ਬੜੀ ਹੈ।
ਮੈਨੂੰ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ UPSC ਵੀ ਕਰਨਾ ਚਾਹੁੰਦੇ ਸੀ, ਮਤਲਬ ਤੁਹਾਡਾ ਵੈਸੇ ਮਨ ਦੇ ਵਿੱਚ ਤੁਹਾਡੀ ਇੱਛਾ ਸੀ ਕਿ IAS ਕਰਨੀ ਹੈ? ਬਹੁਤ ਮਨ ਸੀ ਐਕਚੁਅਲੀ, ਕੀ ਹੈ ਮੈਂ ਸ਼ੁਰੂ ਤੋਂ ਇਹ ਸੋਚ ਦਾ ਮਾਲਕ ਹਾਂ ਕਿ ਮੈਂ ਬਲਾਈਂਡਸ ਵਾਸਤੇ, ਜਿਹੜੇ ਉਸ ਜ਼ਮਾਨੇ 'ਚ ਇੱਕ ਇਮੇਜ ਸੀਗਾ ਕਿ ਬਲਾਈਂਡਸ ਵਾਸਤੇ ਸਿਰਫ ਇੱਕ ਮਿਊਜ਼ਿਕ ਦੀ ਲਾਈਨ ਹੈ, ਜੀ ਮੈਂ ਉਸ ਇੰਪ੍ਰੈਸ਼ਨ ਨੂੰ ਉਸ ਨੂੰ ਤੋੜਨਾ ਚਾਹੁੰਦਾ ਸੀ, ਵੈਨਿਸ਼ ਕਰਨਾ ਚਾਹੁੰਦੇ ਸੀ ਕਿ ਮੈਂ ਕਿ ਨਹੀਂ ਬਲਾਈਂਡ ਸਾਰਾ ਕੁਝ ਕਰ ਸਕਦੇ ਹਾਂ। ਖੈਰ ਉਸ ਜ਼ਮਾਨੇ ਸਾਨੂੰ ਲੋਕਾਂ ਨੂੰ ਅਲਾਊਡ ਹੀ ਨਹੀਂ ਸੀ ਬਿਲਕੁਲ ਐਗਜ਼ਾਮਸ ਵਗੈਰਾ ਦੇਣ ਵਾਸਤੇ, ਤਾਂ ਅੱਜ ਤਾਂ ਖੈਰ IAS ਵੀ ਬਲਾਈਂਡ ਬਣ ਰਹੇ ਹਾਂ, ਹਾਂਜੀ ਬਿਲਕੁਲ, ਤੇ ਬਹੁਤ ਕੁਝ ਹੋ ਗਿਆ, ਚਾਹੇ ਇਹਨੂੰ ਥੋੜਾ ਸਮਾਂ ਲੱਗਿਆ ਪਰ ਅੱਜ ਸਟਰਗਲ ਤਾਂ ਦੇਖੋ ਉਹੀ ਗੱਲ ਹੈ ਵੀ ਬਿਨਾਂ ਸਟਰਗਲ ਦੇ ਤਾਂ ਕੋਈ ਕਿਤੇ ਰਾਈਟ ਮਿਲਦੇ ਹੀ ਨਹੀਂ ਬਿਲਕੁਲ। ਹੁਣ ਤਾਂ ਸਾਰੇ ਦੇ ਸਾਰੀਆਂ ਮਤਲਬ ਅਪਰਚੁਨਿਟੀਜ਼ ਖੁੱਲੀਆਂ ਨੇ, ਲਾਅ 'ਚ ਜਾ ਰਹੇ ਬਲਾਈਂਡ ਬੱਚੇ, ਅਕਾਊਂਟਸ 'ਚ ਜਾ ਰਹੇ ਨੇ, ਬੈਂਕਿੰਗ 'ਚ ਜਾ ਰਹੇ ਨੇ, ਔਰ ਬਿਲਕੁਲ ਤੁਹਾਡੇ ਗਾਈਡ ਕੀਤੇ ਹੋਏ ਬੱਚੇ, ਮੈਨੂੰ ਪਤਾ ਹੈ ਬਠਿੰਡੇ ਦੇ ਵੀ ਹੈਗਾ, ਅਦਰਵਾਈਜ਼ ਥਰੂ ਆਊਟ ਇੰਡੀਆ ਨੇ ਉਹਨਾਂ ਲੋਕਾਂ ਨੇ ਬਹੁਤ ਅੱਜ ਡੈਜ਼ਿਗਨੇਸ਼ਨਸ ਤੇ ਬੈਠੇ ਹੋਏ ਨੇ, ਕਿਤੇ ਨਾ ਕਿਤੇ ਤੁਹਾਡੀ ਬਹੁਤ ਵੱਡੀ ਉਹਨਾਂ ਨੂੰ ਗਾਈਡੈਂਸ ਹੈ। RBI 'ਚ ਵੀ ਬਲਾਈਂਡ ਲੋਕ ਕੰਮ ਕਰ ਰਹੇ ਔਰ ਪ੍ਰੋਗਰਾਮਿੰਗ ਦਾ ਕੰਮ ਕਰ ਰਹੇ, ਕੰਪਿਊਟਰ ਦੀ ਪ੍ਰੋਗਰਾਮਿੰਗ ਕਰ ਰਹੇ ਨੇ। ਮੈਂ ਆਪਣੇ ਬਾਰੇ ਵੀ ਜਸਟ ਗੱਲ ਕਰਦਾ, ਹਾਲਾਂਕਿ ਮੇਰੀ ਉਮਰ ਠੀਕ ਠਾਕ ਹੀ ਹੈ, 60 ਸਾਲ ਦਾ ਹੋ ਚੱਲਿਆ, ਤੇ ਪਰ ਮੈਂ ਅੱਜ ਵੀ ਕੰਪਿਊਟਰ ਸਿੱਖਿਆ, ਮੈਂ ਮੋਬਾਈਲ ਯੂਜ ਕਰ ਰਿਹਾ, ਸਾਰੇ ਕੋਈ ਇਹ ਗੱਲ ਨਹੀਂ ਹੈਗਾ, ਆਪਣੇ ਆਪ ਨੂੰ ਅਪ ਟੂ ਡੇਟ ਕਰਨ ਦੀ ਕੋਸ਼ਿਸ਼ ਜਾਂ ਨਵਾਂ ਸਿੱਖਣ ਦਾ ਮੈਨੂੰ ਮੇਰੇ ਅੰਦਰ ਸ਼ੁਰੂ ਤੋਂ ਜਜ਼ਬਾ। ਮੈਨੂੰ ਮੈਮ ਦੱਸ ਰਹੇ ਸੀ, ਕਹਿੰਦੇ ਵੀ ਅੱਜ ਤੱਕ ਕਦੇ ਉਹਨਾਂ ਨੇ ਮੈਨੂੰ ਬੈੱਡ ਤੇ ਬਹਿ ਕੇ ਇਹ ਨਹੀਂ ਕਿਹਾ ਵੀ ਮੈਨੂੰ ਆਹ ਚੀਜ਼ ਫੜਾ ਦਿਓ, ਮੈਨੂੰ ਆਹ ਚੀਜ਼ ਫੜਾ ਦਿਓ, ਵੀ ਇਹਨਾਂ ਦੀ ਇਹ ਕੋਸ਼ਿਸ਼ ਹੁੰਦੀ ਵੀ ਮੈਂ ਸਾਰੀ ਹਰੇਕ ਕੰਮ ਜਿਹੜਾ ਹੈਗਾ ਆਪਣਾ ਆਪ ਕਰਾਂ। ਮੈਂ ਐਕਚੁਅਲੀ ਤੁਹਾਨੂੰ ਹੁਣ ਕੀ ਦੱਸਾਂ, ਤੁਹਾਨੂੰ ਸੁਣ ਕੇ ਥੋੜ੍ਹਾ ਜਿਹਾ ਅਜੀਬ ਵੀ ਲੱਗੇਗਾ ਔਰ ਸ਼ਾਇਦ ਵਿਸ਼ਵਾਸ ਵੀ ਨਹੀਂ ਹੋਏਗਾ, ਮੈਂ ਆਪਣੀ ਮਦਰ ਕੋਲੋਂ ਈਵਨ ਸਵੈਟਰ ਨਿੱਟ ਕਰਨਾ ਵੀ ਸਿੱਖਿਆ ਸੀ। ਅੱਛਾ। ਔਰ ਮੈਂ ਆਪਣੇ ਹੱਥ ਨਾਲ ਉਸ ਜ਼ਮਾਨੇ 'ਚ ਮਤਲਬ ਸਵੈਟਰ ਵੀ ਨਿੱਟ ਕੀਤਾ ਸੀ। ਕੀ ਬਾਤ ਹੈ, ਮਤਲਬ ਇਹ ਨਹੀਂ ਹੈ ਕਿ ਕੰਮ ਲਰਨ ਕਰਨਾ ਜਾਂ ਸਿੱਖਣਾ ਜਾਂ ਉਹਦੇ 'ਚ ਵੜਨਾ, ਮਤਲਬ ਉਦੋਂ ਤਾਂ ਇਹ ਵੀ ਚੈਲੇਂਜ ਲੈਂਦੇ ਸੀ ਵੀ ਸੂਈ 'ਚ ਧਾਗਾ ਵੀ ਮੈਂ ਪਾਉਣਾ, ਹਾਲਾਂਕਿ ਮੈਨੂੰ ਨਜ਼ਰ ਨਹੀਂ ਆਉਂਦਾ। ਜੀ 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 ਬਿਲਕੁਲ, ਤੇ ਮਤਲਬ ਐਸੀ ਕੋਈ ਗੱਲ ਨਹੀਂ ਹੈਗੀ, ਕੰਮ ਸਾਰੇ ਕਰ ਲਈਦੇ ਆ। ਜੀ ਬਿਲਕੁਲ, ਉਹ ਅਲੱਗ ਗੱਲ ਹੈ ਜਦੋਂ ਵਿਆਹ ਹੋ ਗਿਆ ਫਿਰ ਬੰਦਾ ਡਿਪੈਂਡੈਂਟ ਹੋ ਹੀ ਜਾਂਦਾ ਜਨਾਨੀ ਦੇ ਉੱਤੇ, ਕਿਉਂ ਕਾਰਨ ਉਹੀ ਹੁੰਦਾ ਵੀ ਜਨਾਨੀ ਨੇ ਪੋਚਾ ਮਾਰਦਾ ਜੇ ਤੁਸੀਂ ਤੁਰ ਪਏ ਤਾਂ ਫਿਰ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਹੈ, ਪਤਾ ਹੀ ਹੈ। ਅੱਛਾ ਸਰ, ਮੈਂ ਦੁਬਾਰਾ ਕਾਲ 'ਤੇ ਆਉਂਦੀ ਹਾਂ ਵੀ ਤੁਹਾਡੀ, ਤੇ ਜਦੋਂ ਮੈਮ ਦੀ ਕਾਲ 'ਤੇ ਆਫਿਸ਼ੀਅਲੀ ਗੱਲ ਹੁੰਦੀ, ਤੁਸੀਂ ਕਿਹਾ ਵੀ ਆਵਾਜ਼ ਹੀ ਬੜੀ ਇਹਨਾਂ ਦੀ ਮਿੱਠੀ ਸੀ, ਵੀ ਇਹਨਾਂ ਦੀ ਆਵਾਜ਼ ਦਾ ਮੈਂ ਦੀਵਾਨਾ ਹੋ ਗਿਆ, ਹੈ ਨਾ, ਤਾਂ ਉਸ ਤੋਂ ਬਾਅਦ ਫਿਰ ਵਿਆਹ ਤੱਕ ਕਿਸ ਤਰ੍ਹਾਂ ਗੱਲ ਪਹੁੰਚਦੀ ਹੈ? ਬਸ ਪਹਿਲਾਂ ਤੁਸੀਂ ਇਹਨਾਂ ਦੀ ਡਿਊਟੀ ਲਗਾਈ ਕਿ ਮੇਰੇ ਵਾਸਤੇ ਰੀਡਰ ਇਹਨਾਂ ਨੇ ਫਿਰ ਭੇਜਿਆ, ਮਤਲਬ ਆਪਦੇ ਕਿਸੇ ਕੁਲੀਗ ਨੂੰ, ਉਹਨੂੰ ਜ਼ਰੂਰਤ ਸੀ, ਉਹ ਮਤਲਬ ਮੇਰੇ ਕੋਲ ਆਉਣ ਲੱਗ ਗਿਆ, ਫਿਰ ਉਹਨੇ ਜਾ ਕੇ ਇਹਨੂੰ ਦੱਸਿਆ, ਉਦੋਂ ਇਹਨੂੰ ਫਸਟ ਟਾਈਮ ਪਤਾ ਲੱਗਾ ਕਿ ਮੈਂ ਬਲਾਈਂਡ ਹਾਂ। ਓਕੇ, ਮਤਲਬ ਪਹਿਲਾਂ ਟੈਲੀਫੋਨ ਤੇ ਪਤਾ ਹੀ ਨਹੀਂ ਸੀ, ਨਹੀਂ ਵੀ ਨਹੀਂ ਪਤਾ ਸੀ ਇਹਨਾਂ ਨੂੰ ਕਿ ਮੈਂ ਬਲਾਈਂਡ ਹਾਂ ਔਰ ਇਸ ਤਰ੍ਹਾਂ ਹੈਗਾ ਜੀ। ਇਹਨਾਂ ਤੋਂ ਪਹਿਲਾਂ ਸ਼ਾਇਦ ਇੰਪ੍ਰੈਸ਼ਨ ਇਹੀ ਸੀਗਾ ਕਿ ਮੈਂ ਸ਼ਾਇਦ ਮੈਰਿਡ ਵੀ ਹਾਂ। ਓਕੇ, ਤੇ ਮਤਲਬ ਪਰ ਉਹ ਗੱਲ ਹੈ, ਬਸ ਠੀਕ ਹੈ, ਹੋਣੀ ਬਲਵਾਨ ਹੈ। ਹਾਂਜੀ, ਹੌਲੀ 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 ਫਿਰ ਉਹ ਮੰਗਲਾ ਸਾਹਿਬ ਦੀ ਗੱਲ ਆ ਗਈ, ਫਿਰ ਜਦੋਂ ਤੁਸੀਂ ਆਂਟੀ ਨੂੰ ਕਿਹਾ ਵੀ ਮੇਰੇ ਵਾਸਤੇ ਕੁੜੀ ਲੱਭੋ, ਹਾਂ ਉਹ ਵੀ ਗੱਲ ਆਈ ਸੀ, ਫਿਰ ਉਹ ਕੁੜੀ ਫਿਰ ਲੱਭਣ ਦੀ ਕੋਸ਼ਿਸ਼ ਕੀਤੀ? ਮੈਨੂੰ ਨਹੀਂ ਕਿਹਾ ਸੀ, ਜਿਹੜੇ ਮੇਰੇ ਕੁਲੀਗ ਜਾਂਦੇ ਸੀ ਇਹਨਾਂ ਨੂੰ ਪੜਾਉਣ ਵਾਸਤੇ, ਵੀ ਨਾਰਮਲੀ ਜਿਵੇਂ ਆਪਾਂ ਉਹਨਾਂ ਨੂੰ ਮੇਰੀ ਮਦਰ ਨੇ ਕਿਹਾ ਵੀ ਮੁੰਡੇ ਵਾਸਤੇ ਕੁੜੀ ਲੱਭ ਕੇ ਦਿਓ, ਉਹ ਫਿਰ ਇੱਕ ਦਿਨ ਜਿਵੇਂ ਸਾਡੇ ਬੋਰਡ ਨਾਲ ਆਏ ਤਾਂ ਉਹਨਾਂ ਨੇ ਕਿਹਾ ਕਿ ਮੈਮ ਉਹ ਤਾਂ ਬਹੁਤ ਅੱਛੇ ਬੰਦੇ ਹੈਗੇ ਨੇ। ਮੈਂ ਕਿਹਾ ਕੌਣ? ਕਹਿੰਦੇ ਤੁਸੀਂ ਮੈਨੂੰ ਜਿਨ੍ਹਾਂ ਦੇ ਕੋਲ ਭੇਜਿਆ ਸੀ। ਆਈ ਵਾਜ਼ ਫੋਰਗੇਟ ਕਿ ਕੀ ਮੈਂ ਕਿਹਨੇ ਕੋਲ ਭੇਜਿਆ ਸੀ। ਕਹਿੰਦੇ ਲੈ ਤੁਸੀਂ ਤਾਂ ਭੇਜਿਆ ਸੀ, ਕਹਿੰਦੇ ਜਿਹੜੇ NFL 'ਚ ਮਿਸਟਰ ਮੌਂਗਾ ਹੈ ਵੀ ਉਹਨਾਂ ਨੇ MA ਕਰਨੀ ਹੈ, ਉਹਨਾਂ ਨੂੰ ਲੀਡਰ ਚਾਹੀਦਾ ਸੀਗਾ। ਅੱਛਾ, ਮੈਂ ਬੜੀ ਸ਼ੌਕ ਰਹੀ ਕਿ ਅੱਛਾ ਤੁਸੀਂ ਜਾ ਰਹੇ ਹੋ।
ਕਿਉਂਕਿ ਮੈਂ ਕਹਿਤਾ ਉਹਨੂੰ ਵੀ ਇੱਦਾਂ ਲੱਭਦੀ ਉਹ ਕੋਈ, ਤਾਂ ਉਹਨਾਂ ਨੇ ਦੱਸਤਾ। ਉਸ ਤੋਂ ਬਾਅਦ ਫਿਰ ਚਲੋ ਜਿਵੇਂ ਗੱਲ ਹੋਈ ਕਿ ਨਹੀਂ ਉਹਨਾਂ ਦੇ ਮਦਰ ਬਹੁਤ ਅੱਛੇ ਹੈ, ਯੇ ਵੋ, ਵੀ ਮੈਨੂੰ ਕੋਈ ਮਤਲਬ ਲਾਈਫ ਦੇ ਵਿੱਚ ਮੈਨੂੰ ਕੋਈ ਇੰਟਰਸਟ ਨਹੀਂ ਹੁੰਦਾ, ਮੈਂ ਆਪਣੇ ਕੰਮ 'ਤੇ ਹੀ ਫੋਕਸ ਕਰਦੀ। ਅੱਜ ਵੀ ਮੈਂ ਇਹੋ ਜਿਹੀ ਹਾਂ ਕਿ ਮੈਨੂੰ ਕਿਸੇ ਨਾਲ ਕੋਈ ਇੰਟਰਸਟ ਨਹੀਂ, ਵੀ ਮੈਂ ਜਿਵੇਂ ਸਮਟਾਈਮਸ ਕਈਆਂ ਦੀ ਆਦਤ ਹੁੰਦੀ ਹੈ ਨਾ ਬੜੇ ਕੁਰੇਲ ਕੁਰੇਲ ਕੇ, ਤੁਹਾਨੂੰ ਪਤਾ ਨਹੀਂ ਸੀ ਨਾ ਵੀ ਉਸ ਘਰ ਦੇ ਵਿੱਚ ਮੈਂ ਨੂੰਹ ਬਣ ਕੇ ਜਾਣਾ, ਤਾਂ ਤੁਹਾਨੂੰ ਮੈਂ ਹੁਣ ਵੀ ਮੈਂ ਕੀ ਲੈਣਾ ਜੇ ਮਦਰ ਅੱਛੇ ਤਾਂ ਠੀਕ ਹੈ, ਅੱਛੀ ਗੱਲ ਹੈ। ਨਹੀਂ ਵੈਸੇ ਹੀ ਇੱਕ ਆਦਤ ਹੁੰਦੀ ਹੈ ਕਈਆਂ ਦੀ ਕਿ ਜੇ ਕੋਈ ਤੁਹਾਨੂੰ ਮਿਲ ਜਾਂਦਾ ਉਹਨੂੰ ਖਰੀਦਦੇ ਆਪਾਂ, ਅੱਛਾ ਤੁਸੀਂ ਕਿੰਨੇ ਭੈਣ ਭਰਾ ਹੋ, ਤੁਹਾਡੇ ਪਾਪਾ ਕੀ ਕਰਦੇ ਹੈ, ਹੈ ਨਾ, ਤੁਸੀਂ ਤੁਹਾਡਾ ਘਰ ਕਿੱਥੇ ਹੈ, ਜਿਵੇਂ ਸਕੂਲ ਲਾਈਫ 'ਚ ਵੀ, ਤਾਂ ਮਤਲਬ ਮੇਰੀ ਆਦਤ ਹੀ ਨਹੀਂ ਸੀ। ਫਰੈਂਡਸ ਹੈ ਉਹਨੂੰ ਫਰੈਂਡਸ ਤੱਕ ਹੀ ਰੱਖਿਆ ਬਸ, ਵੀ ਉਹਨਾਂ ਦੇ ਘਰੇ ਜਾਣਾ ਉਹਨੇ ਸਾਡੇ ਮੇਰੇ ਕਲਚਰ 'ਚ ਹੀ ਨਹੀਂ ਸੀਗਾ ਕਦੇ ਵੀ ਬਹੁਤ ਦੋਸਤਾਂ ਦੇ ਘਰਾਂ 'ਚ ਨਹੀਂ ਜਾਂਦੇ ਸੀ, ਜਿਵੇਂ ਕਾਲਜ 'ਚ ਵੀ ਪੜ੍ਹਦੇ ਸੀ। ਇਹਨਾਂ ਦੀ ਫੈਮਿਲੀ ਦਾ ਐਟਮੋਸਫੇਅਰ ਇਹੋ ਜਿਹਾ ਸੀ, ਕਿਉਂਕਿ ਨਾਨੀ ਜੀ ਸੀ ਨਾ ਜੀ, ਉਹ ਬੜੇ ਸਟ੍ਰਿਕਟ ਸੀ, ਇਸ ਮਾਮਲੇ ਕਾਫੀ ਪਰਟੀਕੂਲਰ ਸੀ ਵੀ ਕੁੜੀਆਂ ਘਰੇ ਰਹਿਣ। ਬਿਲਕੁਲ, ਕੰਮ ਨਾਲ ਤਾਂ ਕੰਮ ਠੀਕ ਹੈ, ਇੰਨੇ ਲਿਬਰਲ ਤਾਂ ਸੀ ਵੀ ਕੰਮ ਕਰ ਲੈ। ਅੱਛਾ, ਜਿਵੇਂ ਆਂਟੀ ਕਹਿੰਦੇ ਸੀਗੇ ਵੀ ਮੈਂ ਸੋਚਿਆ ਵੀ ਜੈਂਟਸ ਦੇ ਨਾਲ ਆਪਾਂ, ਹਨਾ, ਪਿਆਰ ਦੇ ਨਾਲ ਜਾਂ ਆਪਾਂ ਸੌਫਟਲੀ ਗੱਲ ਕਰੀਏ ਹੀ ਨਾ, ਤਾਂ ਫਿਰ ਤੁਹਾਡੇ ਨਾਲ ਕੋਈ ਇਨਸੀਡੈਂਟ ਹੋਇਆ ਵੀ ਆਂਟੀ ਨੇ ਥੋੜਾ ਗੁੱਸਾ ਦਿਖਾਇਆ ਤੁਹਾਨੂੰ ਫੋਨ ਤੇ? ਅਰੇ ਵੈਸੇ ਤਾਂ ਜਦੋਂ ਮੈਂ ਕਿਹਾ ਮਤਲਬ ਉਹ ਗੱਲ ਜਦੋਂ ਹੋਈ ਤੇ ਇਹਨੇ ਮਤਲਬ ਉਹਨੇ ਜਦੋਂ ਇਹਨਾਂ ਦੇ ਕੁਲੀਗ ਨੇ ਕਿਹਾ ਵੀ ਕੁੜੀ ਲੱਭ ਦਿਆ, ਇਹਨੇ ਕਿਤੇ ਮਤਲਬ ਮੈਨੂੰ ਮੇਰੇ ਨਾਲ ਗੱਲ ਹੋਈ ਰੂਟੀਨ 'ਚ ਹੁੰਦੀ ਸੀ ਗੱਲਾਂ, ਤਾਂ ਕਿਉਂਕਿ ਗਾਲੜੀ ਦਾ ਮੈਂ ਵੀ ਬਹੁਤ ਸੀਗਾ ਤੇ ਜੀ ਕਰਦੇ ਕਰਾਉਂਦੇ। ਇਹਨੇ ਮੈਨੂੰ ਕਿਹਾ ਜੀ ਕੋਈ ਕੁੜੀ ਹੈਗੀ ਹੈ ਇਸ ਤਰ੍ਹਾਂ, ਇੰਨੀ ਕੋਈ ਪੜ੍ਹੀ ਹੈ, ਦਸ ਪੜ੍ਹੀ ਹੈ, ਅਤੇ ਮਤਲਬ ਦੇਖ ਲਓ ਤੁਸੀਂ। ਮੇਰੇ ਮੂੰਹੋਂ ਨਿਕਲ ਗਿਆ, ਮੈਂ ਕਿਹਾ ਤੂੰ ਕੁੜੀਆਂ ਕਾੜੀਆਂ ਨੂੰ ਛੱਡ, ਤੂੰ ਆਪਦੇ ਬਾਰੇ ਗੱਲ ਕਰ। ਮੈਂ ਮਤਲਬ ਫਰੈਂਕਲੀ ਗੱਲ ਕਰੈਲੀਫੋਨ ਤੇ, ਮਤਲਬ ਆਪਦੇ ਦਫ਼ਤਰ ਬੈਠੀ, ਮੈਂ ਆਪਣੇ ਦਫ਼ਤਰ ਕਾਲ ਲਗਾ ਰਹੀ ਹਾਂ, ਮੈਂ ਆਫੀਸ਼ੀਅਲੀ ਕੰਮ ਕਰ ਰਹੀ ਹਾਂ, ਮੈਂ ਉਸੇ ਵੇਲੇ ਪਲੱਗ ਕਰ ਦਿੱਤਾ। ਨਹੀਂ ਫੜਤਾ ਮੁੜ ਕੇ ਜੀ, ਤਿੰਨ ਦਿਨ ਇਹਨੇ ਗੱਲ ਨਹੀਂ ਕੀਤੀ, ਮਤਲਬ ਇਹਨੂੰ ਇੰਨਾ ਗੁੱਸਾ ਆ ਗਿਆ। ਐਕਚੁਅਲੀ ਜਿਹੜੀ ਗੱਲ ਇਹਨੇ ਪਹਿਲਾਂ ਕਹੀ ਨਾ ਬੰਦਿਆਂ ਨਾਲ ਗੱਲ ਕਰਨਾ, ਉਹ ਗੱਲ ਇਸ ਨਾਲ ਗੱਲ ਜੁੜੀ ਹੋਈ ਸੀ ਕਿ ਵੀ ਮੈਂ ਮਤਲਬ ਕਿਸੇ ਨਾਲ ਸੌਫਟ ਮਤਲਬ ਹੋਣਾ ਹੀ ਨਹੀਂ, ਲਿਬਰਲ ਹੋਣਾ, ਵੀ ਇਸ ਬੰਦੇ ਦੀ ਇੰਨੀ ਡੇਅਰ ਕਿਵੇਂ ਹੋ ਗਈ ਅੱਜ। ਐਕਚੁਅਲੀ ਤਾਂ ਗੱਲ ਇਹ ਸੀਗੀ, ਉਹ ਪਹਿਲਾਂ ਮਤਲਬ ਉਵੇਂ ਕਹਿ ਬੈਠੀ ਉਸ ਗੱਲ ਤੋਂ, ਤੇ ਹੋਇਆ ਏਦਾਂ ਹੀ ਸੀ ਸਾਡੇ ਨਾਲ ਜੀ। ਅੱਛਾ ਅੰਕਲ, ਤੁਸੀਂ ਕਿਸ ਤਰ੍ਹਾਂ ਦਾ ਲਾਈਫ ਪਾਰਟਨਰ ਐਕਸਪੈਕਟ ਕਰਦੇ ਸੀ, ਕਿਉਂਕਿ ਤੁਸੀਂ ਵਿਜ਼ੂਅਲੀ ਇੰਪੇਅਰਡ ਸੀ ਜ਼ਿਆਦਾਤਰ? ਆਪਾਂ ਦੇਖਦੇ ਹਾਂ ਕਿ ਹਨਾ ਸਾਡੇ ਘਰੇ ਬਰਾਬਰ ਦਾ ਅਸੀਂ ਰਿਸ਼ਤਾ ਲੱਭਦੇ ਆ। ਨਹੀਂ ਨਹੀਂ, ਡਿਸਕਸ਼ਨ ਸਾਡੇ ਹੁੰਦਾ ਸੀਗਾ ਜੀ, ਇਹੀ ਗੱਲ ਸੀ, ਕਿਉਂਕਿ ਜਦੋਂ ਨੌਕਰੀ ਮਿਲ ਗਈ ਫਿਰ ਛੋਕਰੀ ਤਾਂ ਚਾਹੀਦੀ ਸੀ ਨਾ। ਹਾਂਜੀ, ਤੇ ਗੱਲ ਇਹ ਹੈ ਵੀ ਮੈਨੂੰ ਕਹਿੰਦੇ ਸੀ ਵੀ ਮਤਲਬ ਫਾਦਰ ਪੇਰੈਂਟਸ ਤਾਂ ਇਹ ਕਹਿੰਦੇ ਸੀ ਵੀ ਕਿਹੋ ਜਿਹੀ ਵੀ ਮਿਲ ਜਾਏ ਵੀ ਇਹਦਾ ਘਰ ਬਸ ਜੇ, ਵੀ ਇਹਦੀਆਂ ਰੋਟੀਆਂ ਦਾ ਜੁਗਾੜ ਹੋ ਜਾਏ ਵੀ ਅਸੀਂ ਕਦ ਤੱਕ ਬੈਠੇ ਹਾਂ। ਮੈਂ ਮੇਰੀ ਕੁਛ ਕੰਡੀਸ਼ਨਾਂ ਸੀ, ਮੈਂ ਕਿਹਾ ਜੀ ਮੇਰੀਆਂ ਬੇਸਿਕ ਕੁਛ ਕੰਡੀਸ਼ਨਸ ਹੈ, ਮੈਂ ਉਹਨਾਂ ਤੋਂ ਬਿਨਾਂ ਮੈਂ ਵਿਆਹ ਨਹੀਂ ਕਰਵਾਉਣਾ। ਮੈਂ ਕਿਹਾ ਜੀ ਇੱਕ ਤਾਂ ਮੈਂ ਲੈਣੀ ਹੈ ਨੋਰਮਲ ਫਿਜ਼ੀਕਲੀ, ਕਿਉਂਕਿ ਮੈਂ ਹੈਂਡੀਕੈਪ ਨਾਲ ਨਹੀਂ ਮਤਲਬ ਵਿਆਹ ਕਰਾਉਣਾ। ਰੀਜ਼ਨ ਉਹਦਾ ਇਹ ਹੈ ਕਿ ਮੈਂ ਕਿਹਾ ਜੀ ਮੰਨ ਲਓ ਵਿਜ਼ੂਅਲੀ ਚੈਲੰਜ ਹੋਈ ਤਾਂ ਸਾਡੇ ਲੋਕਾਂ ਦੀ ਲਾਈਫ ਹੋਰ ਵੀ ਔਖੀ ਹੋ ਜਾਏਗੀ, ਕੰਪਲੀਕੇਟਡ ਹੋ ਜਾਏਗੀ ਬਿਲਕੁਲ, ਕਿਉਂਕਿ ਬੱਚਿਆਂ ਨੂੰ ਵੀ ਪੜ੍ਹਾਉਣਾ, ਕਿਤੇ ਆਉਣਾ ਜਾਣਾ ਵੀ ਹੈ। ਦੇਖੋ 100 ਗੱਲਾਂ ਹੁੰਦੀਆਂ, ਮੈਂ ਉਦੋਂ ਐਗਜ਼ਾਮਪਲ ਦਿੰਦਾ ਸੀ, ਮੰਨ ਲਓ ਟ੍ਰੇਨ 'ਤੇ ਵੀ ਜਾ ਰਹੇ ਹਾਂ ਤਾਂ ਘੱਟੋ ਘੱਟ ਬੋਰਡ ਪੜ੍ਹ ਮਤਲਬ ਸਟੇਸ਼ਨ ਦੇ ਨਾਮ ਤਾਂ ਪੜ੍ਹਨ ਜੋਗਰੀ ਹੋਣੀ ਚਾਹੀਦੀ ਹੈ ਨਾ। ਬਿਲਕੁਲ ਬਿਲਕੁਲ, ਮਤਲਬ ਕੁਛ ਇਸ ਤਰ੍ਹਾਂ ਦੀਆਂ ਲੌਜਿਕਸ ਹੁੰਦੇ ਸੀ। ਫਿਰ ਉਹੀ ਗੱਲ ਹੈ ਵੀ ਲੈਣੀ ਉਹ ਪੜ੍ਹੀ ਲਿਖੀ ਲੈਣੀ ਹੈ, ਨੋਰਮਲ ਲੈਣੀ ਹੈ, ਠੀਕ ਹੈ, ਮਤਲਬ ਔਰ ਸੋਬਰ ਨੇਚਰ ਦੀ ਹੋਣੀ ਚਾਹੀਦੀ। ਹੁਣ ਇਹ ਨੇਚਰ ਵਾਲਾ ਮਸਲਾ ਬੜਾ ਟੇਢਾ ਸੀਗਾ, ਉਹ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਕਿਸੇ ਬਾਰੇ? ਉਹਦਾ ਤੁਹਾਨੂੰ ਆਪਣੀ ਆਤਮਾ ਦੀ ਸੁਣਨੀ ਪੈਣਗੀ ਜਾਂ ਤੁਸੀਂ ਸੱਜੇ ਖੁੱਬੇ ਥੋੜ੍ਹਾ ਪਤਾ ਕਰ ਸਕਦੇ, ਇਹੀ ਦੋ ਸਾਧਨ ਹੈ ਨਾ। ਬਿਲਕੁਲ ਬਿਲਕੁਲ। ਖੈਰ ਐਨੀਵੇ
ਹੋਣੀ ਸੀਗੀ ਕਿਉਂਕਿ ਮੈਰਿਜਿਸ ਆਰ ਸੈਟਲਡ ਇਨ ਹੈਵਨ ਐਂਡ ਪਰਫੋਰਮ ਔਨ ਅਰਥ, ਇਸ ਵਾਸਤੇ ਹੋਣਾ ਸੀਗਾ ਜੀ। ਅੱਛਾ, ਮੈਨੂੰ ਲੱਗਦਾ ਤੁਹਾਡੀ, ਇਫ ਆਈ ਐਮ ਨਾਟ ਰੋਂਗ, ਤੁਸੀਂ ਮੈਨੂੰ ਕਰੈਕਟ ਕਰਿਓ, ਮੈਨੂੰ ਲੱਗਦਾ ਤੁਹਾਡੀ ਜਿਹੜੀ ਮੈਰਿਜ ਹੈ ਉਹ ਵੀ ਇੰਟਰ ਰਿਲੀਜਨ ਹੈ। ਯੈਸ ਆਫ ਕੋਰਸ ਮੈਮ, ਯੈਸ ਕਿਉਂਕਿ ਮੈਂ ਸਿੱਖ ਫੈਮਿਲੀ ਦੇ ਹੈ। ਹਾਂ, ਮੈਂ ਸਨਾਤਮੀ ਸੀ, ਹਿੰਦੂ ਜੀ। ਨਹੀਂ, ਰੋੜਾ ਨਹੀਂ, ਰੋੜਾ ਸਿੱਖ ਹਿੰਦੂ 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 ਜੀ ਸਿੰਘ, ਅਜੀਤ ਸਿੰਘ ਰੋੜੇ ਸਾਡੇ ਸੀ, ਇਹ ਕੋਈ ਗੱਲ ਨਹੀਂ ਹੈ ਜੀ ਜੀ। ਤੇ ਫਿਰ ਮੈਮ, ਮਤਲਬ ਸਾਰੀ ਉਮਰ ਹੈ ਨਾ, ਵੈਸੇ ਤਾਂ ਸਾਰੇ ਧਰਮ ਇੱਕ ਨੇ, ਪਰ ਇੱਕਦਮ ਜਦੋਂ ਆਪਾਂ ਸ਼ਾਦੀ ਕਰਕੇ ਦੂਸਰੀ ਫੈਮਿਲੀ 'ਚ ਜਾਂਦੇ ਹਾਂ ਤਾਂ ਉੱਥੇ ਐਕਸਪੈਕਟੇਸ਼ਨ ਹੁੰਦੀ ਹੈ ਫੈਮਿਲੀ ਦੀ ਵੀ, ਵੱਡਿਆਂ ਦੀ ਵੀ, ਬਜ਼ੁਰਗਾਂ ਦੀ ਵੀ, ਕਿ ਸਾਡੇ ਜੋ ਪਹਿਲਾਂ ਰਿਚੁਅਲਸ ਨੇ ਜਾਂ ਜੋ ਪੂਜਾ ਪਾਠ ਜਿਸ ਤਰ੍ਹਾਂ ਹੁੰਦਾ ਵੀ ਉਸ ਤਰ੍ਹਾਂ ਹੀ ਹੋਵੇ, ਤਾਂ ਤੁਹਾਡੇ ਲਈ ਫਿਰ ਉਹ ਕਿਵੇਂ ਰਿਹਾ? ਨਹੀਂ, ਉਹਦੇ 'ਚ ਮੈਨੂੰ ਉਸ ਦੇ ਵਿੱਚ ਮੈਂ ਬਹੁਤ ਲੱਕੀ ਰਹੀ। ਮਾਮਾ ਜੀ ਦੇ ਘਰ ਤਾਂ ਬਾਬਾ ਜੀ ਦੀ ਬੀੜੀ ਪ੍ਰਕਾਸ਼ ਹੁੰਦੀ ਸੀ ਮੇਰੇ ਨਾਮ ਕੇ ਤਾਂ ਉਹ ਵੀ, ਇਹ ਵੀ, ਇਹਨਾਂ ਦੇ ਮੰਮੀ ਵੀ, ਅਸੀਂ ਕਿਲੇ ਦੇ ਕੋਲ ਹੀ ਰਹਿੰਦੇ ਸੀ ਬੈਂਕ ਬਾਜ਼ਾਰ ਦੇ ਵਿੱਚ, ਤਾਂ ਮੰਮੀ ਹੋਰੀ ਵੀ ਗੁਰਦੁਆਰਾ ਸਾਹਿਬ ਜਾਂਦੇ, ਮਤਲਬ ਕੋਈ ਇਸ ਤਰ੍ਹਾਂ ਦੇ ਨੀ, ਦੀਦੀ ਮੇਰੇ ਸਿਸਟਰ ਲੋ, ਮਤਲਬ ਗੁਰਦੁਆਰਾ ਸਾਹਿਬ ਬੋਲਾ ਓਪਨ ਮਾਹੌਲ ਸੀਗਾ, ਕੋਈ ਇਸ ਤਰ੍ਹਾਂ ਦਾ ਹੈ ਨਹੀਂ ਸੀ ਕਿ ਇਸ ਨੂੰ ਮੰਨਣਾ ਇਸ ਨੂੰ ਨਹੀਂ ਮੰਨਣਾ। ਤੇ ਕੁਛ ਜੋ ਸਾਡੇ ਫੈਮਿਲੀਆਂ ਦੇ ਰਿਚੁਅਲਸ ਹੁੰਦੇ ਆ, ਵੀ ਮੈਂ ਇਹ ਮੰਨਦੀ ਹਾਂ ਬੀਇੰਗ ਏ ਲੇਡੀ ਕਿ ਜਿਸ ਘਰ ਦੇ ਵਿੱਚ ਅਸੀਂ ਆਉਂਦੇ ਹਾਂ ਉਸ ਘਰ ਦੀ ਪਰੰਪਰਾ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਉਹਨਾਂ ਦੇ ਰਿਚੁਅਲਸ ਅਡੋਪਟ ਜ਼ਰੂਰ ਕਰਨੇ ਚਾਹੀਦੇ ਹੈ, ਠੀਕ ਹੈ? ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਲੜਕੀਆਂ ਤਾਂ ਇੱਕ ਐਸਾ ਪੇੜ ਜਾਂ ਪੌਦਾ ਹੁੰਦੀਆਂ ਨੇ ਕਿ ਜਿਹਦਾ ਬੀਜ ਕਿਤੇ ਲੱਗਦਾ ਅਤੇ ਉਹ ਫਲ ਕਿਤੇ ਦਿੰਦੀਆਂ ਨੇ, ਅਤੇ ਜੇ ਫਲ ਲੈਣਾ ਔਰ ਮਿੱਠਾ ਲੈਣਾ ਤਾਂ ਸਾਨੂੰ ਉਸ ਪਰਿਵਾਰ ਦੀ ਜਿਹੜੀ ਨੀਂਵ ਹੈ, ਪਰੰਪਰਾ ਹੈ, ਉਸ ਨੂੰ ਸਾਨੂੰ ਅਡੋਪਟ ਕਰਨਾ ਹੀ ਚਾਹੀਦਾ ਹੈ ਜੀ। ਬਿਲਕੁਲ, ਇਸ ਕਰਕੇ ਮਤਲਬ ਮੈਂ ਲੱਗੀ ਸੀਗੀ ਕਿ ਮੈਨੂੰ ਮੰਮੀ ਹੋਰਾਂ ਨੇ ਕਦੇ ਵੀ ਆ ਪੂਰੀ ਫੈਮਿਲੀ ਨੇ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕਿਆ, ਹਾਲਾਂਕਿ ਮੈਂ ਸ਼ਿਵ ਦੀ ਬਹੁਤ ਵੱਡੀ ਭਗਤ ਹੈ ਜੀ, ਮਾਤਾ ਦੀ ਬਹੁਤ ਵੱਡੀ ਭਗਤ ਹੈ, ਮੈਂ ਤਾਂ ਸ਼ਾਇਦ ਇਹਨਾਂ ਨਾਲੋਂ ਵੀ ਜ਼ਿਆਦਾ ਵਰਤ ਰੱਖਦੀ ਹੁੰਦੀ ਸੀਗੀ। ਪਾਠ ਬਹੁਤ ਕਰਦੀ ਹਾਂ ਮੈਂ, ਵੀ ਜਿਵੇਂ ਮੇਰੇ ਮਤਲਬ ਨਾਨੀ ਜੀ ਨਾਲ ਸੀ, ਅਸੀਂ ਸਵੇਰੇ 3 ਵਜੇ ਉੱਠ ਜਾਂਦੇ ਸੀਗੇ, ਉੱਠ ਕੇ ਨਹਾ ਧੋ ਕੇ ਅਸੀਂ ਪਾਠ ਕਰਨਾ, 6 ਵਜੇ ਗੁਰਦੁਆਰਾ ਸਾਹਿਬ ਜਿਵੇਂ ਖੁੱਲ ਜਾਂਦੇ ਸੀ ਉੱਥੇ ਜਾ ਕੇ ਮੱਥਾ ਟੇਕ ਕੇ 6:30 ਅਸੀਂ ਘਰੇ ਵਾਪਸ ਆ ਜਾਂਦੇ ਸੀਗੇ ਜੀ। ਦੱਸੋ ਮਤਲਬ ਥਰਮਲ ਦੇ ਵਿੱਚ ਜਦੋਂ ਰਹਿੰਦੇ ਸੀ ਇਸ ਤਰ੍ਹਾਂ ਵੀ ਹੋਇਆ, ਪਰ ਨਹੀਂ ਮੈਂ ਸਾਰੀਆਂ ਚੀਜ਼ਾਂ ਨੂੰ ਮੰਨਦੀ ਹਾਂ, ਸਾਰੀਆਂ ਚੀਜ਼ਾਂ ਨੂੰ ਮੰਨਦੀ ਹਾਂ, ਮੈਂ ਹਰ ਇੱਕ ਧਰਮ ਨੂੰ ਮੰਨਦੀ ਹਾਂ, ਹਰ ਇੱਕ ਚੀਜ਼ ਦੀ ਰਿਸਪੈਕਟ ਕਰਦੀ ਹਾਂ, ਕਿਉਂਕਿ ਤੁਸੀਂ ਆਪਣੀ ਨੀਵ ਨੂੰ ਵੀ ਨਹੀਂ ਛੋੜ ਸਕਦੇ ਦੇਖੋ, ਠੀਕ ਹੈ? ਔਰ ਤੁਸੀਂ ਆਪਣੀਆਂ ਪਰੰਪਰਾਵਾਂ ਨੂੰ ਤੋੜਨਾ ਵੀ ਨਹੀਂ ਚਾਹੀਦਾ, ਮਤਲਬ ਮੈਂ ਤੋੜੀਆਂ ਵੀ ਨਹੀਂ, ਤੋੜਨਾ ਚਾਹੀਦਾ ਵੀ ਨਹੀਂ ਜੀ। ਅੱਜ ਦੇ ਸਿਨੇਰੀਓ 'ਚ ਮੈਂ ਬੱਚਿਆਂ ਨੂੰ ਇਹੀ ਸਮਝਾਉਂਦੀ ਹਾਂ, ਇੱਕ ਔਰਤ ਕਿਉਂ ਹੈ ਧਰਤੀ ਦੇ ਬਰਾਬਰ, ਇਸ ਦਾ ਇਹਨੂੰ ਪੈਰਲਰ ਦੇ ਵਿੱਚ ਕਿਉਂ ਰੱਖਿਆ ਗਿਆ, ਦਰਜਾ ਕਿਉਂ ਦਿੱਤਾ ਗਿਆ? ਕਿਉਂਕਿ ਜਿਵੇਂ ਧਰਤੀ ਹਰ ਇੱਕ ਚੀਜ਼ ਸਹਿਣ ਕਰਦੀ ਹੈ, ਦੇਖੋ ਜੇ ਖੁਸ਼ੀਆਂ ਸਹਿਣ ਕਰਦੀ ਹੈ ਤੇ ਇਹਦੇ ਉੱਤੇ ਗਰਮੀਆਂ ਵੀ ਬਹੁਤ ਜ਼ਿਆਦਾ ਨੇ, ਕਿਉਂਕਿ ਅੱਛੇ ਲੋਕ ਵੀ ਰਹਿੰਦੇ ਹੈ ਤੇ ਬੁਰੇ ਕੁਕਰਮ ਵੀ ਬਹੁਤ ਕਰਦੇ, ਤਦ ਵੀ ਧਰਤੀ ਸਹਿਣ ਕਰਦੀ ਹੈ। ਤੇ ਸਾਡੀ ਲਾਈਫ 'ਚ ਅਗਰ ਅਸੀਂ ਦੇਖੀਏ ਤਾਂ ਕੀ, ਅਗਰ ਮੈਂ ਮੰਨ ਲਓ ਮੈਂ ਅਰੋੜਾ ਫੈਮਿਲੀ 'ਚ ਨਹੀਂ ਹੁੰਦੀ, ਤਾਂ ਵੀ ਮੇਰੇ ਮਤਲਬ ਉਸ ਫੈਮਿਲੀ 'ਚ ਪੇਰੈਂਟਲ ਫੈਮਿਲੀ ਦੇ ਸੰਸਕਾਰ ਕੁਛ ਹੋਰ ਹੋਣੇ ਸੀ, ਮੇਰੇ ਅੱਗੇ ਜਿਹੜੇ ਫੈਮਿਲੀ ਜਿੱਥੇ ਮੈਂ ਆਈ ਹਾਂ ਉਹਦੇ ਸੰਸਕਾਰ ਕੁਛ ਹੋਰ ਹੈ, ਤਦ ਵੀ ਸਾਨੂੰ ਅਡੋਪਟ ਕਰਨੀ ਪੈਂਦੀ ਹੈ। ਖੁਸ਼ਹਾਲ ਜ਼ਿੰਦਗੀ ਉਹੀ ਹੈ ਜਿਹਦੇ ਵਿੱਚ ਕੁਛ ਨਵੀਂ ਚੀਜ਼ ਹਮੇਸ਼ਾ ਅਸੀਂ ਐਡ ਕਰਦੇ ਨਹੀਂ, ਕਦੇ ਨਹੀਂ ਸਾਨੂੰ ਸੋਚਣਾ ਚਾਹੀਦਾ ਮੇਰੇ ਵਾਂ ਕੋਈ ਐਸਾ ਹੁੰਦਾ ਤਾਂ ਮੈਂ ਤੋਂ ਐਸੇ ਕਰੂੰਗੀ, ਨਹੀਂ। ਪਰਮਾਤਮਾ ਨੇ ਸਾਨੂੰ ਜਿੱਥੋਂ ਪੱਟ ਕੇ ਜਿਸ ਪੌਦੇ ਦੀ ਜੜ੍ਹ ਨੂੰ ਜਿੱਥੇ ਲਗਾਇਆ ਹੈ ਨਾ, ਸਾਡੀ ਜੜ੍ਹ ਸੁਰੱਖਿਅਤ ਤਾਂ ਹੀ ਰਹੂਗੀ ਜੇ ਅਸੀਂ ਉਹਦੀ ਨੀਵ ਦਾ ਹਿੱਸਾ ਬਣਾਵਾਂਗੇ। ਬਸ ਮੈਂ ਤਾਂ ਇਹ ਸਿੱਖਿਆ ਸੀ ਜੋ ਮੇਰੀ ਨਾਨੀ ਜੀ ਨੇ ਜਿਸ ਤਰ੍ਹਾਂ ਦੀ ਮੈਨੂੰ ਪਰਵਰਿਸ਼ ਦਿੱਤੀ, ਮੇਰੇ ਫਾਦਰ ਮਦਰ ਦੇ ਫੈਮਿਲੀ ਦੇ ਸੰਸਕਾਰ ਸੀਗੇ, ਉਸ ਨੂੰ ਉਹ ਕਦੇ ਵੀ, ਦੇਖੋ ਧਰਮ ਕੀ ਚੀਜ਼ ਹੈ,
ਮੇਰੇ ਲਈ ਧਰਮ ਦੇ ਮਾਇਨੇ ਬਹੁਤ ਵੱਡੇ। ਧਰਮ ਇੱਕ ਸੰਸਕਾਰ ਹੈ। ਡਜ਼ਨਟ ਮੈਟਰ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਹਾਂ, ਕਿ ਅਸੀਂ ਸ਼ਿਵ ਚਾਲੀਸਾ ਕਰ ਰਹੇ ਹਾਂ, ਅਸੀਂ ਹਨੂੰਮਾਨ ਚਾਲੀਸਾ ਕਰ ਰਹੇ ਹਾਂ, ਇਹਨਾਂ ਚੀਜ਼ਾਂ ਨਾਲ ਸਿੱਖ ਕੀ ਰਹੇ ਹੋ ਤੁਸੀਂ? ਦੈਟ ਮੈਟਰ ਯੈਸ, ਸਾਰੇ ਧਰਮ ਇੱਕੋ ਹੀ ਚੀਜ਼ ਸਿਖਾਉਂਦੇ, ਉਹ ਹੈ ਮਾਨਵਤਾ ਦੀ ਸੇਵਾ, ਮਾਨਵਤਾ ਦੇ ਨਾਲ ਪਿਆਰ ਭਾਵ ਰੱਖਣਾ। ਇਸ ਤੋਂ ਸਿਵਾ ਕੋਈ ਧਰਮ ਕੁਛ ਵੀ ਨਹੀਂ ਸਿਖਾਉਂਦਾ, ਚਾਹੇ ਮੁਸਲਿਮ ਧਰਮ ਸਹੀ ਮਾਇਨੇ ਦੇ ਵਿੱਚ, ਚਾਹੇ ਮੁਸਲਿਮ ਧਰਮ 'ਚ ਚਲੇ ਜਾਓ ਜਾਂ ਤੁਸੀਂ ਕ੍ਰਿਸਚਨ 'ਚ ਚਲੇ ਜਾਓ ਜਾਂ ਪਾਰਸੀ, ਸਭ 'ਚ ਇਹੀ ਚੀਜ਼ ਸਿਖਾਈ ਜਾਂਦੀ ਹੈ ਕਿ ਮਾਨਵਤਾ ਸਭ ਤੋਂ ਸਰਵੋਪਰੀ ਹੈ। ਤੇ ਫਿਰ ਉਹਨਾਂ ਨੇ ਜਦੋਂ ਸਾਨੂੰ ਕੁਛ ਕਰਵਾਇਆ ਹੀ ਨਹੀਂ, ਸਾਨੂੰ ਵੱਖਰਾ ਹੀ ਨਹੀਂ ਕੀਤਾ ਸਾਡੇ ਧਰਮ ਨੇ, ਅਸੀਂ ਅੱਜ ਕਿਹਦੇ ਪਿੱਛੇ ਲੈ ਕੇ ਫਿਰਦੇ ਹਾਂ? ਤੇ ਜਿੱਥੇ ਵੀ ਤੁਸੀਂ ਗਏ ਹੋ ਉਹਦੀ ਰਿਸਪੈਕਟ ਕਰੋ, ਉਸ ਧਰਮ ਦੀ ਰਿਸਪੈਕਟ। ਮੈਮ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੀ ਸ਼ਾਦੀ ਦੇ ਵਿੱਚ ਸਿਰਫ 15 ਕੁ ਦਿਨ ਦਾ ਕੋਰਟਸ਼ਿਪ ਦਾ ਟਾਈਮ ਸੀ, ਔਰ ਵਿਆਹ ਤੋਂ ਬਾਅਦ ਜਦੋਂ ਤੁਸੀਂ ਮਤਲਬ ਛੁੱਟੀ ਤੋਂ ਬਾਅਦ ਤੁਸੀਂ ਜਾਂਦੇ ਹੋ ਆਫਿਸ ਦੇ ਵਿੱਚ, ਤਾਂ ਉਦੋਂ ਲੋਕਾਂ ਨੇ ਤੁਹਾਨੂੰ ਇਸ ਗੱਲ ਨੂੰ ਲੈ ਕੇ ਵੀ ਮਿਹਨੇ ਮਾਰੇ ਵੀ ਆਹ ਤੂੰ ਕੀ ਕਰ ਲਿਆ, ਕਿੱਥੇ ਵਿਆਹ ਕਰਾ ਲਿਆ, ਤੁਸੀਂ ਸਾਨੂੰ ਵੀ ਦੱਸ ਦਿੰਦੇ? ਮੈਂ ਚਾਹੂੰਗੀ ਉਹਦੇ ਉਸ ਕਿੱਸੇ ਬਾਰੇ ਵੀ ਤੁਸੀਂ ਦੱਸੋ, ਤੇ ਇੱਕ ਤਾਂ ਤੁਹਾਡੇ ਸਾਥੀ ਨੇ ਇਸੇ ਗੱਲ ਕਰਕੇ ਵਿਆਹ ਵੀ ਨਹੀਂ ਅਟੈਂਡ ਕੀਤਾ ਤੁਹਾਡਾ। ਜੀ ਉਹ ਤਾਂ ਬੜਾ ਫਨੀ ਸੀ, ਕਿਉਂਕਿ ਉਹ ਉਮਰ ਵੀ ਐਸੀ ਹੁੰਦੀ ਹੈਗੀ ਹੈ 24-25 ਸਾਲ ਦੀ, ਔਰ ਮੇਰੇ ਵਰਗਾ ਬੱਚਾ ਜਿਹਦਾ ਬਾਹਰ ਐਕਸਪੋਜ਼ਰ ਬਹੁਤ ਘੱਟ ਹੋਵੇ, ਤਾਂ ਉਹਦੇ ਲਈ ਹੋਰ ਵੀ ਸੀ, ਕਿਉਂਕਿ ਮੇਰੇ ਮਾਸੀ ਜੀ ਵੀ ਉਸੇ ਡਿਪਾਰਟਮੈਂਟ 'ਚ ਸੀਗੇ, ਇਸ ਕਰਕੇ ਉਹ ਸਾਰੇ ਜਿਹੜੇ ਮੇਰੇ ਕੁਲੀਗ ਸੀਗੇ ਉਹ ਮੈਨੂੰ ਬੇਟੀ ਵਾਂਗੂ ਹੀ ਰੱਖਦੇ ਸੀਗੇ ਜੀ। ਤਾਂ ਮੈਂ ਜਿਵੇਂ ਥੋੜ੍ਹਾ ਜਿਹਾ ਐਕਟਿਵ ਸੀ, ਸ਼ਰਾਰਤੀ ਵੀ ਸੀਗੀ, ਤਾਂ ਉਹ ਸਾਰੇ ਬੱਚਿਆਂ ਵਾਂਗੂ ਮੈਨੂੰ ਪਿਆਰ ਕਰਦੇ ਸੀ। ਪਰ ਜਦੋਂ ਮਤਲਬ ਮੈਂ 3-4 ਦਿਨ ਪਹਿਲਾਂ ਜਦੋਂ ਮੈਂ ਨਹੀਂ ਇਨਵਾਈਟ ਕੀਤਾ ਸੀ ਮੇਰੇ ਮਾਸੀ ਜੀ ਨੇ ਕਿ ਵੀ ਸੁਰਿੰਦਰ ਦੀ ਸ਼ਾਦੀ ਹੈਗੀ ਹੈ, ਵੀ ਆਪਣੇ ਨਾਲ ਹੀ ਭਾਨਾ ਮਲਟਰਸ 'ਚ ਰਾਤ ਨੂੰ 7 ਵਜੇ ਹੈ, ਤੁਸੀਂ ਜ਼ਰੂਰ ਆਉਣਾ, ਤਾਂ ਬਹੁਤ ਲੋਕਾਂ ਨੇ ਇਸ ਗੱਲ ਦੇ ਉੱਤੇ ਮਤਲਬ ਇਤਰਾਜ਼ ਕੀਤਾ, ਲੈ ਸਿੱਖਾਂ ਦੇ ਮੁੰਡੇ ਮਰ ਗਏ ਸੀਗੇ ਜਿਹੜਾ ਇਹਨੂੰ ਹਿੰਦੂ ਨਾਲ ਵਿਆਹ ਕਰਾਉਣਾ ਪਿਆ। ਦੂਸਰਾ, ਇੱਕ ਤਾਂ ਸਾਡੇ ਲੀਡਰ ਸੀਗੇ ਉਹ ਹਸਬੈਂਡ ਵਾਈਫ ਸਾਡੇ ਨਾਲ ਸੀ, ਤਾਂ ਉਹ ਸਗੋਂ ਉਹ ਇਸੇ ਗੱਲ ਦੇ ਗੁੱਸਾ ਖਾ ਗਈ, ਕਹਿੰਦੀ ਲੈ ਮੈਂ ਤਾਂ ਜਾਂਦੀ ਨਹੀਂ ਹੈਗੀ, ਕਹਿੰਦੀ ਵਿਆਹ 'ਤੇ, ਕਹਿੰਦੀ ਇਹਨੇ ਇਹ ਕੋਈ ਤਰ੍ਹਾਂ ਸੀਗਾ, ਇਹ 'ਚ ਕਮੀ ਦੱਸੋ ਕੀ ਸੀਗੀ, ਇੰਨੀ ਸੋਹਣੀ ਸਖੀ ਪੜ੍ਹੀ ਲਿਖੀ, ਇੰਨੀ ਐਕਟਿਵ, ਅਤੇ ਇਹਨੂੰ ਇੱਥੇ ਮਿਲਿਆ ਸੀਗਾ, ਕਹਿੰਦੀ ਗਰਮ ਬਰਾਬਰ ਦੇ ਤੁਸੀਂ। ਹਾਂ, ਉਹਨਾਂ ਨੂੰ ਸ਼ਾਇਦ ਜਿਵੇਂ ਹਰ ਇੱਕ ਮਾਂ ਦੀ ਸ਼ਾਇਦ ਤਮੰਨਾ ਹੁੰਦੀ ਹੈ, ਮੈਂ ਇਹ ਨਹੀਂ ਕਹਿੰਦੀ ਕਿਉਂਕਿ ਮੈਨੂੰ ਪਿਆਰ ਬਹੁਤ ਕਰਦੇ ਸੀ, ਉਹ ਵੀ ਇੱਕ ਵੱਡੀ ਭੈਣ ਜਾਂ ਮਾਂ ਵਾਂਗੂ ਮੈਨੂੰ ਸਮਝਦੇ ਹੋਣ, ਤੇ ਉਹਨਾਂ ਨੂੰ ਹੋਏ ਸੀ ਕਿ ਮੇਰੇ ਲਈ ਉਮੀਦਾਂ, ਮਤਲਬ ਕਿ ਮੈਂ ਇਸ ਤਰ੍ਹਾਂ ਦਾ ਕਿਉਂ ਕਰ ਰਹੀ ਹਾਂ, ਸ਼ਾਇਦ ਉਹਨਾਂ ਦੇ ਦਿਲ 'ਚ ਇਹ ਭਾਵਨਾ ਹੋਏ, ਬਟ ਉਹਨਾਂ ਨੇ ਕਿਹਾ ਸੀ ਮੈਂ ਨਹੀਂ ਵਿਆਹਤੇ ਜਾਂਦੀ, ਔਰ ਆਏ ਵੀ ਨਹੀਂ ਸੀਗੇ। ਬਾਅਦ ਵਿੱਚ ਹੌਲੀ ਹੌਲੀ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ, ਔਰ ਬੜਾ ਮਤਲਬ ਕਿਹਾ ਕਿ ਅਕਸਰ ਸੀਗਾ ਲੋਕਾਂ ਨੂੰ ਕਿ ਜੀ ਪਤਾ ਨਹੀਂ ਇੱਕ ਜਵਾਨੀ ਦੇ ਜੋਸ਼ 'ਚ ਆਪਾਂ ਕਰ ਲੈਂਦੇ ਹਾਂ, ਉਸ ਤੋਂ ਬਾਅਦ ਦੇਖਾਂਗੇ ਕੀ ਹਾਲ ਹੁੰਦਾ। ਬਟ ਡੇ ਬਾਏ ਡੇ, ਕਿਉਂਕਿ ਮੇਰਾ ਮਤਲਬ ਟ੍ਰਾਂਸਫਰੇਬਲ ਜੋਬ ਨਹੀਂ ਸੀ, ਮੈਂ 83 ਤੋਂ ਬਠਿੰਡਾ 'ਚ ਹੀ ਲੱਗੀ, 2020 ਦੇ ਵਿੱਚ ਮੈਂ ਬਠਿੰਡਾ 'ਚ ਹੀ ਰਿਟਾਇਰ ਹੋਈ ਹਾਂ। ਡਜ਼ਨਟ ਮੈਟਰ ਕਿ ਮੈਂ ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਰਹੀ ਹਾਂ, ਕਿਉਂਕਿ ਫਿਰ ਮੈਂ ਅਕਾਊਂਟਸ 'ਤੇ ਆ ਗਈ ਹਾਂ, ਬੜੇ ਸਾਲ ਮੈਂ ਅਕਾਊਂਟਸ 'ਤੇ ਕੰਮ ਕੀਤਾ ਜੀ। ਅਤੇ ਬਟ ਮਤਲਬ ਰਹੀ ਬਠਿੰਡਾ ਦੇ ਵਿੱਚ, ਇਸ ਕਰਕੇ ਮੈਨੂੰ ਪਿਆਰ ਮੇਰੇ ਕੁਲੀਗਸ ਦਾ ਅਤੇ ਸੀਨੀਅਰਸ ਦਾ ਬਹੁਤ ਮਿਲਿਆ, ਔਰ ਸ਼ਹਿਰ ਵਾਲਿਆਂ ਦਾ ਤਾਂ ਮੈਂ ਦੇਖੋ ਕਹਿ ਹੀ ਨਹੀਂ ਸਕਦੀ। ਔਰ ਇਸ ਚੀਜ਼ ਨੂੰ ਲੈ ਕੇ ਬਹੁਤ ਰਿਸਪੈਕਟ ਵੀ ਤੁਹਾਨੂੰ ਮਿਲੀ ਕਿ ਇੱਕ ਬਹੁਤ ਵੱਡਾ ਡਿਸੀਜ਼ਨ ਔਰ ਇੱਕ ਲੈਂਡਮਾਰਕ ਡਿਸੀਜ਼ਨ ਔਰ ਹੋਰਾਂ ਲੜਕੀਆਂ ਨੂੰ ਵੀ ਇੱਕ ਸੇਧ ਦੇਣ ਵਾਲਾ ਡਿਸੀਜ਼ਨ ਸੀ। ਹਾਂ, ਕਹਿ ਸਕਦੇ ਹੋ, ਕਿਉਂਕਿ ਜਦੋਂ ਮਤਲਬ ਉਹਨਾਂ ਦੇ ਬੱਚਿਆਂ ਨਾਲ ਕੁਛ ਹੁੰਦਾ ਸੀ ਜਾਂ ਅੱਜ ਵੀ ਸੋਸਾਇਟੀ 'ਚ ਕੋਈ ਫੈਮਿਲੀ ਇਹਦੇ ਵਿੱਚ ਕੁਛ ਹੁੰਦਾ, ਤਾਂ ਪਹਿਲਾ ਐਗਜ਼ਾਮਪਲ ਦਿੰਦੇ ਕਿ ਜਰਾ ਉਹਦੇ ਵੱਲ ਵੀ ਦੇਖੋ, ਵੀ ਉਹਨੇ ਕਦੇ ਸੀ ਵੀ ਨਹੀਂ ਕੀਤੀ ਤੇ ਕਿੰਨੀ ਖੁਸ਼ ਰਹਿੰਦੀ ਹੈਗੀ ਹੈ। ਮਤਲਬ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਲੋਕ ਤੁਹਾਨੂੰ ਕੱਲ ਨੂੰ ਕੀ ਸਮਝਣਗੇ, ਹੈ ਨਾ ਹੀ ਆਪਾਂ ਕਦੇ ਕੁਛ ਜ਼ਿੰਦਗੀ ਦਾ ਸਟੈਪ ਇਸ ਕਰਕੇ ਲੈਂਦੇ ਹਾਂ ਕਿ ਕੱਲ ਨੂੰ ਮੇਰੀ ਬੱਲੇ ਬੱਲੇ ਹੋਏਗੀ। ਬਟ ਮੈਂ ਆਪਣਾ, ਜਿਸ ਨੂੰ ਆਪਾਂ ਆਪਣੀ ਭਾਸ਼ਾ ਦੇ ਵਿੱਚ ਧਰਮ ਕਹਿ ਲੈਂਦੇ ਹਾਂ, ਮੈਂ ਆਪਣਾ ਧਰਮ ਨਿਭਾਇਆ,
ਮੈਂ ਆਪਣੀ ਜੋ ਇਹਨਾਂ ਨਾਲ ਪ੍ਰੋਮਿਸ ਕੀਤਾ ਉਹ ਮੈਂ ਆਪਣਾ ਨਿਭਾਇਆ। ਮੈਂ ਆਪਣੇ ਮਤਲਬ ਉਸਦੇ ਉੱਤੇ ਖੜੀ ਰਹੀ, ਆਪਣੇ ਪਰਿਵਾਰ ਨੂੰ ਵੀ। ਬਹੁਤ ਸਾਰੀਆਂ ਦੇਖੋ ਹਰ ਇੱਕ ਪਰਿਵਾਰਾਂ 'ਚ ਹੁੰਦੇ ਅਪਸ ਐਂਡ ਡਾਊਨ ਆਉਂਦੇ ਹੈ, ਪਰ ਹਰ ਇੱਕ ਕੰਮ ਵਿੱਚ ਮੈਂ ਹਮੇਸ਼ਾ ਮਤਲਬ ਇੱਕ ਪਿੱਲਰ ਦੀ ਤਰ੍ਹਾਂ 'ਤੇ ਆਪਣੀ ਫੈਮਿਲੀ ਲਈ ਖੜੀ ਰਹੀ। ਅਤੇ ਟੱਚ ਵੁੱਡ ਮੈਨੂੰ ਮਤਲਬ ਜਿੰਨੇ ਵੀ ਨੋਨ ਫੈਮਿਲੀ ਸੀ ਜਾਂ ਸ਼ਹਿਰ ਸੀਗਾ, ਮੈਨੂੰ ਆਫੀਸ਼ਲੀ ਤੌਰ 'ਤੇ ਵੀ, ਮੈਨੂੰ ਸਮਾਜਿਕ ਤੌਰ 'ਤੇ ਵੀ ਬਹੁਤ ਹੀ ਮਤਲਬ ਪ੍ਰੇਮ ਮਿਲਿਆ। ਇਹ ਨੈਸ਼ਨਲ ਫਰਟੀਲਾਈਜ਼ਰ 'ਤੇ ਸੀ, ਮੇਰੀ ਸਪੀਡ ਰਾਈਟਿੰਗ ਦੀ ਕਾਫੀ ਸੀ, ਮੈਨੂੰ ਮੋਸਟਲੀ ਬੁਕਿੰਗ ਦਿੱਤੀ ਜਾਂਦੀ ਸੀ, ਔਰ ਇਹਨਾਂ ਦਾ ਰਿਸੈਪਸ਼ਨਿਸਟ ਕਮ ਟੈਲੀਫੋਨ ਓਪਰੇਟਰ ਦਾ ਕੰਮ ਸੀਗਾ NFL ਦੇ ਵਿੱਚ, ਅਤੇ ਇਹ ਕਾਫੀ ਬੁਕਿੰਗ ਕਰਵਾਉਂਦੇ ਸੀ। ਸੋ ਇੰਨਾ ਕੀ ਸੀਗਾ ਕਿ ਇਹ ਬੁਕਿੰਗ ਕਰਵਾਉਂਦੇ ਸੀਗੇ, ਕਿਉਂਕਿ ਮੈਂ ਬੜੀ ਫਾਸਟ 9 to 12 o'clock ਮੇਰੀ ਫਿਕਸ ਹੁੰਦੀ ਸੀਗੀ, ਮੇਰੀ ਬੁਕਿੰਗ ਹੁੰਦੀ ਸੀ। ਤਾਂ ਮੈਂ ਜਸਟ ਇਹੀ ਜਾਣਦੀ ਸੀ ਕੋਈ ਮਤਲਬ ਮਿਸਟਰ ਮੋਂਗਾ ਹੈਗੇ ਨੇ NFL 'ਚ ਜੋਬ ਕਰਦੇ, ਉਹਨਾਂ ਦੀ ਕਾਲਸ ਆਉਂਦੀਆਂ ਨੇ, ਮਤਲਬ ਉਸ ਤਰ੍ਹਾਂ ਦਾ ਕੋਈ ਨਹੀਂ ਸੀਗਾ। ਲਾਈਫ ਟਰਨਿੰਗ ਹੁੰਦੀ ਹੈ ਅੱਗੇ, ਮਤਲਬ ਇਕਦਮ ਹੀ ਲਾਈਫ ਦੇ ਵਿੱਚ ਜਦੋਂ ਤੁਹਾਡੀਆਂ ਰਿਸਪੋਂਸੀਬਿਲਟੀਜ਼ ਵੱਧਦੀਆਂ ਨੇ, ਤੁਹਾਡੇ ਉੱਤੇ ਪ੍ਰੈਸ਼ਰ ਵੀ ਹੋ ਜਾਂਦਾ ਲਾਈਫ ਦਾ ਕਈ ਵਾਰੀ। ਮੈਂ ਕਾਫੀ ਥੋੜ੍ਹਾ ਪ੍ਰੈਸ਼ਰ ਵਿੱਚ ਸੀਗੀ, ਅਤੇ ਇੱਕ ਦਿਨ ਆਫਿਸ ਦੇ ਵਿੱਚ ਹੀ ਮੇਰਾ BP ਬਿਲਕੁਲ ਨੀਚੇ ਚਲਾ ਗਿਆ। ਉਹ ਤਾਂ ਲੱਕੀਲੀ ਮਤਲਬ ਜਿਹੜੇ ਸਟਾਫ ਸੀ ਮੇਰੇ, ਇੱਕ SDO ਸੀਗੇ, ਉਹਨਾਂ ਨੇ ਬਾਈ ਚਾਂਸ ਦੇਖ ਲਿਆ, ਚਲੋ ਮੈਨੂੰ ਉਹਨਾਂ ਨੇ ਮਤਲਬ ਚੁੱਕ ਕੇ ਲੈ ਗਏ, ਚਲੋ ਡਾਕਟਰਾਂ ਨੇ ਮੈਨੂੰ ਬਚਾਇਆ ਉਹਨਾਂ ਨੇ। ਅਤੇ ਉਸ ਤੋਂ ਬਾਅਦ ਮੈਨੂੰ ਮਤਲਬ ਛੁੱਟੀ ਲੈ ਕੇ ਮੇਰੀ ਨਾਨੀ ਜੀ ਆਪਣੇ ਮਤਲਬ ਕੋਲ ਲੈ ਗਏ ਸੀਗੇ, ਉਹਨਾਂ ਦਿਨਾਂ 'ਚ ਉਹ ਰੋਪੜ ਹੁੰਦੇ ਸੀ। ਮਹੀਨਾ ਡੇਢ ਮਹੀਨੇ ਬਾਅਦ ਜਦੋਂ ਉਹਨਾਂ ਨੇ ਕਾਫੀ ਮੇਰੀ ਕੇਅਰ ਕੀਤੀ, ਮੋਰਲੀ ਬੂਸਟਅਪ ਕੀਤਾ, ਮੈਂ ਵਾਪਿਸ ਆਈ, ਤਾਂ ਜਿੱਥੋਂ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ, ਐਜ਼ ਯੂਜ਼ੁਅਲ ਮੈਨੂੰ ਬੁਕਿੰਗ ਦਿੱਤੀ ਗਈ, ਤਾਂ ਇਹਨਾਂ ਨੇ ਜਦੋਂ ਮੇਰੀ ਆਵਾਜ਼ ਸੁਣੀ ਤਾਂ ਇਹਨਾਂ ਨੇ ਮੈਨੂੰ ਪਹਿਲੀ ਵਾਰੀ 'ਚ ਕਿਹਾ, ਤੁਸੀਂ ਜਿਉਂਦੇ ਹੀ ਆ ਗਏ। ਅੱਛਾ ਜੀ। ਆਈ ਵਾਜ਼ ਸ਼ੌਕਡ, ਕਿਉਂਕਿ ਜਦ ਤੁਸੀਂ ਇੱਕ ਲੰਬੀ ਬਿਮਾਰੀ 'ਚ ਆਉਂਦੇ ਹੋ ਤੁਹਾਨੂੰ ਇਰੀਟੇਸ਼ਨ ਹੋਣੀ ਸੁਭਾਵਿਕ ਹੁੰਦੀ ਹੈ। ਤਾਂ ਮੈਨੂੰ ਬੜਾ ਅਜੀਬ ਲੱਗਿਆ ਕਿ ਇੱਕ ਐਸਾ ਸ਼ਖਸ ਹੈ ਵੀ ਜਿਹੜਾ ਮੈਨੂੰ ਇਹ ਕਹਿ ਰਿਹਾ ਹੈਗਾ ਕਿ ਮੈਂ ਜਿਉਂਦੀ ਆ ਗਈ। ਨਹੀਂ ਤਾਂ ਆਮ ਤੌਰ 'ਤੇ ਆਪਾਂ ਪੁੱਛਦੇ ਵੀ ਤੁਹਾਡਾ ਕੀ ਹਾਲ ਹੈ, ਤੁਸੀਂ ਠੀਕ ਹੋ ਹੁਣ, ਪਹਿਲਾਂ ਨਾਲੋਂ ਕਿਵੇਂ ਮਹਿਸੂਸ ਕਰ ਰਹੇ ਹੋ? ਯੈਸ ਬਿਲਕੁਲ। ਤਾਂ ਬੜੀ ਸ਼ੌਕਿੰਗ ਜੀ ਸੀਗੀ ਕਿ ਵੀ ਕੈਸਾ ਸ਼ਖਸ ਹੈ ਕਿ ਵੀ ਜਿਸ ਨੇ ਮੈਨੂੰ ਮਤਲਬ ਇਸ ਤਰ੍ਹਾਂ ਦੇ ਵਰਡ ਕਹੇ। ਤਾਂ ਸ਼ਾਇਦ ਮੈਨੂੰ ਕਿਤੇ ਇਹੀ ਲੱਗਿਆ ਕਿ ਮੈਨੂੰ ਮਤਲਬ ਜਿਵੇਂ ਮੇਰੀ ਇੱਕ ਆਦਤ ਹੈ, ਮੈਂ ਬੜਾ ਮਤਲਬ ਸਮਾਈਲ ਅਤੇ ਪੋਲਾਈਟਲੀ ਹਰ ਇੱਕ ਨਾਲ ਗੱਲ ਕਰਨੀ ਹੈ, ਮੈਨੂੰ ਸ਼ਾਇਦ ਆਪਣੇ ਆਪ 'ਚ ਲੱਗਿਆ ਕਿ ਜੈਂਟਸ ਨਾਲ ਕਦੇ ਪੋਲਾਈਟਲੀ ਗੱਲ ਕਰਨੀ ਹੀ ਨਹੀਂ ਚਾਹੀਦੀ। ਆਈ ਫੀਲ ਬੈਡ। ਮੈਂ ਚਲੋ ਛੋੜਤਾ ਵੀ, ਚਲੋ ਆਪਣੀ ਆਪਣੀ ਆਦਤ ਹੁੰਦੀ ਇਹਨਾਂ ਦੀ ਗੱਲ ਕਰਨ ਦੀ, ਉਸ ਤਰ੍ਹਾਂ ਹੋ ਗਿਆ। ਉਸ ਤੋਂ ਬਾਅਦ ਸਮਾਂ ਬੀਤਦਾ ਗਿਆ, ਕੋਈ ਐਸੀ ਨਹੀਂ। ਫਿਰ ਮੇਰੇ ਇੱਕ ਮਾਮਾ ਜੀ ਸੀ ਜਿੱਥੇ ਮੈਂ ਕਿਰਾਏ 'ਤੇ ਰਹਿੰਦੀ ਸੀ ਉੱਥੇ ਹੀ, ਉਹਨਾਂ ਨੇ ਜਿਵੇਂ ਉਹ ਮੈਨੂੰ ਕਾਫੀ ਮਤਲਬ ਬਠਿੰਡਾ ਹੀ ਕਿਰਾਏ 'ਤੇ ਮੈਮ? ਹਾਂਜੀ, ਵੀਰ ਕਲੋਨੀ। ਜਗ੍ਹਾ ਵੀਰ ਕਲੋਨੀ 'ਚ ਮੈਂ ਰਹਿੰਦੀ ਸੀਗੀ, ਅਤੇ ਉੱਥੇ ਹੀ ਮਤਲਬ ਹੁੰਦੇ ਸੀ ਪ੍ਰੇਮ ਗਰਗ ਜੀ, ਮੰਗਲਾ, ਪ੍ਰੇਮ ਮੰਗਲਾ ਜੀ, ਉਹ ਮੇਰੇ ਮਾਮਾ ਜੀ ਦੇ ਦੋਸਤ ਸੀਗੇ, ਅਤੇ ਉਹਨਾਂ ਨੇ ਮੈਨੂੰ ਜਿਵੇਂ ਪਹਿਚਾਨਿਆ ਫੈਮਿਲੀ ਨੂੰ, ਅਤੇ ਉਹਨਾਂ ਦਾ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੋ ਗਿਆ ਸੀ। ਕਦੇ ਜਿਵੇਂ ਰੂਮ 'ਚ ਵੀ ਸੀ, ਉਹਨਾਂ ਦੀਆਂ ਵੀ 4 ਬੇਟੀਆਂ ਸੀਗੀਆਂ, ਉਹ ਕਦੇ ਮੈਨੂੰ ਇਕੱਲਾ ਨਹੀਂ ਛੱਡਦੇ, ਜਸਟ ਲਾਈਕ ਉਹਨਾਂ ਨੇ ਮੈਨੂੰ ਇੱਕ ਐਜ਼ ਏ ਡਾਟਰ ਹੀ ਮਤਲਬ ਟ੍ਰੀਟ ਕੀਤਾ ਸੀ। ਉਹ ਜਿਵੇਂ ਆਪਣੇ ਕੋਲ ਲੈ ਜਾਂਦੇ ਸੀ, ਜਿਵੇਂ ਬੱਚਿਆਂ ਦੀਆਂ ਗੱਲਾਂ ਹੁੰਦੀਆਂ, ਆਪਾਂ ਕਹਿ ਦਿੰਦੇ ਮੈਨੇ ਤਾਂ ਸ਼ਾਦੀ ਕਰਵਾਉਣੀ ਨਹੀਂ, ਮੇਰੇ ਬ੍ਰਦਰ ਸਿਸਟਰ ਹੈਗੇ ਨੇ ਵੀ ਮੈਂ ਇਹਨਾਂ ਦੀ ਪਰਵਰਿਸ਼ ਕਰੂੰਗੀ। ਹਾਂਜੀ, ਤੁਸੀਂ ਅੱਛਾ ਵੱਡੇ ਸੀ ਆਪਣੇ ਸਿਸਟਰ ਬ੍ਰਦਰਸ ਦੇ ਵਿੱਚੋਂ ਸਭ ਤੋਂ? ਜੀ, ਮੈਂ ਸਭ ਤੋਂ ਬੜੀ ਸੀ, ਉਸ ਤੋਂ ਛੋਟੇ ਮੇਰੇ ਬ੍ਰਦਰ ਸੀ, ਫਿਰ ਮੇਰੀ ਸਿਸਟਰ ਸੀ, ਫਿਰ ਛੋਟੇ ਬ੍ਰਦਰ ਸੀ, ਫਿਰ ਛੋਟੀ ਸਿਸਟਰ। ਮਤਲਬ ਸ਼ੁਰੂ ਤੋਂ ਹੀ ਜ਼ਿੰਮੇਵਾਰੀਆਂ ਜਿਹੜੀਆਂ ਸੀ ਤੁਹਾਡੇ ਮੋਢੇ ਤੇ ਸੀ ਘਰ ਦੀਆਂ? ਹਾਂਜੀ ਬਿਲਕੁਲ।
ਤੇ ਪਰ ਮੈਂ ਉਹਨਾਂ ਨੂੰ ਬੜੇ ਮਤਲਬ ਇਸ ਤਰ੍ਹਾਂ ਨਹੀਂ ਕਦੇ ਹੈਕਟਿਕ ਹੋ ਕੇ ਨਹੀਂ ਲਿੱਤਾ ਸੀ ਕਿ ਵੀ ਮੈਨੂੰ ਪਤਾ ਨਹੀਂ ਕਿੰਨੀਆਂ ਜ਼ਿੰਮੇਵਾਰੀਆਂ ਮਿਲ ਗਈਆਂ ਜਾਂ ਮੇਰੀ ਆਪਣੀ ਲਾਈਫ ਦਾ ਕੋਈ ਐਕਸਟਰਾ ਏਮ ਸੀਗਾ ਤਾਂ ਮੈਨੂੰ ਕਦੇ ਲੱਗਿਆ ਹੋਵੇ ਕਿ ਮੇਰੇ ਲਈ ਬੰਧਨ ਹੈ ਜਾਂ ਬੰਦਿਸ਼ ਹੈਗੀ ਹੈ, ਇਸ ਤਰ੍ਹਾਂ ਦਾ ਕੁਛ ਨਹੀਂ। ਬਟ ਉਸ ਤੋਂ ਬਾਅਦ ਅੰਕਲ ਨੇ ਇੱਕ ਦਿਨ ਮਤਲਬ ਐਵੇਂ ਹੀ ਮੈਨੂੰ ਕਿਹਾ ਕਿ ਦੇਖ ਤੂੰ ਸੇਵਾ ਕਰਨਾ ਚਾਹੁੰਦੀ ਹੈ ਨਾ, ਤੈਨੂੰ ਸੇਵਾ ਦਾ ਪਲੇਟਫਾਰਮ ਮੈਂ ਦਿੰਦਾ ਵੀ ਇੱਦਾਂ ਇੱਦਾਂ ਇੱਕ ਲੜਕਾ ਹੈਗਾ ਵੀ ਜੇ ਤੇਰੀ ਰਜ਼ਾਮੰਦੀ ਹੋਵੇ ਤਾਂ ਮੈਂ ਇਸ ਤਰ੍ਹਾਂ ਕਰਕੇ ਗੱਲ ਕਰਾਂ, ਫੈਮਿਲੀ ਅੱਛੀ ਹੈ, ਯੇ ਹੈ, ਵੋ ਹੈ, ਤੈਨੂੰ ਬੜਾ ਮਤਲਬ ਅੱਛਾ ਲੱਗੂਗਾ, ਤੇਰੀ ਸੋਚ ਦੇ ਅਕੋਰਡਿੰਗਲੀ ਹੈ। ਚਲੋ ਮੈਂ ਆਪਣੇ ਮਤਲਬ ਜਿਵੇਂ ਆਪਾਂ ਜਿਵੇਂ ਗੱਲ ਕਰਦੇ ਹਾਂ ਗੱਲ ਆਏਗੀ ਹੋ ਗਈ। ਉਸ ਤੋਂ ਬਾਅਦ ਇੱਕ ਵਾਰੀ ਸ਼ਾਇਦ ਇਹਨਾਂ ਨਾਲ ਵੀ ਗੱਲ ਕੀਤੀ ਹੋਣੀ ਹੈ ਫੈਮਿਲੀ ਨਾਲ, ਇਹਨਾਂ ਵੱਲੋਂ ਹਾਂ ਹੋ ਗਈ, ਫਿਰ ਮੈਨੂੰ ਥੋੜ੍ਹਾ ਯਾਦ ਆਇਆ ਕਿ ਹਾਂਜੀ ਮੈਂ ਤਾਂ ਜਾਣਦੀ ਹਾਂ, ਫਿਰ ਸਾਡੀ ਚਲੋ ਆਪਸ 'ਚ ਫੋਨ ਦੇ ਉੱਤੇ ਗੱਲ ਹੋਈ ਅਤੇ ਫਿਰ ਫੈਮਿਲੀ ਇਨਵੋਲਵ ਹੋਈ। ਫੈਮਿਲੀ ਨੇ ਮਤਲਬ ਜਿਵੇਂ ਮਾਸੀ ਸੀ ਉਹਨਾਂ ਨੇ ਘਰ ਇਹਨਾਂ ਦਾ ਦੇਖਿਆ ਕਰਿਆ, ਜਦੋਂ ਉਹਨਾਂ ਦੇ ਘਰ ਗਏ ਇਹਨਾਂ ਦੀਆਂ ਸਿਸਟਰਸ ਮਾਸੀਜ਼ ਦੀਆਂ ਕਲਾਸ ਫੈਲ ਹੋਈ ਸੀਗੀਆਂ, ਲਾਈਕ ਦਿਸ ਇਸ ਤਰ੍ਹਾਂ ਇਹ ਰਿਲੇਸ਼ਨ ਬਣ ਗਿਆ ਔਰ ਸਾਡਾ 15 ਦਿਨਾਂ ਦੇ ਅੰਦਰ ਅੰਦਰ ਹੀ ਸਾਡੀ ਸ਼ਾਦੀ ਫਿਕਸ ਹੋ ਗਈ। ਸ਼ਾਦੀ ਦੇ ਵਿੱਚ ਵੀ ਇਹੀ ਸੀਗਾ ਕਿਉਂਕਿ ਅਸੀਂ ਉਸ ਟਾਈਮ ਦੇ ਬੱਚੇ ਸੀਗੇ ਕਾਲਜ ਦੇ ਜਿਨ੍ਹਾਂ ਨੇ ਆਪਣਾ ਕਿਰਨ ਜੀ ਦੇ ਨਾਲ ਕਸਮਾਂ ਖਾਈਆਂ ਹੋਈਆਂ ਸੀਗੀਆਂ। ਤੁਸੀਂ ਕਿਰਨ ਜੀ ਨੂੰ ਜਾਣਦੇ ਹੋ, ਕਿਰਨ ਬੇਦੀ ਜੀ ਨੂੰ, ਇਹ ਸਾਡੇ ਇੱਥੇ ਬਠਿੰਡਾ ਦੇ ਵਿੱਚ ਆਏ ਸੀਗੇ ਤੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਕਸਮਾਂ ਖਾਈਆਂ ਸੀ ਕਿ ਅਸੀਂ ਬਿਨਾਂ ਦਾਜ ਦੇ ਇਹਦੇ ਸ਼ਾਦੀ ਕਰਾਂਗੇ। ਤਾਂ ਮੇਰੇ ਵੀ ਇਹ ਭੂਤ ਸਵਾਰ ਹੁੰਦਾ ਸੀ ਕਿ ਮੈਂ ਪੰਜੀ ਦੇਣੀ ਨਹੀਂ ਨਾ ਲੈਣੀ ਹੈ, ਇਹ ਹੁੰਦਾ ਸੀ। ਤੇ ਮੈਂ ਕਹਿੰਦਾ ਵੀ ਮੈਂ ਵਿਆਹ ਉੱਥੇ ਕਰਾਉਣਾ ਜਿੱਥੇ ਮਤਲਬ ਬਿਲਕੁਲ ਨਹੀਂ ਕੁਛ ਦੇਣ ਨਾ ਲੈਣਾ, ਜਦੋਂ ਨੋਰਮਲੀ ਗੱਲ ਹੁੰਦੀ ਸੀਗੀ। ਤੇ ਇੱਕ ਮੇਰੀ ਇੱਛਾ ਹੁੰਦੀ ਸੀ, ਮੈਂ ਫਰੈਂਕਲੀ ਗੱਲ ਕਰਾਂ ਕਿ ਮੇਰੇ ਮਾਮਾ ਜੀ ਜਦੋਂ ਘਰ 'ਚ ਵੀ ਮਜ਼ਾਕ ਨਾਲ ਗੱਲ ਹੁੰਦੇ ਸੀਗੇ, ਮੇਰਾ ਇੱਕ ਪੈਟ ਡਾਇਲੋਗ ਹੁੰਦਾ ਸੀ, ਮੈਂ ਕਹਿੰਦੀ ਅੰਨਾ ਕਾਣਾ ਲੂਲਾ ਲੰਗੜਾ ਸਾਰੇ ਚੱਲਣਗੇ ਪਰ ਸ਼ਰਾਬ ਪੀਂਦਾ ਨਾਲ ਨਹੀਂ ਵਿਆਹ ਕਰਾਉਣਾ। ਅੱਛਾ ਜੀ, ਓਕੇ। ਉਹ ਕੁਦਰਤ ਜਿਵੇਂ ਕਹਿੰਦੇ ਕੁਦਰਤ ਇਨਸਾਨ ਨੂੰ ਕਰਵਾਉਂਦੀ ਹੈ, ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਕੁਛ ਐਸੇ ਇੰਸੀਡੈਂਟ ਹੋਏ ਸੀਗੇ ਜਿਨ੍ਹਾਂ ਨੂੰ ਮੈਂ ਸ਼ਾਇਦ ਅੱਜ ਤੱਕ ਵੀ ਨਹੀਂ ਭੁਲਾ ਸਕੀ। ਔਰ ਮੈਂ ਉਹ ਕਹਿੰਦੇ ਨਾ ਜਿਵੇਂ ਇੱਕ ਬਚਪਨੇ ਦੇ ਮਨ ਦੇ ਵਿੱਚ ਇੱਕ ਬੜੀ ਠੋਸ ਛਾਪ ਛੱਡ ਜਾਂਦੇ ਆ ਕੁਛ ਇੰਸੀਡੈਂਟ। ਮੈਂ ਤੁਹਾਨੂੰ ਚਾਹੂੰਗੀ ਕਿ ਤੁਸੀਂ ਉਹਨੂੰ ਡਿਟੇਲ ਦੇ ਵਿੱਚ ਦੱਸੋ, ਕਿਉਂਕਿ ਇੰਨਾ ਬੰਦੇ ਨੂੰ ਸਬਰ ਆਉਣਾ, ਇੰਨਾ ਗੰਭੀਰ ਹੋ ਜਾਣਾ ਔਰ ਉਹ ਵੀ ਇੰਨੀ ਯੰਗ ਏਜ ਦੇ ਵਿੱਚ, ਉਹ ਕੀ ਅਜਿਹੇ ਇੰਸੀਡੈਂਟ ਸੀ, ਚਾਹੇ ਉਹ ਹੈਪੀ ਇੰਸੀਡੈਂਟ ਸੀ ਚਾਹੇ ਉਹ ਟ੍ਰੈਜਿਕ ਸੀ, ਉਹ ਕੀ ਸੀਗੇ ਜਿਨ੍ਹਾਂ ਨੇ ਸੁਰਿੰਦਰ ਕੌਰ ਨੂੰ ਇੰਨਾ ਗੰਭੀਰ ਬਣਾਤਾ ਸੀਗਾ? ਦੇਖੋ ਜ਼ਿੰਦਗੀ ਤਾਂ ਇੱਕ ਫਲੋਲੈਸ ਹੁੰਦੀ ਹੈਗੀ ਹੈ। ਬਚਪਨ ਮੇਰਾ ਬਹੁਤ ਰੇਸੀ ਨਾਲ ਨਿਕਲਿਆ ਸੀਗਾ, ਫਾਦਰ ਦੀ ਮੈਂ ਪ੍ਰਿੰਸੈਸ ਸੀਗੀ, ਮੈਡੀਕਲ ਦੀ ਸਟੂਡੈਂਟ ਸੀਗੀ, ਪਰ ਜਿਸ ਤਰ੍ਹਾਂ ਦਾ ਮੇਰੇ ਫਾਦਰ ਦਾ ਬਿਜ਼ਨਸ ਸੀ ਜਿਵੇਂ ਨੋਰਮਲੀ ਸਾਡੇ ਪੰਜਾਬੀ ਫੈਮਿਲੀਆਂ 'ਚ ਹੁੰਦਾ, ਕਿਉਂਕਿ ਉਹਨਾਂ ਦਾ ਬਿਜ਼ਨਸ ਸੀਗਾ ਵਰਕਸ਼ਾਪ ਦਾ, ਉਹਨਾਂ ਦਾ ਡੇਲੀ ਡਰਿੰਕ ਕਰਨ ਦਾ ਕੰਮ ਹੁੰਦਾ ਸੀਗਾ। ਪਰ ਸੰਸਕਾਰੀ ਬਹੁਤ ਸੀ, ਸਾਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਏ ਬਿਨਾਂ ਕਦੇ ਅਸੀਂ ਸੁੱਤੇ ਨਹੀਂ ਸੀ, ਸ਼ਾਇਦ ਇਹੀ ਅੱਜ ਤੱਕ ਉਹਨਾਂ ਦੇ ਸੰਸਕਾਰ ਮੇਰੇ ਅੰਦਰ ਜ਼ਿੰਦਾ ਨੇ। ਪਰ ਉਹਨਾਂ ਦੀ ਜਿਹੜੀ ਪੀਣ ਦੀ ਆਦਤ ਨੇ ਹੀ ਉਹਨਾਂ ਦੀਆਂ ਕਿਡਨੀਆਂ ਨੂੰ ਖਰਾਬ ਕੀਤਾ, ਅਤੇ ਜਿਹੜੀ ਉਹਨਾਂ ਦੀ ਅਨਟਾਈਮਲੀ ਉਹਨਾਂ ਦਾ ਜਾਣ ਦਾ ਜਿਹੜਾ ਇਹ ਸੀਗਾ ਔਰ ਬੱਚਿਆਂ ਵਾਸਤੇ ਇੱਕ ਸ਼ੌਕਿੰਗ ਸੀ, ਬਸ ਉਹ ਚੀਜ਼ ਮੇਰੇ ਦਿਲ ਦੇ ਉੱਤੇ ਬੈਠੀ ਹੋਈ ਸੀ। ਮਤਲਬ ਉਹਨਾਂ ਦੇ ਉਸ ਸ਼ਰਾਬ ਦੀ ਆਦਤ ਕਰਕੇ ਜੀ ਸਾਰੀ ਫੈਮਿਲੀ ਨੇ ਸਫ਼ਰ ਕੀਤਾ, ਉਹ ਜਿਹੜੇ ਇੱਕ ਬੱਚੇ ਦੇ ਮਨ ਦੇ ਵਿੱਚ ਉਹ ਬੈਠ ਜਾਂਦਾ ਕਿ ਵੀ ਇਹ ਸ਼ਰਾਬ ਕਿੰਨੀ ਨਾਮੁਰਾਦ ਚੀਜ਼ ਹੈ ਜਾਂ ਸ਼ਰਾਬ ਪੀਣੀ ਕਿੰਨੀ ਬੁਰੀ ਆਦਤ ਹੈ। ਜਾਣ ਵਾਲਾ ਤਾਂ ਚਲਾ ਗਿਆ, ਉਹ ਤਾਂ ਆਪਣੀ ਪੀ ਗਏ, ਲੇਕਿਨ ਸਾਰੀ ਫੈਮਿਲੀ ਤੁਸੀਂ ਸਫ਼ਰ ਕਰ ਰਹੀ ਹੈ, ਪਿੱਛੋਂ 5 ਬੱਚੇ ਹੋ ਗਏ। ਯੈਸ, ਔਰ ਅੱਛਾ ਅਨਟਾਈਮਲੀ ਮਦਰ ਦੀ ਵੀ ਡੈਥ ਹੋ ਗਈ ਕੈਂਸਰ ਕਰਕੇ, ਤਾਂ ਬਟ ਨੈਚੁਰਲ ਕਿ ਬੱਚੇ ਸਾਰੇ ਤਰ੍ਹਾਂ ਦੇ ਰੁਲ ਹੀ ਗਏ ਨਾ। ਬਿਲਕੁਲ, ਮਾਂ ਬਾਪ ਬਿਨਾਂ ਤਾਂ ਮਤਲਬ ਜ਼ਿੰਦਗੀ, ਬੱਚਿਆਂ ਦੀ ਜ਼ਿੰਦਗੀ ਨਹੀਂ ਨਾ ਹੁੰਦੀ।
ਉਹ ਤਾਂ ਔਰ ਸ਼ਾਇਦ ਇਹ ਕੋਈ ਆਮ ਲੜਕੀ ਹੁੰਦੀ ਹਾਂ ਜਿਹਦੀ ਲਾਈਫ ਬਹੁਤ ਸਹੀ ਚੱਲ ਰਹੀ ਹੈ, ਜਿਹਦਾ ਸਭ ਕੁਛ ਬਹੁਤ ਅੱਛਾ ਹੈ, ਮਾਂ ਬਾਪ ਵੀ ਨੇ, ਭਰਾ ਭੈਣ ਵੀ ਵਧੀਆ ਸੈੱਟ ਹੈ, ਸ਼ਾਇਦ ਉਹ ਫਿਰ ਇਹ ਨਾ ਸੋਚਦੀ ਕਿ ਮੈਂ ਮੌਂਗਾ ਜੀ ਨਾਲ ਸ਼ਾਦੀ ਕਰਾਵਾਂ, ਉਹ ਸੋਚਦੀ ਵੀ ਮੈਂ ਬਿਲਕੁਲ ਠੀਕ ਠਾਕ ਹਾਂ, ਮੈਂ ਤਾਂ ਬਰਾਬਰ ਦੇ ਮੁੰਡੇ ਨਾਲ ਹੀ ਸ਼ਾਦੀ ਕਰਾਵਾਂ। ਨਹੀਂ, ਇਸ ਗੱਲ 'ਚ ਤੁਸੀਂ ਇਹ ਨਹੀਂ ਕਹਿ ਸਕਦੇ, ਮੈਂ ਐਕਚੁਲੀ ਸਾਡੀ ਫੈਮਿਲੀ ਧਾਰਮਿਕ ਬਹੁਤ ਜ਼ਿਆਦਾ ਹੈ, ਮੈਂ ਬਚਪਨ ਤੋਂ ਮਤਲਬ ਬੀਬੀ ਰਜਨੀ ਦੀਆਂ ਸਾਡੇ ਨੂੰ ਗੱਲਾਂ ਸੁਣਾਈਆਂ ਗਈਆਂ ਸੀਗੀਆਂ, ਉਹ ਕਿਤੇ ਦਿਲ ਦੇ ਕੋਰਨਰ 'ਚ ਸੀ ਕਿ ਯੈਸ ਵੀ ਜੋ ਤੁਹਾਨੂੰ ਉੱਪਰ ਲਿਖਿਆ ਗਿਆ ਨਾ ਉਸ ਨੂੰ ਦੁਨੀਆਂ ਦਾ ਕੋਈ ਇਨਸਾਨ ਵੀ ਟਾਲ ਨਹੀਂ ਸਕਦਾ, ਬਸ਼ਰਤੇ ਕਿ ਜਿੰਨਾ ਤੁਸੀਂ ਹੱਸ ਕੇ ਉਸ ਨੂੰ ਅਸੈਪਟ ਕਰੋਗੇ ਉਹ ਚੀਜ਼ ਤੁਹਾਡੀ ਕਦੇ ਵੀ ਮਤਲਬ ਉਸ ਦੇ ਕਹਿੰਦੇ ਨਾ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਤੇ ਉਹਦੇ ਹੁਕਮ ਦੇ ਅੰਦਰ ਚੱਲੋਗੇ ਤਾਂ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਨਾ ਗਿਲਾ ਨਾ ਸ਼ਿਕਵਾ ਅਤੇ ਨਾ ਹੀ ਕੋਈ ਸ਼ਿਕਾਇਤ ਹੁੰਦੀ ਹੈ। ਮੈਨੂੰ ਆਪਣੀ ਲਾਈਫ ਨਾਲ ਇਹਨਾਂ ਨਾਲ ਆਪਣਾ ਜੀਵਨ ਕੱਢਣ 'ਚ ਕਦੇ 1% ਵੀ ਕਦੇ ਕੋਈ ਸ਼ਿਕਾਇਤ ਨਹੀਂ ਹੋਈ, ਕਦੇ ਵੀ ਮਤਲਬ ਅੱਜ ਤੱਕ ਮੈਨੂੰ ਅੱਜ ਵੀ ਮੈਂ ਬੈਠੀ ਹਾਂ ਮੈਨੂੰ ਨਹੀਂ ਕਦੇ ਲੱਗਦਾ ਕਿ ਵੀ ਇਹਨਾਂ ਦੇ ਵਿੱਚ ਕੋਈ ਕਮੀ ਹੈ। ਠੀਕ ਹੈ, ਸੋਸ਼ਲੀ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਇਹ ਕੀਤਾ, ਬਟ ਮੈਨੂੰ ਅਗਰ ਮੈਂ ਆਪਣੇ ਲਈ ਸੋਚਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਛ ਬਹੁਤ ਵੱਡਾ ਕੀਤਾ। ਪੜ੍ਹੇ ਲਿਖੇ, ਨੌਕਰੀ ਰੁਜ਼ਗਾਰ ਕਰਦੇ, ਅੱਛੀ ਫੈਮਿਲੀ ਮਤਲਬ ਦਾ ਹੋਣਾ, ਅੱਛੇ ਵਿਚਾਰਾਂ ਨਾਲ ਸਾਂਝੇ ਹੋਣਾ, ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਪੂਰੀ ਲਾਈਫ, ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਮੇਰਾ ਬਚਪਨ ਤੋਂ ਹੀ ਵੀ ਸੋਸ਼ਲੀ ਬਹੁਤ ਸੀ। ਮੈਂ ਜਦੋਂ ਮੈਨੂੰ ਯਾਦ ਹੈ ਕਿ ਮੈਂ ਸ਼ਾਇਦ 5ਵੀਂ 6ਵੀਂ 'ਚ ਵੀ ਪੜ੍ਹਦੀ ਸੀ ਤਾਂ ਮੇਰੀਆਂ ਜਿਵੇਂ ਕਿਉਂਕਿ ਰਾਜਸਥਾਨ 'ਚ ਬਹੁਤ ਥੋੜ੍ਹਾ ਬਿਲੋ ਪਾਵਰਟੀ ਲੋਕ ਹੁੰਦੇ ਸੀਗੇ ਤਾਂ ਜਿਵੇਂ ਉਹਨਾਂ ਨੂੰ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਣੀ ਨਾ ਮੈਂ ਝੱਟ ਆਪਣੀ ਚੀਜ਼ ਉਹਨਾਂ ਨੂੰ ਦੇ ਦਿੰਦੀ ਸੀਗੀ ਬਚਪਨ 'ਚ ਵੀ, ਤਾਂ ਸੇਮ ਮੈਨੂੰ ਉਹ ਚੀਜ਼ ਨਾਲ ਕਦੇ ਇਸ ਤਰ੍ਹਾਂ ਰਿਹਾ ਹੀ ਨਹੀਂ। ਹਾਂ, ਅੱਜ ਵੀ ਮੈਂ ਇਹੀ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਬੇਟਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਦੇ ਨਾ ਬਣਨਾ। ਔਰ ਮੈਂ ਸੱਚ ਕਹਿੰਦੀ ਹਾਂ ਕਿ ਜਦੋਂ ਮੈਂ ਬਿਲਕੁਲ ਨੀਚੇ ਡਾਊਨ ਮਤਲਬ ਜਿਵੇਂ ਕਹਿੰਦੇ ਜ਼ਮੀਨ 'ਤੇ ਵੀ ਆ ਗਈ ਪੇਰੈਂਟਸ ਦੀ ਡੈਥ ਤੋਂ ਬਾਅਦ ਤਾਂ ਮੈਂ ਉਦੋਂ ਵੀ ਕਦੇ ਐਵੇਂ ਨਹੀਂ ਕੀਤਾ ਸੀ, ਉਦੋਂ ਵੀ ਦਿਨ ਰਾਤ ਆਪਣੀ ਮਿਹਨਤ ਦੇ ਨਾਲ ਆਪਣੇ ਆਪ ਨੂੰ ਉਠਾਇਆ ਹੈ ਔਰ ਮੈਨੂੰ ਸਟਿਚਿੰਗ ਦਾ ਕੰਮ ਕਰਦੇ ਸਭ ਕੁਝ ਕੰਮ ਕੀਤੇ, ਮੈਂ ਟਿਊਸ਼ਨਸ ਵਰਕ ਕੀਤੇ, ਜਿੰਨਾ ਵੀ ਮੈਂ ਟਾਈਮ ਬੰਦਾ ਮੇਰੇ ਕਾਲਜ ਵੀ ਸਾਰਾ ਜਾਂਦਾ। ਜਦੋਂ ਤੁਸੀਂ ਰਿਟਾਇਰ ਹੋ ਗਏ ਹੋ ਉਸ ਤੋਂ ਬਾਅਦ ਵੀ ਤੁਸੀਂ ਆਪਣਾ ਬੁਟੀਕ ਚਲਾ ਰਹੇ ਹੋ, ਜਦੋਂ ਤੁਹਾਡੇ ਕੋਲ ਅਸੀਂ ਆਏ ਸੀ ਤਾਂ ਤੁਸੀਂ ਆਪਣੇ ਬੁਟੀਕ ਦੇ ਵਿੱਚ ਸੀ ਔਰ ਉੱਥੇ ਤੁਸੀਂ ਟੇਲਰ ਸਾਹਿਬਾਨ ਨੂੰ ਦੱਸ ਰਹੇ ਸੀ ਆਲਮੋਸਟ। ਜੀ ਬਿਲਕੁਲ ਬਿਲਕੁਲ, ਕਿਉਂਕਿ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਅੰਕਲ ਦੀ ਬੋਲਣ ਦੀ ਵਾਰੀ ਆਉਂਦੀ ਹੈ, ਨਹੀਂ ਨਹੀਂ, ਕਿਉਂਕਿ ਮੈਨੂੰ ਇਹ ਹਮੇਸ਼ਾ ਲੱਗਦਾ ਹੁੰਦਾ ਹੈ ਕਿ ਲਾਈਫ ਦੇ ਵਿੱਚ ਤੁਹਾਨੂੰ ਕਦੇ ਵੀ ਔਰ ਕਿਸੇ ਵੀ ਇਨਸਾਨ ਨੂੰ ਖਾਲੀ ਨਹੀਂ ਰਹਿਣਾ ਚਾਹੀਦਾ। ਹਮੇਸ਼ਾ ਮੈਨੂੰ ਲਾਈਫ ਦੇ ਵਿੱਚ ਬਹੁਤ ਸ਼ਹਿਰ ਵਾਸੀਆਂ ਦੀ ਰਿਸਪੈਕਟ ਵੀ ਮਿਲੀ, ਪ੍ਰੇਮ ਵੀ ਮਿਲਿਆ। ਜਿਵੇਂ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਲੜਕੀਆਂ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ, ਲੜਕੀਆਂ ਨੂੰ ਮੈਂ ਹਮੇਸ਼ਾ ਕਿਤੇ ਵੀ ਜਦੋਂ ਵੀ ਕਿਤੇ ਆਪਣੇ ਵਿਊਜ਼ ਦਿੰਦੀ ਹਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਅਗਰ ਲੜਕੀ ਸਹੀ ਹੈ ਨਾ ਉਹਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਸੇ ਵੀ ਗਲਤ ਆਦਮੀ ਦੀ ਹਿੰਮਤ ਨਹੀਂ ਹੁੰਦੀ ਕਿ ਉਹਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ। ਬਸ ਤੁਸੀਂ ਆਪਣੇ ਸਤੀਤਵ ਨੂੰ ਹਮੇਸ਼ਾ ਟੋਪ ਪ੍ਰਾਇਓਰਟੀ 'ਤੇ ਰੱਖੋ, ਆਪਣੇ ਇਰਾਦੇ ਬਲਵਾਨ ਰੱਖੋ ਔਰ ਆਪਣੇ ਆਪ ਨੂੰ ਕਿਸੇ ਵੀ ਸਟੇਜ 'ਤੇ ਕੰਪਰੋਮਾਈਜ਼ ਵਾਲੀ ਸਟੇਜ 'ਤੇ ਨਾ ਆਓ, ਮਿਹਨਤ ਕਰੋ ਔਰ ਮਿਹਨਤ ਦਾ ਹਮੇਸ਼ਾ। ਤੁਹਾਨੂੰ ਅੱਜ ਕੀਤੇ ਇੰਨੇ ਸਾਲਾਂ ਬਾਅਦ ਫੀਲ ਹੁੰਦਾ ਕਿ ਤੁਸੀਂ ਆਪਣੀ ਲਾਈਫ ਦੇ ਨਾਲ ਕੋਈ ਕੰਪਰੋਮਾਈਜ਼ ਕੀਤਾ? ਬਿਲਕੁਲ ਵੀ ਨਹੀਂ, ਕਿਉਂਕਿ ਮੈਂ ਜਿਵੇਂ ਤੁਹਾਨੂੰ ਸ਼ੁਰੂਆਤ 'ਤੇ ਕਿਹਾ ਕਿ ਮੈਂ ਹਮੇਸ਼ਾ ਲਾਈਫ ਦਾ ਹਰ ਪਲ ਇੰਜੋਏ ਕੀਤਾ। ਜਿਵੇਂ ਇਹਨਾਂ ਦੀ ਫੈਮਿਲੀ ਅੱਛੀ ਫੈਮਿਲੀ ਸੀ, ਮੈਂ ਆਫਿਸ ਤੋਂ ਆ ਕੇ ਘਰੇ ਰਹਿੰਦੀ, ਮੈਨੂੰ ਟਾਈਮ ਪਾਸ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਮੈਂ ਸ਼ੁਰੂ ਤੋਂ ਜਿਵੇਂ ਮੇਰਾ ਸਟਿਚਿੰਗ ਐਮਬਰਾਇਡਰੀ ਪੈਸ਼ਨ ਸੀ ਮੈਂ ਕਰਦੀ ਰਹਿੰਦੀ ਸੀ,
ਫਿਰ ਹੌਲੀ ਹੌਲੀ ਜਿਵੇਂ ਆਪਣੇ ਹੁੰਦੇ ਆ ਵੀ ਜਿਵੇਂ ਮੰਮੀ ਦੀਆਂ ਫਰੈਂਡਸ ਹੈਗੀਆਂ ਨੇ, ਉਹਨਾਂ ਨੇ ਕਿਹਾ ਕਿ ਮੰਮੀ ਦਾ ਸੂਟ ਸੀਤਾ, ਉਹਨਾਂ ਨੇ ਕਿਹਾ ਮੇਰਾ ਵੀ ਸਿਲ ਦੇ, ਇਸ ਤਰ੍ਹਾਂ ਵੀ ਚਲੋ ਉਹਨਾਂ ਦਾ ਕਰ ਦੇਣਾ ਮੇਰਾ ਟਾਈਮ ਪਾਸ ਹੋ ਜਾਏ। ਹੌਲੀ ਹੌਲੀ ਇੱਕ ਦਿਨ ਇਹਨਾਂ ਨੇ ਕਿਹਾ ਕਿ ਮੈਂ ਨਹੀਂ ਇਸ ਤਰ੍ਹਾਂ ਰਹਿ ਸਕਦੀ, ਮੈਂ ਇੱਕ ਬੁਟੀਕ ਹੋਊਂਗੀ। ਉਸ ਟਾਈਮ ਬੁਟੀਕ ਦੇ ਨਾਮ ਨੂੰ ਕੋਈ ਜਾਣਦਾ ਵੀ ਨਹੀਂ ਸੀਗਾ, ਲੋਕਾਂ ਨੂੰ ਬੁਟੀਕ ਵਰਡ ਵੀ ਨਹੀਂ ਪਤਾ ਸੀਗਾ। ਆਰਟਿਸਟਿਕ ਹੁੰਦਾ, ਡਿਜ਼ਾਈਨਿੰਗ ਤੁਹਾਡੀ ਇੱਕ ਨਾ ਤੁਹਾਡੇ ਮਾਈਂਡ ਨੂੰ ਰੀਫਰੈਸ਼ ਕਰਦੀ ਹੈ ਚੀਜ਼ਾਂ ਐਸੀਆਂ। ਤਾਂ ਮੈਂ ਬੁਟੀਕ ਸ਼ੁਰੂ ਕੀਤਾ, ਮੈਨੂੰ ਪੂਰੀ ਫੈਮਿਲੀ ਨੇ ਐਵੇਂ ਕਹਾਂ ਬਹੁਤ ਜ਼ਿਆਦਾ ਸਪੋਰਟ ਕੀਤਾ, ਅਤੇ ਮਤਲਬ ਮੇਰੇ ਬੁਟੀਕ ਦੀ ਸਕਸੈਸ ਦੇ ਵਿੱਚ ਤਾਂ ਮੇਰੇ ਸ਼ਾਇਦ ਇਹਨਾਂ ਦੇ ਪੂਰੇ ਖਾਨਦਾਨ ਦਾ ਹੀ ਰੋਲ ਹੈਗਾ। ਮੈਂ ਉਹਨਾਂ ਸਾਰਿਆਂ ਨੂੰ ਹੀ ਸਲੂਟ ਕਰਦੀ ਹਾਂ ਕਿ ਜਿਨ੍ਹਾਂ ਨੇ ਹਰ ਸਟੈਪ ਦੇ ਉੱਤੇ ਮੈਨੂੰ ਬਹੁਤ ਕੁਛ ਸਿਖਾਇਆ, ਕਿ ਜਿਵੇਂ ਮੈਂ ਬਹੁਤ ਜਲਦੀ ਆਪਣੇ ਪੇਰੈਂਟਸ ਨੂੰ ਖੋ ਬੈਠੀ ਸੀ, ਔਰ ਮੇਰੀ ਮਤਲਬ ਸਿੰਗਲ ਪੇਰੈਂਟ ਵਾਂਗੂ ਮੇਰੀ ਨਾਨੀ ਨੇ ਮੈਨੂੰ ਪਾਲਿਆ, ਤਾਂ ਬਹੁਤ ਸਾਰੀਆਂ ਚੀਜ਼ਾਂ ਹੋ ਸਕਦਾ ਮੈਂ ਮਿਸ ਕੀਤੀਆਂ ਹੋਣ, ਜੋ ਇੱਕ ਫਾਦਰ ਦੀ ਸਰਪ੍ਰਸਤੀ ਹੇਠ ਬੱਚਾ ਸਿੱਖਦਾ ਹੈ। ਬਟ ਮਤਲਬ ਇਹਨਾਂ ਦੇ ਜਿਹੜੇ ਐਲਡਰ ਬ੍ਰਦਰ ਸੀਗੇ ਜਾਂ ਇਹਨਾਂ ਦੇ ਮਤਲਬ ਹੋਰ ਫੈਮਿਲੀ ਮੈਂਬਰ ਸੀ, ਸਭ ਨੇ ਮੈਨੂੰ ਇੰਨਾ ਕੁਛ ਸਿਖਾਇਆ, ਕਿਉਂਕਿ ਮੈਂ ਦਿੱਲੀ ਜਾਂਦੀ ਸੀ, ਦਿੱਲੀ ਤੋਂ ਮੇਰਾ ਆਉਣਾ, ਉਹਨਾਂ ਨੇ ਮੇਰੇ ਅੰਦਰ ਇੰਨਾ ਜੋਸ਼ ਭਰਿਆ, ਔਰ ਡਰ ਨਾਮ ਦੀ ਚੀਜ਼ ਮੇਰੇ ਅੰਦਰ ਕੋਈ ਨਹੀਂ ਹੈ ਨਾ, ਉਹਨਾਂ ਨੇ ਬਿਲਕੁਲ ਇੰਨੇ ਅੱਛੇ ਤਰੀਕੇ ਨਾਲ ਮੇਰੀ ਸਰਪ੍ਰਸਤੀ ਕੀਤੀ ਉਸ ਟਾਈਮ ਤੇ, ਮੈਨੂੰ ਬਹੁਤ ਅੱਛੇ ਮਤਲਬ ਆਪਣੀ ਲਾਈਫ ਨੂੰ ਮੈਨੇਜ ਕਰਨਾ ਆਇਆ। ਉਹਨਾਂ ਦਾ ਬਹੁਤ ਵੱਡਾ ਰੋਲ ਹੈ ਮੇਰੇ ਬ੍ਰਦਰ ਇਨ ਲਾਅ ਦਾ, ਬਹੁਤ ਵੱਡਾ। ਅੰਕਲ ਤੁਸੀਂ ਸੁਣਿਆ ਹੋਣਾ, ਸਭ ਤੋਂ ਹੀ ਸੁਣਿਆ ਹੋਣਾ ਕਿ ਮਿਸਿਸ ਸੁਰਿੰਦਰ ਮੌਂਗਾ ਜੀ ਬਹੁਤ ਸੋਹਣੇ ਨੇ, ਸ਼ੀ ਇਜ਼ ਵੈਰੀ ਬਿਊਟੀਫੁਲ। ਔਰ ਤੁਸੀਂ ਇਹਨਾਂ ਨੂੰ ਆਪਣੀ ਨਜ਼ਰਾਂ ਤੋਂ ਦੇਖਿਆ ਤਾਂ ਨਹੀਂ ਹੈ, ਪਰ ਤੁਹਾਡੀਆਂ ਮਨ ਦੀਆਂ ਨਜ਼ਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਹੈ ਤੁਹਾਡੀ ਪਤਨੀ ਦੀ? ਆਪ ਦੀ ਚੀਜ਼ ਦੀ ਤਾਰੀਫ ਸੁਣਨਾ ਸਭ ਨੂੰ ਅੱਛਾ ਲੱਗਦਾ। ਹਾਂਜੀ, ਕੋਈ ਵੀ ਹੋਵੇ, ਠੀਕ। ਸੁੰਦਰਤਾ ਜਿਹੜੀ ਲੋਕ ਦੇਖਦੇ ਆ ਉਹ ਬਾਹਰ ਦੀ, ਮੈਂ ਤਾਂ ਜ਼ਿੰਦਗੀ ਹੰਡਾਈਆਂ, ਮੈਂ ਤਾਂ ਇਹਦੀ ਅੰਤਰ ਆਤਮਾ ਦੀ ਔਰ ਇਹਦੀ ਬਿਹੇਵੀਅਰ ਦੀ, ਮੈਂ ਤਾਂ ਉਸ ਸੁੰਦਰਤਾ ਦੀ ਫੀਲਿੰਗ ਹੈ ਸਾਕਸ਼ੀ। ਕੀ ਖਿਆਲ ਹੈ? ਕੋਈ ਵੀ ਬੰਦਾ ਦੇਖੋ, ਇੱਕ ਪੰਜਾਬੀ ਦੀ ਕਹਾਵਤ ਹੈ, ਆਖਿਰ ਚਮਨ ਪਿਆਰਾ ਨਹੀਂ ਹੁੰਦਾ, ਕੰਮ ਪਿਆਰਾ ਹੁੰਦਾ, ਠੀਕ। ਉਹ ਜਿਹੜਾ ਅਟਰੈਕਸ਼ਨ ਹੈ, ਜਿਹੜੀ ਖੂਬਸੂਰਤੀ ਹੈ, ਉਹ ਸਿਰਫ ਬਾਹਰ ਦੀ ਹੈ। ਹੁਣ ਇਹ ਇੰਨੇ NGOs ਨਾਲ ਜੁੜੀ ਹੋਈ ਹੈ, ਇੰਨੀ ਸੇਵਾ ਕਰ ਰਹੀ ਹੈ, ਮੇਰੀ ਫੈਮਿਲੀ ਕਹਿ ਲਾਂ ਜਾਂ ਸਾਡੀ ਫੈਮਿਲੀ ਕਹਿ ਲਾਂ, ਪਹਿਲਾਂ ਤਾਂ ਮੇਰੀ ਸੀ ਨਾ, ਮੇਰੇ ਪੇਰੈਂਟਸ ਸੀ, ਫਿਰ ਸਾਡੀ ਹੋ ਗਈ, ਫਿਰ ਸਾਡੇ ਬੱਚੇ ਹੋਏ, ਸਾਡੇ ਦੋ ਬੱਚੇ ਹੈ, ਰੱਬ ਨੇ ਮਾਲਕ ਨੇ ਦੋ ਬੱਚੇ ਦਿੱਤੇ ਸਾਨੂੰ, ਬੇਟੀ ਹੈ ਉਹ ਡਾਕਟਰ ਹੈ, ਬੇਟਾ ਇੰਜੀਨੀਅਰ ਹੈ, ਉਹ ਉਹਨਾਂ ਨੂੰ ਕਿੰਨੇ ਬਣਾਇਆ, ਉਹਦੇ 'ਚ ਇਸ ਦਾ ਹੀ ਰੋਲ ਹੈ ਨਾ, ਮੇਰਾ ਮਾਂ ਹੀ ਬਣਾਉਂਦੀ ਹੈ ਨਾ ਬੱਚਿਆਂ। ਗੱਲ ਇਹ ਹੈ ਸਮਾਜ ਦੇ ਅੰਦਰ ਜਿੰਨੀ ਵੀ ਹੈ ਅੱਜ, ਰੱਬ ਦੀ ਬੜੀ ਕਿਰਪਾ ਹੈ, ਰਿਸਪੈਕਟ ਹੈ, ਪਿਆਰ ਹੈ, ਸਰਕਲ ਹੈ, ਉਹਨੂੰ ਬਿਨਾਂ ਤੁਸੀਂ ਲਾਈਫ ਪਾਰਟਨਰ ਦੇ ਜਾਂ ਆਪਣੀ ਜਨਾਨੀ ਦੇ ਬਿਨਾਂ ਤੁਸੀਂ ਕਿਵੇਂ ਮੇਨਟੇਨ ਕਰ ਸਕਦੇ, ਕਿਵੇਂ ਬਣ ਸਕਦੇ, ਕੋਈ ਨਹੀਂ ਸਕਦਾ, ਉਹਦਾ ਸਾਰਾ ਕ੍ਰੈਡਿਟ ਇਸ ਨੂੰ ਜਾਂਦਾ ਨਾ, ਤੇ ਇਹ ਸੁੰਦਰਤਾ ਦੇ ਆਹੀ ਪੱਖ ਹੁੰਦੇ ਨਾ। ਜਿਵੇਂ ਤੁਸੀਂ ਤੁਸੀਂ ਰੈਡੀ ਹੁੰਦੇ ਹੋ, ਵਧੀਆ ਸੂਟ ਬੂਟ ਪਾਉਂਦੇ ਹੋ, ਤਾਂ ਆਂਟੀ ਓਬਵੀਅਸਲੀ ਤੁਹਾਨੂੰ ਕੰਪਲੀਮੈਂਟ ਕਰਦੇ ਹੋਣਗੇ, ਪਰ ਮੈਮ ਜਦੋਂ ਤੁਸੀਂ ਤਿਆਰ ਹੁੰਦੇ ਹੋ ਤਾਂ ਇੱਕ ਲੇਡੀ ਨੂੰ ਵੀ ਇਹ ਰਹਿੰਦਾ ਕਿ ਮੈਂ ਜਦੋਂ ਤਿਆਰ ਹੋਵਾਂ ਤਾਂ ਮੈਨੂੰ ਆਪਣੇ ਹਸਬੈਂਡ ਦੀ ਤਰਫੋਂ ਅੱਛੇ ਕੰਪਲੀਮੈਂਟਸ ਮਿਲਣ, ਤਾਂ ਸਰ ਫਿਰ ਤੁਹਾਨੂੰ ਕੰਪਲੀਮੈਂਟ ਕਰਦੇ ਆ? ਬਿਲਕੁਲ ਬਿਲਕੁਲ ਕਰਦੇ ਹੈ,
ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਵੇਂ ਪਤਾ ਲੱਗਦਾ ਹੈ ਕਿ ਅੱਜ ਮੈਂ ਕੀ ਵੀਅਰ ਕੀਤਾ। ਵਾਹ ਵਾਹ। ਔਰ ਇਹਨਾਂ ਦਾ ਤਾਂ ਮਤਲਬ ਕੁਛ ਤਾਂ ਦੇਖੋ, ਇੱਕ ਨਾ ਮਦਰ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਰੋਲ ਪਲੇ ਕਰਦੀ ਹੈ। ਮਤਲਬ ਮੈਨੂੰ ਫੀਲ ਹੁੰਦਾ ਕਈ ਵਾਰੀ ਕਿ ਵੀ ਇਹ ਮੰਮੀ ਨੂੰ ਪੁੱਛਦੇ ਸੀਗੇ ਕਿ ਵੀ ਅੱਜ ਇਹਨੇ ਕੀ ਪਾਇਆ ਹੈ ਜਾਂ ਕੁਛ ਲਾਈਕ ਦਿਸ। ਇਹਨਾਂ ਨੇ ਐਗਜੈਕਟਲੀ ਮੈਨੂੰ ਕਹਿਣਾ ਕਿ ਵੀ ਅੱਜ ਤਾਂ ਬੜੇ ਬੰਬ ਲੱਗ ਰਹੇ ਹੋ ਜਾਂ ਮਤਲਬ ਅੱਜ ਬੜੇ ਮਤਲਬ ਮੈਂ ਤਾਂ ਸੋਚ ਨਹੀਂ ਸਕਦੀ। ਯੈਸ ਯੈਸ ਬੜੇ ਮਤਲਬ ਮੈਨੂੰ ਤਾਂ ਵਰਡਸ ਹੀ ਨਹੀਂ ਆਉਂਦੇ। ਮੈਨੂੰ ਤਾਂ ਪੈਣ ਦੀ ਲੋੜ ਨਹੀਂ ਕਰਦੀ ਸੀ ਕਿਉਂਕਿ ਮੇਰੀ ਮਾਂ ਮੰਮੀ ਪਹਿਲੇ ਹੀ ਬੋਲਦੇ ਸੀ ਬਹੁਤ ਜੀ ਕਿ ਮੇਰੇ ਮੰਮੀ ਆਪ ਵੀ ਬੜੇ ਉਸਤਾਂ ਦੇ ਸੀਗੇ। ਬਾਕੀ ਹੁਣ ਤਾਂ ਖੈਰ ਬੱਚੇ ਜਦੋਂ ਬੱਚੇ ਹੋ ਗਏ ਫਿਰ ਤਾਂ ਬੱਚੇ ਹੀ ਕੰਪਲੀਮੈਂਟ ਦੇਣੇ ਤੇ ਸਾਡੇ ਕੰਪਲੀਮੈਂਟ ਦੇ ਫਿਰ ਵੈਲਿਊ ਕਦੋਂ ਮਿਲਣੀ ਹੈ ਨਾ। ਫਿਰ ਤਾਂ ਬੱਚਾ ਨਾ ਮਮਾ ਜੀ ਬਹੁਤ ਅੱਛਾ ਲੱਗ ਰਿਹਾ। ਅੱਛਾ ਸਰ ਮੈਂ ਆਪਣੇ ਬਾਰੇ ਤੁਹਾਨੂੰ ਕੁਝ ਗੱਲਾਂ ਪੁੱਛੂੰਗੀ ਤੇ ਤੁਸੀਂ ਮੈਨੂੰ ਦੱਸਿਓ ਔਰ ਆਪਾਂ ਮਤਲਬ ਇਹ ਕੁਇਕਲੀ ਇਹਦਾ ਆਨਸਰ ਕਰਨਾ ਹੈ। ਰੈਪਿਡ ਰਾਉਂਡ ਜ਼ਰੂਰੀ ਹੈ। ਰੈਪਿਡ ਰੈਪਿਡ ਫਾਇਰ ਬਹੁਤ ਜ਼ਰੂਰੀ ਹੈ। ਵੀ ਵਾਂਟ ਟੂ ਨੋ ਕਿ ਹਾਊ ਮੱਚ ਯੂ ਨੋ ਹਰ। ਠੀਕ ਹੈ ਜੀ। ਇਹ ਤਾਂ ਕੰਮ ਬਹੁਤ ਔਖਾ ਹੈ। ਹਾਂਜੀ। ਸੋ ਫਸਟ ਆਫ ਆਲ ਮੈਮ ਨੂੰ ਹਿਲੀ ਏਰੀਆ ਪਸੰਦ ਹੈ ਜਾਂ ਸੀ ਸ਼ੋਰ ਵਗੈਰਾ ਪਸੰਦ? ਦੋਨੋਂ ਹੀ ਪਸੰਦ ਹੈ। ਕਿੱਥੇ ਜ਼ਿਆਦਾ ਜਾਣਾ ਪਸੰਦ ਕਰਦੇ? ਇਹਦੀ ਸਭ ਤੋਂ ਫੇਵਰਟ ਜਗ੍ਹਾ ਰਿਸ਼ੀਕੇਸ਼। ਮੈਮ ਬਿਲਕੁਲ ਸਹੀ ਹੈ। ਸਹੀ ਹੈ ਜੀ। ਅੱਛਾ ਮੈਮ ਦਾ ਫੇਵਰਟ ਕਲਰ ਕਿਹੜਾ ਹੈ? ਵਾਈਟ। ਬਿਲਕੁਲ ਸਹੀ। ਫੇਵਰਟ ਆਊਟਫਿਟ? ਸੂਟ ਜ਼ਿਆਦਾ ਪਾਏ ਖੁਸ਼ ਕੰਫਰਟੇਬਲ ਜੀ। ਤੇ ਅੱਜ ਮੈਮ ਨੇ ਕੀ ਵੇਅਰ ਕੀਤਾ ਹੈ? ਨਹੀਂ ਅੱਜ ਤਾਂ ਨਹੀਂ ਮੈਂ ਦੱਸ ਸਕਦਾ ਸੋਰੀ ਜੀ। ਅੱਜ ਮੈਮ ਨੇ ਬਹੁਤ ਸੋਹਣਾ ਟੌਪ ਫਲੋਰਲ ਔਰ ਨਾਲ ਡੈਨਿਮ ਪਾਈ ਹੋਈ ਹੈ। ਤੇਰੀ ਗੱਲ ਠੀਕ ਹੈ। ਵੈਸੇ ਹੁਣ ਤਾਂ ਫਿਰ ਉਸ ਜ਼ਮਾਨੇ ਦਾ ਗੱਲ ਹੋਰ ਸੀ, ਉਹ ਤਾਂ ਮੰਮੀ ਨੇ ਨਜ਼ਰਾਂ ਤੋਂ ਦੇਖੀ ਦਾ ਸੀ ਹੋਰ ਸਹੀ ਹੈ। ਹੁਣ ਤਾਂ ਫਿਰ ਮੋਬਾਈਲ 'ਚ ਇਹੋ ਜਿਹੇ ਐਪਸ ਆ ਗਏ ਹੈ ਕਿ ਤੁਸੀਂ ਜਸਟ ਸ਼ਾਰਟ ਫਿਕਸ ਤੁਹਾਨੂੰ ਕਲਰਸ ਉਹੀ ਦੱਸ ਦਿੰਦੇ। ਜੀ ਜੀ। ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ। ਸੋ ਤੁਸੀਂ ਮਤਲਬ ਐਦਾਂ ਮਲਾਇਆ ਮੈਂ ਸੀਕ੍ਰੇਟ ਦੱਸਦਾ ਤੁਹਾਨੂੰ। ਹਾਂ ਹਾਂ। ਕੀ ਬਾਤ ਹੈ। ਅੱਛਾ ਫੇਵਰਿਟ ਫੂਡ ਖਾਣਾ ਪੀਣਾ ਕੀ ਹੈ ਪਸੰਦ ਮੈਂ? ਮੈਡਮ ਨੂੰ ਜ਼ਿਆਦਾਤਰ ਮਿੱਠਾ ਪਸੰਦ ਹੈ ਜਾਂ ਕੱਟ ਫਰਾਈਡ ਜਾਂ ਬੋਇਲ ਜ਼ਿਆਦਾ। ਅੱਛਾ ਜੀ। ਕੀ ਬਾਤ। ਔਰ ਗੋਲ ਗੱਪਾ ਤਾਂ ਖਾ ਹੀ ਨਹੀਂ ਸਕਦਾ। ਮੈਨੂੰ ਭਾਵੇਂ 8-10 ਇਕੱਠੇ ਖਵਾ ਦੇ ਕੋਈ ਤਕਲੀਫ ਨਹੀਂ। ਬਹੁਤ ਅੱਛਾ ਲੱਗਿਆ ਸਾਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸਮੇਂ ਦਾ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਗੁਜ਼ਰ ਗਿਆ। ਔਰ ਤੁਹਾਡੀ ਕਹਾਣੀ ਜਿੱਥੇ ਇੰਨੀ ਇੰਟਰਸਟਿੰਗ ਹੈ ਉੱਥੇ ਬਹੁਤ ਇੰਸਪੀਰੇਸ਼ਨਲ ਵੀ ਹੈ ਮੈਮ ਐਂਡ ਸਰ। ਤੇ ਅਸੀਂ ਤੁਹਾਨੂੰ ਵਿਸ਼ ਕਰਦੇ ਹਾਂ ਕਿ ਤੁਸੀਂ ਤੁਹਾਡੀਆਂ ਉਮਰਾਂ ਬਹੁਤ ਲੰਬੀਆਂ ਹੋਣ ਔਰ ਸਭ ਤੋਂ ਇੰਪੋਰਟੈਂਟ ਗੱਲ ਉਮਰ ਲੰਬੀ ਦੇ ਨਾਲ ਨਾਲ ਸਿਹਤਯਾਬ ਰਹੋ। ਤੁਸੀਂ ਹਮੇਸ਼ਾ ਖੁਸ਼ੀਆਂ ਵੰਡਦੇ ਰਹੋ, ਸਭ ਨੂੰ ਪਿਆਰ ਦਿੰਦੇ ਰਹੋ ਔਰ ਸੋਸ਼ਲ ਵਰਕ ਵੀ ਕਰਦੇ ਰਹੋ। ਧੰਨਵਾਦ ਜੀ ਮਿੱਟੀ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।